ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਪ੍ਰੋਗਰਾਮ ਰਾਈਟ ਐਂਗਲ ਦੇ ਵਿੱਚ ਸਾਡੇ ਨਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਮੀਤ ਸਿੰਘ ਸ਼ੰਟੀ, ਜਿਨ੍ਹਾਂ ਨੇ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਤੋਂ ਆਪਣਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣਾ ਸਿੱਖ ਸਿਆਸਤ ਦੇ ਵਿੱਚ ਐਂਟਰੀ ਕੀਤੀ ਸੀਗੀ ਅਤੇ 2012 ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਨਾ ਛੱਡਿਆ। ਉਸ ਤੋਂ ਬਾਅਦ ਇਹਨਾਂ ਦੀ ਵਾਈਫ ਐਕਸ ਬੀਜੇਪੀ ਕਾਉਂਸਲਰ ਵੀ ਰਹੀਆਂ ਨੇ 2012 ਤੋਂ 2017 ਤੱਕ। ਉਸ ਤੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਇਹਨਾਂ ਨੇ ਜੁਆਇਨ ਕੀਤਾ ਅਤੇ ਹੁਣ 2017 ਤੋਂ ਇਹ ਇੰਡੀਪੈਂਡੈਂਟ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਸਰਵ ਕਰ ਰਹੇ ਨੇ ਅਤੇ ਹਾਲ ਹੀ ਦੇ ਵਿੱਚ ਚਰਚਾ ਦੇ ਵਿੱਚ ਵੀ ਨੇ ਕਈ ਖੁਲਾਸਿਆਂ ਨੂੰ ਲੈ ਕੇ ਜੇ ਕਿਉਂਕਿ ਮੌਜੂਦਾ ਕਮੇਟੀ ਦੇ ਦੌਰਾਨ ਹੋਏ ਨੇ ਕਰਪਸ਼ਨ ਨੂੰ ਲੈ ਕੇ। ਅੱਜ ਇਹਨਾਂ ਤਮਾਮ ਮਸਲਿਆਂ ਉੱਤੇ, ਇਹਨਾਂ ਦੀ ਸਿੱਖ ਸਿਆਸਤ ਦੀ ਜਰਨੀ ਬਾਰੇ ਅਤੇ ਹੋਰ ਮਸਲਿਆਂ ਉੱਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਵੈਲਕਮ ਟੂ ਦਾ ਸ਼ੋ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਫਸਟਲੀ ਥੈਂਕ ਯੂ ਤੁਸੀਂ ਸਾਨੂੰ ਟਾਈਮ ਦਿੱਤਾ ਗੱਲ ਕੀਤੇ ਨਾਲ। ਸ਼ੰਟੀ ਸਾਹਿਬ, ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਤੁਹਾਡੀ ਕਰੰਟ ਪੋਲੀਟੀਕਲ ਡੈਜ਼ਿਗਨੇਸ਼ਨ ਮੈਂ ਕਿਵੇਂ ਦੱਸੀ। ਤੁਸੀਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਵੀ ਬਾਦਲ ਦਲ ਤੋਂ ਛੱਡਤਾ ਹੈ ਜਾਂ ਤੁਸੀਂ ਅਜੇ ਇੰਡੀਪੈਂਡੈਂਟ ਹੋ ਜਾਂ ਤੁਸੀਂ ਬੀਜੇਪੀ ਨਾਲ ਹੋ ਜਾਂ ਕਿੱਥੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਤੁਸੀਂ ਜੋ ਕਰੰਟ ਸਟੇਟਸ ਦੀ ਗੱਲ ਕਰ ਰਹੇ ਹੋ, ਉਸ ਟਾਈਮ ਮੈਂ ਸਿਰਫ ਇੱਕ ਇੰਡੀਪੈਂਡੈਂਟ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੈਂਬਰ ਹਾਂ। ਹਾਂਜੀ, ਬਾਦਲ ਛੱਡਿਆ ਹੋਏਗਾ ਤਾਂ ਨੈਚੁਰਲੀ ਗੱਲ ਹੈ ਤਦ ਇੰਡੀਪੈਂਡੈਂਟ ਲੜਿਆ ਆਵਾਂਗਾ, ਅਤੇ ਜੇ ਬਾਦਲ ਛੱਡਿਆ ਨਾ ਹੁੰਦਾ ਤਾਂ ਫਿਰ ਇੰਡੀਪੈਂਡੈਂਟ ਕਿਉਂ ਲੜਦਾ? ਕਿਉਂਕਿ ਉਹਨਾਂ ਦਾ ਕੈਂਡੀਡੇਟ ਵਾਈਸ ਪ੍ਰੈਜੀਡੈਂਟ ਸਤਪਾਲ ਸਿੰਘ ਮੇਰੇ ਖਿਲਾਫ਼ ਤਾਂ ਲੜੇ ਹੈ ਨਾ। ਇਟ ਮੀਨਸ ਕਿ ਮੈਂ ਬਾਦਲ 'ਚ ਨਹੀਂ ਹਾਂ ਅਤੇ ਮੇਰੀ ਜੋ ਕਰੰਟ ਸਟੇਟਸ ਹੈ ਉਹ ਇੱਕ ਐਜ਼ ਏ ਇਲੈਕਟਿਡ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਬਟ ਇੰਡੀਪੈਂਡੈਂਟ ਮੈਂ। ਅਤੇ ਬੀਜੇਪੀ ਨਾਲ ਵੀ ਕੋਈ ਤੁਹਾਡੀ ਮੈਂਬਰ? ਵਾਈਫ ਮੇਰੀ ਕਾਉਂਸਲਰ ਸੀਗੀ ਅਤੇ ਵਾਈਫ 2015 ਤੋਂ 2017 ਤੱਕ ਕਾਉਂਸਲਰ ਰਹੀ ਹੈ। 2017 ਤੋਂ ਬਾਅਦ ਪਾਰਟੀ ਨੇ ਜੋ ਸਿਟਿੰਗ ਕੈਂਡੀਡੇਟ ਸੀ ਦਿੱਲੀ ਦੇ ਵਿੱਚ ਕਿਸੇ ਨੇ ਟਿਕਟ ਨਹੀਂ ਦਿੱਤੀ। ਕੋਈ ਗੱਲ ਨਹੀਂ, ਆਪਾਂ ਆਪਣੇ ਗੁਰੂ ਘਰ ਦੀ ਸੇਵਾ 'ਚ। ਅਤੇ ਅਜੇ ਕੋਈ ਪ੍ਰਾਇਮਰੀ ਮੈਂਬਰਸ਼ਿਪ ਬੀਜੇਪੀ ਦੇ ਵਿੱਚ ਕੋਈ ਵਾਈਫ ਦੀ ਕੁਛ ਵੀ ਨਹੀਂ? ਕੁਛ ਸੋ ਅਜੇ ਸਿਰਫ ਇੰਡੀਪੈਂਡੈਂਟ ਡੀਐਸਜੀਐਮਸੀ ਮੈਂਬਰ? ਯੈਸ। ਓਕੇ, ਥੈਂਕ ਯੂ। ਐਕਚੁਅਲੀ ਕਈ ਸਾਡੇ ਜਿਹੜੇ ਫਸਟ ਟਾਈਮ ਵਿਊਅਰਸ ਨੇ ਉਹਨੂੰ ਨਹੀਂ ਪਤਾ ਦੇਗਾ, ਨੈਟ 'ਤੇ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਹੈ, ਤਾਂ ਨਹੀਂ ਬਿਲਕੁਲ ਮੈਂ ਤਾਂ ਫੇਸ ਟੂ ਫੇਸ ਜਿਹੜੀ ਗੱਲ ਕਲੀਅਰ। ਹਾਂਜੀ, ਮੈਂ ਰਫ ਚੈੱਕ ਕਰਨਾ। ਥੈਂਕ ਯੂ ਸਰ। ਸ਼ੰਟੀ ਜੀ, ਮੈਂ ਪਹਿਲਾ ਸਵਾਲ ਇਹ ਪੁੱਛਣਾ ਚਾਹੂੰਗਾ, ਤੁਸੀਂ ਕਮੇਟੀ ਦੇ ਵਿੱਚ ਸਰਨਾ ਟਾਈਮ ਦੇ ਵਿੱਚ ਤੁਸੀਂ ਰਹੇ ਹੋ, 2017 ਤੋਂ ਤੁਸੀਂ ਦਿੱਲੀ ਕਮੇਟੀ ਦੇ ਵਿੱਚ ਸਰਵ ਕਰ ਰਹੇ ਹੋ, ਪਹਿਲਾਂ ਵੀ ਤੁਸੀਂ ਕਮੇਟੀ ਨੂੰ ਮੋਨੀਟਰ ਕਰਦੇ ਰਹੇ ਹੋਵੋਗੇ ਸਿੱਖ ਸਿਆਸਤ ਦੇ ਵਿੱਚ। ਮੈਂ ਜਾਣਨਾ ਚਾਹਾਂਗਾ ਜਿਹੜੀ ਹੈ ਪਿਛਲੇ 6 ਸਾਲਾਂ ਦੇ ਵਿੱਚ ਦਿੱਲੀ ਕਮੇਟੀ ਦੀ ਜਿਹੜੀ ਐਕਟੀਵਿਟੀ ਹੋਈਆਂ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਓਵਰਆਲ ਡੀਐਸਜੀਐਮਸੀ ਦੀ ਹਿਸਟਰੀ ਦੇ ਵਿੱਚ? ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਿਛਲੇ 6 ਸਾਲਾਂ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀਕੇ, ਜਿਹਨੂੰ ਮੈਂ ਬੜੇ ਪਿਆਰ ਨਾਲ ਜੀਸੀ ਵੀ ਕਹਿੰਦਾ, ਗੋਲਕ ਚੋਰ, ਅਗਰ ਗੱਲ ਉਹਦੀ ਪ੍ਰਧਾਨਗੀ ਦੀ ਕੀਤੀ ਜਾਏ ਤਾਂ ਇਹਦੇ ਕੋਈ ਦੋ ਰਾਏ ਕਿ ਰਹਿ ਹੀ ਨਹੀਂ ਗਈ, ਕੋਈ ਸ਼ੱਕ ਸ਼ੁਬਾ ਹੀ ਨਹੀਂ ਰਹਿ ਗਿਆ ਕਿ ਉਹਨੇ ਜਿਤਨੀ ਵੱਧ ਤੋਂ ਵੱਧ ਗੁਰੂ ਘਰ ਦੀ ਲੁੱਟ ਖਸੁੱਟ ਜਿਹੜੇ ਵੀ ਤਰੀਕੇ ਅਪਣਾ ਕੇ ਉਹ ਕਰ ਸਕਦਾ ਸੀ ਉਸਨੇ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚੋਂ ਕਾਮਯਾਬ ਵੀ ਹੋਇਆ। ਅਤੇ ਇਸ ਕਰਕੇ ਗੁਰੂ ਘਰ ਦਾ ਜਿੰਨਾ ਮਰਿਆਦਾਵਾਂ ਦਾ ਕਾਣ, ਜਿੰਨਾ ਗੁਰੂ ਘਰ ਦੀ ਗੋਲਕ ਨੂੰ ਲੁੱਟਣ ਦਾ ਕੰਮ ਜਾਂ ਹੋਰ ਜਿਸ ਤਰ੍ਹਾਂ ਦੇ ਜੋ ਵੀ ਉਹਨਾਂ ਨੇ ਪਿਛਲੇ 6 ਸਾਲਾਂ ਵਿੱਚ ਮਨਜੀਤ ਸਿੰਘ ਜੀਕੇ ਨੇ ਆਪਣੀ ਪ੍ਰਧਾਨਗੀ ਕਾਲ ਦੇ ਵਿੱਚ ਕੀਤੇ, ਤਾਂ ਮੈਂ ਸਮਝਦਾ ਕਿ ਉਹ ਇੱਕ ਇਤਿਹਾਸ ਦੇ ਵਿੱਚ ਜੋ ਚੈਪਟਰ ਉਹ ਕਾਲਾ ਚੈਪਟਰ ਦੇ ਨਾਂ ਤੋਂ ਮੈਂ ਸਮਝਣਾ ਯਾਦ ਕੀਤਾ ਜਾਏਗਾ ਕਿ ਉਹਨੇ ਅੱਜ ਤੱਕ ਉਹ ਰਿਕਾਰਡ ਸਾਰੇ ਤੋੜ ਦਿੱਤੇ ਕਿ ਸ਼ਾਇਦ ਹੀ ਕੋਈ ਇਹੋ ਜਿਹਾ ਮਤਲਬ ਕਿਸੇ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਹੋਣ ਔਰ ਇਸ ਤਰ੍ਹਾਂ ਨਾਲ ਉਹਨੂੰ ਮਤਲਬ ਆਪਣੀ ਪ੍ਰਧਾਨਗੀ ਦੀ ਸੀਟ ਛੱਡਣ ਤੋਂ ਮਜਬੂਰ ਹੋਣਾ ਪਿਆ ਹੋਵੇ ਔਰ ਇਸ ਤਰ੍ਹਾਂ ਨਾਲ ਕਿਸੇ ਵੀ ਉਸ ਪਾਰਟੀ ਨੇ ਉਸ ਨੂੰ ਉਸ ਪਾਰਟੀ ਤੋਂ ਕੱਢਣ ਦੀ ਉਹਨੂੰ ਨੌਬਤ ਆ ਗਈ ਹੋਵੇ, ਮੈਨੂੰ ਨਹੀਂ ਲੱਗਦਾ। ਔਰ ਕੋਰਟ ਵਿੱਚ ਇਸ ਤਰ੍ਹਾਂ ਨਾਲ ਮਸਲੇ ਗਏ ਹੋਣ ਔਰ ਕੋਰਟ ਦੇ ਵਿੱਚ ਜੋ ਪਿਛਲੇ 5-6 ਦਿਨਾਂ ਮਹੀਨਿਆਂ ਤੋਂ ਚੱਲ ਰਿਹਾ ਕਿਸ ਤਰ੍ਹਾਂ FIR ਹੋਣੀ, FIR ਤੋਂ ਬਾਅਦ ਪੁਲਿਸ ਨਾਲ ਮਿਲੀ ਭਗਤ ਦਾ ਕਲੋਜ਼ਰ ਰਿਪੋਰਟ ਹੋਣੀ, ਕਲੋਜ਼ਰ ਰਿਪੋਰਟ ਕਿਸ ਤਰ੍ਹਾਂ ਮਤਲਬ ਵਾਪਸ ਡਿਸਮਿਸ ਹੋਣੀ ਔਰ ਫਿਰ ਅੱਜ ਨਵੇਂ ਸੈਕਸ਼ਨ ਐਡ ਹੋਣ ਹੋਣੇ ਔਰ ਅੱਗੇ ਜੋ ਜਿਸ ਹਿਸਾਬ ਨਾਲ ਕੇਸ ਚੱਲ ਰਿਹਾ, ਮੈਨੂੰ ਲੱਗਦਾ ਆਉਣ ਵਾਲੇ ਟਾਈਮ ਵਿੱਚ ਇਹ ਵੀ ਇੱਕ ਰਿਕਾਰਡ ਹੋਏਗਾ ਕਿ ਪਹਿਲਾ ਪ੍ਰਧਾਨ ਹੋਏਗਾ ਜਿਹੜਾ ਜੇਲ੍ਹ ਜਾਏਗਾ। ਪਰ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਕੱਢਿਆ ਗਿਆ, ਬਟ ਉਹ ਕਹਿੰਦੇ ਮੈਂ ਤਾਂ ਖੁਦ ਛੱਡੀ ਪਾਰਟੀ ਨੂੰ, ਕਹਿੰਦੇ ਉਹਨਾਂ ਨੇ ਇਹ ਵੀ ਬੋਲਿਆ ਕਿ ਉਹ ਮੈਨੂੰ ਕੀ ਕੱਢਣਗੇ ਜਿਹਨਾਂ ਨੂੰ ਪੰਥ ਨੇ ਕੱਢਤਾ? ਦੇਖੋ ਗੱਲ ਹੈਗੀ ਕਿ ਅੱਜ ਉਹਨਾਂ ਨੂੰ ਜੋ ਮਰਜ਼ੀ ਕਹੇ ਉਹਨੂੰ ਜੋ ਮਰਜ਼ੀ ਕਹਿਣ, ਸਵਾਲ ਇਸ ਗੱਲ ਦਾ ਹੈਗਾ ਕਿ ਉਸ ਤੋਂ ਬਾਅਦ ਵੀ ਕਿਆ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਉਹਨਾਂ ਦੀ ਬਾਦਲ ਪਾਰਟੀ ਦੇ ਬੈਨਰ ਥੱਲੇ ਉਹਨੇ ਕਈ ਤਰ੍ਹਾਂ ਦੇ ਪ੍ਰਦਰਸ਼ਨ ਨਹੀਂ ਕੀਤੇ? 84 ਰਾਈਟਸ ਦੇ ਉਹਨੇ ਪ੍ਰਦਰਸ਼ਨ ਬਾਦਲ ਦਲ ਦਾ ਬੈਨਰ ਫੜ ਕੇ ਕੀਤਾ, ਕਈ ਤਰ੍ਹਾਂ ਦੇ ਉਹਨੇ ਪ੍ਰੋਗਰਾਮਸ ਦੇ ਵਿੱਚ ਹਿੱਸਾ ਲਿਆ। ਜਦੋਂ ਪਿੱਛੇ ਪਿਆਊ ਦਾ ਗੁਰਦੁਆਰਾ ਰਕਾਬ ਸਿੰਘ ਵੀ ਉਦਘਾਟਨ ਹੋਇਆ ਸੀ, ਉੱਥੇ ਬਕਾਇਦਾ ਉਹਦੀ ਸਪੀਚ ਹੈ, ਕਈ ਇਹੋ ਜਿਹੇ ਪ੍ਰੋਗਰਾਮਸ ਨੇ ਜਿਸ ਦੇ ਵਿੱਚ ਉਹ ਸ਼ੋਅ ਕਲੀਅਰ ਹੋ ਰਿਹਾ ਔਰ ਗੁਰਦੁਆਰਾ ਕਮੇਟੀ ਦੇ ਕੈਮਰੇ ਦੀ ਰਿਕਾਰਡਿੰਗ ਕਰ ਲਓ, ਕਿਹੜੇ ਆਫਿਸ ਦੇ ਵਿੱਚ ਕਿਹੜੇ ਆਫਿਸ ਬੇਅਰਰ ਦੇ ਨਾਲ ਮਿਲ ਕੇ ਉਹਨੇ ਕਿਹੜੇ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਉਹਨਾਂ ਨੇ 4 ਮਹੀਨੇ 'ਚ ਉਹਨੂੰ ਕਿੰਨਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਅੱਜ ਉਹ ਜੋ ਮਰਜ਼ੀ ਕਹਿੰਦਾ ਰਹੇ, ਅਗਰ ਇਹ ਸਭ ਕੁਝ ਸੀ ਉਹਨੇ ਬਾਦਲ ਪਾਰਟੀ ਛੱਡ ਦਿੱਤੀ ਸੀ ਤਾਂ ਫਿਰ ਜਿਹੜਾ ਰੋਲਾ ਅੱਜ ਪਾ ਰਿਹਾ 4 ਮਹੀਨੇ ਪਹਿਲੇ ਕਿਉਂ ਨਹੀਂ ਪਾਇਆ? ਕਿਉਂ ਨਹੀਂ ਪਾਇਆ 4 ਮਹੀਨੇ ਪਹਿਲੇ? ਅਗਰ ਛੱਡਤਾ ਸੀ ਅਕਤੂਬਰ 'ਚ ਹੀ ਛੱਡਤਾ ਸੀ ਉਹਨੇ, ਅੱਜ
ਕਿਉਂ ਨਹੀਂ ਕੀਤਾ? ਕਿਉਂ ਕੋਈ ਸਭ ਕੁਝ ਨਹੀਂ ਕੀਤਾ ਉਹਨੇ? ਜੇ ਛੱਡ ਦਿੱਤਾ ਸੀ ਤੇ ਫਿਰ ਸਾਰੇ ਖੁਲਾਸੇ ਜਿਹੜੇ ਅੱਜ ਕਰ ਰਿਹਾ, ਜਿਹੜੇ ਅਟੈਕ ਅੱਜ ਕਰ ਰਿਹਾ, ਇੱਕੋ ਹੀ ਸਵਾਲ ਦਾ ਜਵਾਬ, ਉਸ ਟਾਈਮ ਕਿਉਂ ਨਹੀਂ ਕੀਤੇ ਪਿਛਲੇ 5 ਮਹੀਨਿਆਂ ਤੋਂ? ਸਿਰਫ ਐਸੇ ਕਰਕੇ ਨਹੀਂ ਕੀਤੇ ਕਿਉਂਕਿ ਸਾਰੇ ਉਹਦੀ ਫੇਵਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ। ਈਵਨ ਅੱਜ ਹਰਮੀਤ ਕਾਲਕਾ ਤੋਂ ਇਲਜ਼ਾਮ ਲਗਾਉਂਦਾ, ਹਰਮੀਤ ਕਾਲਕਾ ਕਿਉਂ ਉਹਦੀ ਫੇਵਰ ਹੀ ਪ੍ਰੈਸ ਕਾਨਫਰੰਸ ਨਹੀਂ ਕੀਤੀ? ਕਿਤਾਬਾਂ ਛਪੀਆਂ, ਜੇ ਹੋਇਆ ਵੋ ਹੋਇਆ, ਬੋਰਡ ਬਣਿਆ, ਪਲਾਣਾ ਬਣਿਆ। ਮੈਂ ਉਹਦਾ ਫਿਰ ਉਹਨੂੰ ਵਾਪਸੀ ਜਵਾਬ ਵੀ ਦਿੱਤਾ ਸੀ ਔਰ ਅੱਜ ਪ੍ਰੂਫ ਵੀ ਕਰਕੇ ਰੱਖਤਾ ਕਿ ਕਿਤਾਬਾਂ ਕਦੇ ਛਪੀਆਂ ਹੀ ਨਹੀਂ। ਇਹ ਸਭ ਉਹਨੂੰ ਬਚਾ ਰਹੇ ਸੀ ਔਰ ਉਹਨੂੰ ਵੀ ਲੱਗਦਾ ਸੀ ਕਿ ਮੈਨੂੰ ਬਚਾ ਲੈਣਗੇ, ਔਰ ਮੇਰੇ ਕੋਲ ਪ੍ਰੂਫ ਹੈ। ਮੈਂ ਮਨਜਿੰਦਰ ਸਿੰਘ ਸਿਰਸਾ, ਰਮੀਤ ਸਿੰਘ ਕਾਲਕਾ ਦੀ ਨਾਰਥ ਐਵਨਿਊ ਥਾਣੇ ਦੀ ਕੰਪਲੇਂਟ ਕੀਤੀ ਸੀ। ਉਹ ਤੁਸੀਂ ਦੱਸ ਚੁੱਕੇ ਹੋ, ਪਰ ਕੀ ਇੱਕਦਮ ਸਡਨ ਸ਼ਿਫਟ ਕਿਉਂ ਆਇਆ, ਤੁਹਾਨੂੰ ਕੀ ਲੱਗਦਾ? ਇਹ ਤਾਂ ਬਿਹਤਰ ਉਹੀ ਦੱਸ ਸਕਦੇ ਨੇ। ਨਹੀਂ, ਤੁਹਾਡੀ ਕੀ ਆਬਜ਼ਰਵੇਸ਼ਨ? ਮੇਰੀ ਆਬਜ਼ਰਵੇਸ਼ਨ ਹੈਗੀ ਹੈ ਕਿ ਪਾਰਟੀ ਨੇ ਵੀ ਦੇਖਿਆ ਜਾਂ ਇਸ ਨੂੰ ਵੀ ਇਹਨੇ ਵੀ ਜੋ ਕੁਝ ਕੀਤਾ ਸਾਰਾ ਕੁਝ ਸੀਗਾ ਇੰਟਰਨਲ। ਦੇਖੋ, ਜਦੋਂ ਕਿਸੇ ਗੁਰੂ ਘਰ ਦੇ ਵਿੱਚ ਚੋਰੀ ਹੋ ਰਹੀ ਹੈ, ਹੁਣ ਇਹ ਤਾਂ ਕਿਹਾ ਹੀ ਨਹੀਂ ਜਾ ਸਕਦਾ ਕਿ ਕਈਆਂ ਦੀ ਜਾਣਕਾਰੀ ਵਿੱਚੋਂ ਨਹੀਂ ਹੋਏਗੀ। ਯਕੀਨਨ ਇੱਕ ਕਾਗਜ਼ ਜਦੋਂ 10 ਹੱਥਾਂ ਤੋਂ ਨਿਕਲੇਗਾ ਤਾਂ 9 ਹੱਥਾਂ ਨੂੰ ਤਾਂ ਜ਼ਰੂਰ ਪਤਾ ਲੱਗਦਾ ਹੀ ਹੈ। 9 ਨੂੰ ਨਾ ਪਤਾ ਲੱਗੇ, 2-4 ਹੱਥਾਂ 'ਤੇ ਜ਼ਰੂਰ ਪਤਾ ਲੱਗਦਾ ਕਿ ਕਿਸ ਕੰਮ 'ਚ ਕਿੰਨੀ ਕਿੱਥੇ ਇਹ ਗਲਤ ਬਿੱਲ ਬਣ ਰਹੇ ਨੇ, ਅਸਲੀ ਬਣ ਰਹੇ, ਨਕਲੀ ਬਣ ਰਹੇ, ਚੋਰੀ ਹੋ ਰਹੀ ਹੈ, ਨਹੀਂ ਹੋ ਰਹੀ ਹੈ। ਸਵਾਲ ਹੈਗਾ ਕਿ ਅਗਰ ਇਹ ਸਾਰੀਆਂ ਗੱਲਾਂ ਹੋ ਰਹੀਆਂ ਸਨ ਤਾਂ ਜਵਾਬਦਾਰੀ ਕਿਸ ਤਰ੍ਹਾਂ ਨਾਲ ਤੈਅ ਹੋਏਗੀ? ਜੋ ਮੇਨ ਐਕਿਊਜ਼ ਹੈ, ਇਸ ਟਾਈਮ ਮੈਂ ਐਕਿਊਜ਼ ਕਹਿ ਲਵਾਂ ਕਿਉਂਕਿ ਪ੍ਰਧਾਨ ਤਾਂ ਸੀਗਾ ਕਦੇ ਸੀਗਾ, ਕਿਉਂਕਿ ਇੱਕ ਇਹ ਕਿਹਾ ਜਾਂਦਾ ਕਿਸੇ ਵੀ ਕਿਸੇ ਥਾਣੇ ਦਾ ਕੋਈ SHO ਕਿੱਥੇ ਥਾਣੇ 'ਚ ਗਲਤ ਕੰਮ ਹੋ ਜਾਏ ਤਾਂ ਸਸਪੈਂਡ ਹੈ ਜਿਹੜਾ SHO ਹੁੰਦਾ, ਜ਼ਿੰਮੇਵਾਰੀ ਉਸਦੀ ਬਣਦੀ ਹੈ। ਔਰ ਉਸੇ ਤਰ੍ਹਾਂ ਸੰਗਤ ਨੇ ਅਗਰ ਉਹ ਖੁਦ ਛਾਤੀ ਠੋਕ ਕੇ ਕਹਿੰਦਾ ਕਿ 2017 ਦੇ ਵੀ ਜਿਹੜਾ ਇਲੈਕਸ਼ਨ ਹੋਇਆ ਸੀ ਉਹ ਮੇਰੇ ਫੇਸ 'ਤੇ ਲੜਾ ਗਿਆ ਸੀ, ਮੈਂ ਜਿੱਤਿਆ, ਮੇਰੇ ਕਰਕੇ ਪਾਰਟੀ ਸੱਤਾ 'ਚ ਆਈ ਹੈ, ਤਾਂ ਇਸ ਕਰਕੇ ਜਵਾਬਦਾਰੀ ਮੈਂ ਸਮਝਦਾ ਸਿਰਫ ਔਰ ਸਿਰਫ ਉਸਦੀ ਹੀ ਬਣਦੀ ਹੈ। ਉਸ 'ਤੇ ਅਸੀਂ ਆਉਂਦੇ ਹਾਂ। ਮੈਂ ਇਸ ਤੋਂ ਪਹਿਲੇ ਜਾਣਨਾ ਚਾਹਾਂਗਾ ਕਿ ਪਿਛਲੇ ਪੂਰੇ ਟਰਮ ਦਾ ਅਤੇ ਇਹ ਵਾਲਾ ਹਾਫ ਟਰਮ ਪੂਰਾ ਅੰਡਰ ਸਕੈਨਰ ਹੈ ਕਰਪਸ਼ਨ ਨੂੰ ਲੈ ਕੇ, ਅਤੇ ਤੁਸੀਂ ਕਹੀ ਗਿਆ ਕਿ ਸੈਕਸ਼ੁਅਲ ਹਰੈਸਮੈਂਟ ਦੇ ਵੀ ਕੇਸਿਸ ਜਿਹੜੇ ਉਹਨਾਂ ਦੇ ਕੋਲੀਗਸ ਦੇ ਹੈਗੇ ਉਹ 'ਤੇ ਲੱਗੇ ਨੇ, ਅਤੇ ਇਹ ਇੱਕ ਨਵੇਂ ਰਿਕਾਰਡ ਬਣਾਏ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ। ਸੋ ਤੁਸੀਂ ਇਹਨੂੰ ਕਿ ਇਸ ਮਾਮਲੇ ਦੇ ਵਿੱਚ ਸਿਰਫ GK ਨੂੰ ਤੁਸੀਂ ਸਮਝਦੇ ਹੋ ਉਹੀ ਜ਼ਿੰਮੇਵਾਰ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਕਮੇਟੀ ਦੇ ਜਿਹੜੇ ਵਰਕਿੰਗ ਕਮੇਟੀ ਐਗਜ਼ੈਕਟਿਵ ਦੇ ਮੈਂਬਰ ਨੇ ਉਹ ਵੀ ਜ਼ਿੰਮੇਵਾਰ ਨੇ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜਾ ਸਿਸਟਮ ਹੈ ਨਾ, ਉਸ ਸਿਸਟਮ ਦੇ ਵਿੱਚ ਇੱਕ ਜ਼ਰੂਰ ਕਹਿਣ ਨੂੰ 46 ਮੈਂਬਰ ਹੁੰਦੇ ਨੇ, ਇਹ ਵੀ ਜ਼ਰੂਰ ਕਹਿਣ ਨੂੰ ਇੱਕ ਪਾਰਟੀ ਦੇ 35-40 ਮੈਂਬਰ ਹੋ ਗਏ। ਤੁਹਾਡੀ ਗੱਲ ਠੀਕ ਨਹੀਂ ਕਿ ਐਗਜ਼ੈਕਟਿਵ ਵੀ ਤਾਂ ਹੁੰਦੇ ਨੇ ਜਿਹੜੀ ਵਰਕਿੰਗ ਮੀਟਿੰਗ, ਬਟ ਮੈਂ ਤੁਹਾਨੂੰ ਦੱਸ ਦਿਆਂ ਇਹ ਸਾਰੀਆਂ ਜਿੰਨੀ ਐਗਜ਼ੈਕਟਿਵ ਜਾਂ ਜਿੰਨਾ ਬਾਕੀ ਸਭ ਕਿਸੇ ਗੱਲ ਨਹੀਂ, ਨਾ ਕਿਸੇ ਨੂੰ ਸੋਝੀ ਹੈ, ਨਾ ਕਿਸੇ ਨੂੰ ਸਮਝ ਹੈ। ਕਹਿਣ ਨੂੰ ਕੋਈ ਐਗਜ਼ੈਕਟਿਵ ਮੈਂਬਰ ਹੋਵੇ, ਲੇਕਿਨ ਐਗਜ਼ੈਕਟਿਵ ਮੈਂਬਰ ਨੂੰ ਆਪਣੀ ਪਾਵਰਸ ਦਾ ਅਗਰ ਪਤਾ ਹੀ ਨਾ ਹੋਵੇ ਕਿ ਮੇਰੀ ਪਾਵਰ ਕੀ ਹੈ, ਕਿਹੜਾ ਕੋਈ ਖਰਚਾ ਮੇਰੇ ਉਹ ਓਬਜੈਕਸ਼ਨ ਤੋਂ ਬਿਨਾਂ ਜਾਂ ਮੇਰੀ ਸਹਿਮਤੀ ਤੋਂ ਬਿਨਾਂ ਪਾਸ ਨਹੀਂ ਹੋ ਸਕਦਾ, ਜਿਸ ਦਿਨ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋਏਗੀ ਤਦ ਹੀ ਉਹ ਆਪਣਾ ਰੋਲ ਅਦਾ ਕਰਦੇ ਨਾ। ਉਹਨਾਂ ਨੂੰ ਸੋਝੀ ਨਹੀਂ ਸੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਐਗਜ਼ੈਕਟਿਵ ਦੀ ਪਾਵਰ ਕੀ ਹੈ। ਸੋ ਤੁਹਾਡਾ ਕਹਿਣਾ ਮਤਲਬ ਹੈ ਹਰਮੀਤ ਕਾਲਕਾ ਜਿਹੜੇ ਜੁਆਇੰਟ ਸੈਕਟਰੀ ਸੀਗੇ ਜਾਂ ਜਿਹੜੇ ਮਨਜਿੰਦਰ ਸਿੰਘ ਸਿਰਸਾ ਜਾਂ ਹੋਰ ਜਿਹੜੇ ਮੇਨ ਇਹਨਾਂ ਦੇ ਪਰਮਜੀਤ ਸਿੰਘ ਰਾਣਾ, ਇਹ ਸਾਰੇ ਇਨਕੰਪੀਟੈਂਟ ਅਤੇ ਇੱਕ ਇਹਨਾਂ ਦੀ ਕਹਿ ਲਓ ਇੱਕ ਇਹਨਾਂ ਦਾ ਨੌਨ ਸ਼ੈਲੈਂਟ ਐਟੀਟਿਊਡ ਸੀਗਾ, ਮਤਲਬ ਬਿਲਕੁਲ ਕੁਛ ਤਾਂ ਹੀ ਇਹਨਾਂ ਨੂੰ ਨੈਗਲੀਜੈਂਸ ਸੀਗੀ ਨਾ ਇਹਨਾਂ ਦੀ। ਮੈਂ ਇਸ ਗੱਲ 'ਤੇ ਬਿਲਕੁਲ ਆ ਰਿਹਾ ਕਿ ਜਿਹੜੇ ਆਫਿਸ ਬੇਅਰਰਸ ਹੁੰਦੇ ਨੇ ਉਹਦੀ ਮੋਰਲ ਡਿਊਟੀ ਬਣਦੀ ਹੈ ਕਿ ਜੋ ਵੀ ਉਸ ਆਫਿਸ ਬੇਅਰਰਸ ਦੀ ਗੱਲ ਕਰ ਰਿਹਾ, ਬਾਕੀ ਐਗਜ਼ੈਕਟਿਵ ਮੈਂਬਰ ਇਹ ਵੋ, ਉਹਨਾਂ ਨੂੰ ਐਗਜ਼ੈਕਟਿਵ ਮੈਂਬਰ ਦੀ ਜ਼ਿਆਦਾ ਹੁੰਦੀ ਕਿਉਂਕਿ ਉਹ ਬਟ ਜ਼ਿਆਦਾ ਤਦ ਹੁੰਦੀ ਜੇ ਉਹਨੂੰ ਉਸ ਗੱਲ ਦੀ ਸਮਝ ਹੋਵੇ। ਜਿੱਥੇ ਤੱਕ ਮੇਰਾ ਅੱਜ ਤੱਕ ਦੀ ਜਾਣਕਾਰੀ, ਜਿੰਨੀ ਮੇਰੀ ਮਤਲਬ ਇਸ ਬਾਰੇ ਮੈਂ ਸਮਝ ਸਕਦਾ ਇਸ ਸਿਸਟਮ ਨੂੰ, ਮੈਂ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਮਤਲਬ ਇੱਕ ਐਗਜ਼ੈਕਟਿਵ ਮੈਂਬਰ ਵੀ ਰਿਹਾ, ਫਿਰ ਜਨਰਲ ਸੈਕਟਰੀ ਵੀ ਰਿਹਾ, ਅਤੇ ਪਿਛਲੇ 12-13 ਸਾਲਾਂ ਤੋਂ ਚਲੋ ਮੈਂਬਰ। ਇਸ ਗੱਲ ਦੀ ਸੋਝੀ ਕਿਸੇ ਬੰਦੇ ਨੂੰ ਐਕਟ ਦੇ ਹਿਸਾਬ ਨਾਲ ਹੈ ਹੀ ਨਹੀਂ ਕਿ ਐਗਜ਼ੈਕਟਿਵ ਦੀ ਪਾਵਰ ਕੀ ਹੁੰਦੀ ਹੈ, ਕਿ ਐਗਜ਼ੈਕਟਿਵ ਕਿਹੜੇ ਖਰਚੇ ਪਾਸ ਕਰ ਸਕਦੀ ਹੈ, ਨਹੀਂ ਕਰ ਸਕਦੀ। ਹਰ ਖਰਚਾ ਛੋਟੇ ਤੋਂ ਵੱਡਾ ਸਾਰਾ ਐਗਜ਼ੈਕਟਿਵ ਨੂੰ ਪਾਸ ਕਰਨਾ, ਬਟ ਐਗਜ਼ੈਕਟਿਵ ਮੈਂਬਰਸ ਨੂੰ ਇਸ ਗੱਲ ਦੀ ਸਮਝ ਜਦ ਤੱਕ ਨਹੀਂ ਹੋਏਗੀ ਕਿ ਕਿਹੜਾ ਖਰਚਾ ਗਲਤ ਹੋ ਰਿਹਾ, ਕਿਹੜਾ ਠੀਕ ਹੋ ਰਿਹਾ। ਇੱਕੋ ਲਫ਼ਜ਼ ਕਿਹਾ ਜਾਂਦਾ, ਖਰਚੇ ਸਾਰੇ ਹੋਣ ਤੋਂ ਬਾਅਦ ਜਦੋਂ ਮੀਟਿੰਗ ਹੁੰਦੀ ਹੈ, ਪਿਛਲੇ ਸਾਰੇ ਖਰਚਿਆਂ ਦੀ ਪ੍ਰਵਾਨਗੀ ਐਗਜ਼ੈਕਟਿਵ ਹਾਲ ਤੋਂ ਦਿੱਤੀ ਜਾਂਦੀ ਹੈ। ਹਾਂਜੀ, ਸਾਰੇ ਹੱਥ ਖੜੇ ਕਰ ਦਿੰਦੇ ਆ, ਕੋਈ ਇਸ ਗੱਲ ਨੂੰ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕਰਦਾ, ਨਾ ਸਰਨਾ ਸਾਹਿਬ ਦੇ ਟਾਈਮ, ਨਾ ਅੱਜ ਦੇ ਟਾਈਮ, ਤਾਂ ਨਾ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਵੀ ਕਿ ਬਈ ਕਿਹੜੇ ਖਰਚੇ, ਡਿਟੇਲਸ ਕੀ ਨੇ, ਉਸ ਨੂੰ ਐਗਜ਼ੈਕਟਿਵ ਦੇ ਉਹਦੇ ਉੱਤੇ ਕਿਉਂ ਨਹੀਂ ਰੱਖਿਆ ਗਿਆ ਮਿੰਟਸ ਵਿੱਚ। ਸੋ ਮਤਲਬ ਜਿਵੇਂ ਮਨਜਿੰਦਰ ਸਿਰਸਾ ਸਾਰੇ ਜਿਹੜੇ ਕਾਲਕਾ ਹੋਣੀ ਬਾਠ ਹੋਣੀ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਪਤਾ ਹੀ ਨਹੀਂ ਸੀਗਾ, ਇਹ ਕਿਤੇ ਸਾਰੀਆਂ ਪਾਵਰ ਜਿਹੜੀਆਂ ਸੀਗੀਆਂ GK ਉਹਨਾਂ ਕੋਲ ਸੀਗੀਆਂ, ਸਾਰੇ ਲੇਮ ਐਕਸਕਿਊਜ਼ ਹੈਗੇ ਨੇ, ਉਹਨਾਂ ਦੀ ਨੈਗਲੀਜੈਂਸ ਸੀਗੀ, ਇਹ ਗੱਲ ਤਾਂ ਮੰਨਦੇ ਹੋ? ਇਹਦੇ ਕੋਈ ਦੋਰਾ ਹੀ ਨਹੀਂ ਹੈ। ਜਦੋਂ ਤੁਸੀਂ ਕਿਸੇ ਸੀਟ ਐਜ਼ ਅ ਮੈਂਬਰ ਨੈਗਲੀਜੈਂਸ ਸੀਗੀ, ਤੁਸੀਂ ਸੀਟ ਤੇ ਬੈਠਦੇ ਹੋ, ਤੁਹਾਡੀ ਜਵਾਬਦਾਰੀ ਬਣਦੀ ਹੈ ਕਿ ਤੁਸੀਂ ਹਰ ਕੋਈ ਇਹੋ ਜਿਹਾ ਕੰਮ ਅਗਰ ਗੁਰਦੁਆਰਾ ਕਮੇਟੀ 'ਚ ਹੋ ਰਿਹਾ, ਇਹਨੂੰ ਇੱਕ ਖਾਲੀ ਨਾਰਮਲ ਜੀ ਗੱਲ ਸਮਝ ਕੇ ਜਾਂ ਸੀਟ ਦੀ ਆਪਣਾ ਉਹ ਸਮਝ ਕੇ ਨਾ ਕੀਤਾ ਜਾਏ। ਉਹਦੇ 'ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਸਨੂੰ ਅੱਛੇ
ਜਾਂ ਕਿਸ ਤਰ੍ਹਾਂ ਨਾਲ ਹੋਰ ਮਤਲਬ ਉਹ ਕਿਹੜੇ ਕਿਹੜੇ ਇਹੋ ਜਿਹੇ ਕੰਮ ਉੱਥੇ ਹੋ ਰਹੇ ਨੇ, ਚਾਹੇ ਜੇ ਤੁਸੀਂ ਸੈਕਸੁਅਲ ਹਰਾਸਮੈਂਟ ਦਾ ਕਿਹਾ ਜਾਂ ਕਿਸ ਤਰ੍ਹਾਂ ਦਾ ਕਿਹਾ, ਉਹਦੇ ਉੱਤੇ ਤੁਸੀਂ ਆਪਣਾ ਰੋਲ ਕਿਸ ਤਰ੍ਹਾਂ ਨਾਲ ਨਿਭਾ ਰਹੇ ਹੋ ਜਾਂ ਕਿਸ ਤਰ੍ਹਾਂ ਨਾਲ ਤੁਹਾਨੂੰ ਗੁਰੂ ਘਰ ਪ੍ਰਤੀ ਨਿਭਾਉਣਾ ਚਾਹੀਦਾ। ਹਰ ਆਦਮੀ ਦੀ ਆਪਣੀ ਆਪਣੀ ਜਗ੍ਹਾ 'ਤੇ ਆਪਣੀ ਜਵਾਬਦਾਰੀ ਬਣਦੀ ਹੈ ਸੀਟ ਦੇ ਹਿਸਾਬ ਨਾਲ। ਸੋ ਜਨਰਲ ਸਕੱਤਰ ਤੁਸੀਂ ਵੀ ਰਹੇ ਜੇ, ਕਿੰਨੀ ਕੁ ਪਾਵਰ ਹੁੰਦੀਆਂ ਨੇ? ਮੈਂ ਤਾਂ ਜਿੱਥੇ ਤੱਕ ਸੁਣਿਆ ਕਿ ਜਨਰਲ ਸਕੱਤਰ ਦੀ ਕਈ ਜਗ੍ਹਾ 'ਤੇ ਪ੍ਰਧਾਨ ਤੋਂ ਜ਼ਿਆਦਾ ਪਾਵਰ ਹੁੰਦੀਆਂ ਨੇ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਅੱਜ ਅਸੀਂ ਗੱਲਾਂ ਨੇ ਇਹਨਾਂ ਨੂੰ ਜਿੰਨੀ ਮਰਜ਼ੀ ਕਰ ਲਈਏ, ਗੁਰਦੁਆਰਾ ਕਮੇਟੀ ਦੇ ਸਿਸਟਮ 'ਤੇ ਤੁਸੀਂ ਗੱਲ ਕਰੋਗੇ ਨਾ, ਬੜਾ ਅਜੀਬ ਜਿਹਾ ਸਿਸਟਮ ਹੈ। ਨਹੀਂ ਅਜੀਬ ਹੈ ਜਾਂ ਨਹੀਂ, ਜਦੋਂ ਤੁਸੀਂ ਇੱਥੋਂ ਹੀ ਲੈ ਲਓ, ਜਦੋਂ ਕੋਈ ਵੀ ਪਾਰਟੀ ਜਿੱਤ ਕੇ ਆਉਂਦੀ ਹੈ ਨਾ, ਤਾਂ ਉਹਦਾ ਪਹਿਲਾ ਕੰਮ ਪਤਾ ਕੀ ਹੁੰਦਾ? ਭਾਵੇਂ ਪ੍ਰਧਾਨ ਕੋਈ ਵੀ ਰਿਹਾ ਹੋਵੇ, ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ। ਹਾਂਜੀ, ਉਹਦਾ ਪਹਿਲਾ ਕੰਮ ਹੁੰਦਾ ਕਿ ਐਗਜੈਕਟਿਵ ਦੀ ਚੋਣ ਇਹੋ ਜਿਹੀ ਕੀਤੀ ਜਾਏ, ਮਤਲਬ ਉਹ 10 ਮੈਂਬਰ ਇਹੋ ਜਿਹੇ ਚੁਣੇ ਜਾਣ ਜਿਹੜੇ ਮੇਰੇ ਜੀ ਹਜ਼ੂਰੀ 'ਚ ਮੇਰੀ ਗੱਲ ਨੂੰ ਕੱਟਣ ਨਾ, ਮੇਰੇ ਗੱਲ ਤੇ ਕਿੰਤੂ ਪਰੰਤੂ ਨਾ ਕਰਨ। ਯੈਸ ਮੈਨ ਓਨ, ਹਾਂਜੀ, ਸਮਝੇ? ਪਹਿਲੀ ਗੱਲ। ਓਕੇ, ਦੂਜੀ ਗੱਲ, ਜਿਹੜੇ ਬਾਕੀ ਆਫਿਸ ਬਿਰਰ ਬਣਾਏ ਜਾਂਦੇ ਨੇ, ਉਹ ਵੀ ਇਹਨਾਂ ਸ਼ਰਤਾਂ ਦੇ ਆਧਾਰ ਤੇ, ਜਾਂ ਉਸ ਦੀ ਅਗਰ ਹੋ ਸਕਦਾ ਪਰਸਨਲ ਕੋਈ ਪਰਸਨੈਲਿਟੀ ਨੂੰ ਦੇਖ ਕੇ ਜਾਂ ਉਹਦਾ ਪਰਸਨਲ ਉਹਦਾ ਦਬਦਬਾ ਦੇਖ ਕੇ ਉਸਨੂੰ ਉਸ ਸੀਟ ਦੇ ਉੱਤੇ ਲਿਆਤਾ ਜਾਏ। ਲੇਕਿਨ ਸਭ ਤੋਂ ਪਹਿਲਾਂ ਜੋ ਸਿਸਟਮ ਉਹ ਇੱਥੇ ਹੀ ਗਲਤ ਹੈ, ਕਰਪਟ ਸਿਸਟਮ ਹੈ। ਚਲੋ, ਉਹਨੂੰ ਅਸੀਂ ਜਨਰਲਾਈਜ਼ ਨਾ ਕਰੀ, ਤੁਸੀਂ ਤੁਹਾਨੂੰ ਤਾਂ ਅਸੀਂ ਯੈਸ ਮੈਨ ਨਹੀਂ ਕਹਿ ਸਕਦੇ ਨਾ, ਤੁਸੀਂ ਵੀ ਸੀਗੇ ਜਨਰਲ ਸਕੱਤਰ। ਬਿਲਕੁਲ ਬਿਲਕੁਲ, ਤੁਸੀਂ ਤਾਂ ਕਈ ਜਗ੍ਹਾ ਵਿਰੋਧ ਵੀ ਕੀਤਾ ਸੀ। ਹਾਂ, ਕੀਤਾ, ਵਿਰੋਧ ਵੀ ਕੀਤਾ, ਤੁਸੀਂ ਬੜਾ ਪ੍ਰਾਊਡਲੀ ਚੈਸਟ ਥੰਪਿੰਗ ਕਰਦੇ ਹੋ ਕਿ ਮੈਂ ਹਰ ਇਨਸਾਨ ਨੂੰ ਕਰਨਾ ਚਾਹੀਦਾ, ਚਾਹੇ ਮਨਜਿੰਦਰ ਸਿੰਘ ਸਿਰਸਾ ਹੋਵੇ, ਚਾਹੇ ਹਰਮੀਤ ਕਾਲਕਾ ਹੋਵੇ, ਚਾਹੇ ਮੇਰੇ ਤੋਂ ਪਹਿਲੇ ਕੋਈ ਵੀ ਹੋਰ ਵੀ ਰਹੇ ਹੋਣ। ਹਾਂਜੀ, ਸੋ ਤੁਸੀਂ ਮੰਨਦੇ ਮਨਜਿੰਦਰ ਸਿਰਸਾ ਵੀ ਇਕੁਅਲੀ ਰਿਸਪੋਨਸਿਬਲ ਹੈਗੇ ਨੇ ਕਰਪਸ਼ਨ? ਹਰ ਆਦਮੀ ਦੀ, ਮੈਂ ਕਿਹਾ ਸੀਟ ਦੇ ਸਾਹਮਣੇ ਜਨਰਲ ਸਕੱਤਰ ਦੀ ਜ਼ਿਆਦਾ ਪਾਵਰ ਹੈ, ਤੁਸੀਂ ਮੰਨਦੇ ਹੋ? ਨੋ ਨੋ, ਦੇਖੋ, ਇਹ ਗੱਲਾਂ ਕਹਿਣ ਦੀਆਂ ਨੇ, ਮੈਂ ਹੁਣੇ ਤੁਹਾਨੂੰ ਕੀ ਕਿਹਾ? ਤੁਹਾਡੀ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਦੱਸਦਾ, ਤੁਸੀਂ ਰੋਲ ਬਣਾਇਆ ਸੀ ਕਿ ਨਹੀਂ ਬਣਾਇਆ ਸੀ? ਸਰ, ਯੂ ਰੇਜ਼ ਦਾ ਵੌਇਸ, ਮੈਂ ਤੁਹਾਡੀ ਗੱਲ ਤੇ ਆ ਰਿਹਾ ਕਿ ਹੁਣੇ ਮੈਂ ਕੀ ਕਿਹਾ? ਅੱਜ ਵੀ YouTube ਤੇ ਤੁਹਾਡੀ ਸਪੀਚਾਂ ਪਈਆਂ, ਮੈਂ ਤੁਸੀਂ ਕਿੰਨੀ ਵਾਰ ਗੱਲ ਦਾ ਜਵਾਬ ਦੇਵਾਂਗੇ? ਐਗਜ਼ੀਕਿਊਟਿਵ ਬਾਡੀ ਸਾਹਿਬ ਦੀ ਬਣਤਰ ਬਣਾਈ ਜਾਂਦੀ, ਲੈ ਦੇ ਕੇ ਜਦੋਂ ਕੋਈ ਮਸਲਾ ਫਸੇਗਾ, ਮੈਂ ਉਸ ਤੇ ਨਹੀਂ ਜਾ ਰਿਹਾ, ਮੈਂ ਉਸ ਤੇ ਜਾ ਰਿਹਾ। ਹਾਂਜੀ, ਜਦੋਂ ਮੈਂ ਆਪਣਾ ਕੋਈ ਰੋਲ, ਮੇਰੇ ਕਿਸੇ ਗੱਲ ਤੇ ਵਿਰੋਧ ਹੁੰਦਾ ਹੈ, ਹਾਂਜੀ ਬਈ ਇਹ ਠੀਕ ਨਹੀਂ ਹੈ, ਗਲਤ ਹੈ, ਉਸ ਟਾਈਮ ਕੀ ਮੇਰੇ ਐਸ ਪੁੱਛਣ ਦਾ ਸਵਾਲ ਦਾ ਹੈਗਾ, ਸਿਸਟਮ ਕੀ ਹੁੰਦਾ ਕਿ ਐਗਜ਼ੀਕਿਊਟਿਵ ਦੀ ਮੀਟਿੰਗ ਬੁਲਾ ਲਈ ਜਾਂਦੀ ਹੈ? ਐਗਜ਼ੀਕਿਊਟਿਵ ਯੂ ਆਰ ਐਕਸ ਜਨਰਲ ਸੈਕਟਰੀ, ਮੈਂ ਤੁਹਾਡੇ ਤੋਂ ਇਸ ਬਿਆਨ ਤੋਂ ਪੁੱਛਿਆ ਕਿਉਂਕਿ ਮਨਜਿੰਦਰ ਸਿਰਸਾ ਆਪਣੇ ਨਾਲ ਗਿਰਨੇ, ਮੈਂ ਜਿਵੇਂ ਮੈਨੂੰ ਕੁਝ ਨਹੀਂ ਪਤਾ ਸੀਗਾ, ਬਿਲਕੁਲ ਜਿਵੇਂ ਹੀ ਵਾਸ ਬੋਰਨ ਯੈਸਟਰਡੇ, ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ। ਉਹ ਜਦੋਂ ਵੀ ਇਹ ਮੁੱਦੇ ਹੋਏ ਨੇ, ਉਹ ਗਏ ਹੋਏ ਸੀਗੇ ਆਪਣੇ ਫਾਰਮ ਹਾਊਸ ਦੇ ਵਿੱਚ ਜਾਂ ਇੰਟਰਨੈਸ਼ਨਲੀ ਫੈਮਿਲੀ ਟ੍ਰਿਪ ਦੇ ਵਿੱਚ ਗਏ ਸੀਗੇ, ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀਗਾ। ਜਿਵੇਂ ਇੱਕ ਸ਼ਰੀਫ ਜਾਂ ਇਨੋਸੈਂਟ ਜਾਂ ਜਿਵੇਂ ਬੱਚਾ ਹੁੰਦਾ ਨਾ, ਮੈਨੂੰ ਪਤਾ ਹੀ ਨਹੀਂ ਕੁਛ, ਉਹ ਐਵੇਂ ਕਹਿ ਰਹੇ ਨੇ। ਸੋ ਇਹ ਕਿੰਨੀ ਗੱਲ ਜਾਇਜ਼ ਹੈ, ਮੈਂ ਤੁਹਾਡੇ ਤੋਂ ਪੁੱਛ ਰਿਹਾ, ਇਹ ਨੈਤਿਕ ਤੌਰ ਤੇ ਕਿੰਨੀ ਗੱਲ ਤੌਰ ਤੇ? ਹਾਂ, ਮੈਂ ਹੁਣੇ ਪਹਿਲੇ ਕਿਹਾ ਕਿ ਸੀਟ ਦੇ ਹਿਸਾਬ ਨਾਲ, ਕਿਉਂਕਿ ਜਨਰਲ ਇਹ ਤਾਂ ਗੱਲ ਮੰਨਦੇ ਹੋ ਨਾ ਕਿ ਜਨਰਲ ਸਕੱਤਰ ਦੀ ਬਾਕੀ ਮੈਂਬਰਾਂ ਨਾਲੋਂ ਬਹੁਤ ਜ਼ਿਆਦਾ ਪਾਵਰ ਹੈ। ਸੀਟ ਦੇ ਹਿਸਾਬ ਦਾ ਮਤਲਬ ਕੀ ਹੈ ਕਿ ਜਿਸ ਦੀ ਜਿਹੜੀ ਜਿਹੜੀ ਸੀਟ ਰਹੀ, ਤੁਸੀਂ ਜਨਰਲਾਈਜ਼ ਪ੍ਰਧਾਨ ਦੀ ਸੀਟ ਹੋਵੇ, ਭਾਵੇਂ ਜਨਰਲ ਸਕੱਤਰ ਦੀ ਸੀਟ ਹੋਵੇ ਜਾਂ ਕਿਸੇ ਦੀ, ਤੁਸੀਂ ਹਰ ਇਨਸਾਨ ਦੀ ਆਪਣੀ ਜਵਾਬਦਾਰੀ ਆਪਣੀ ਸੀਟ ਦੇ ਸਾਹਮਣੇ ਬਣਦੀ ਹੈ। ਇਹ ਗੱਲ ਮੰਨਦੇ ਨਹੀਂ ਕਿ ਜਨਰਲ ਸਕੱਤਰ ਦੀ ਜ਼ਿਆਦਾ ਬਣਦੀ ਹੈ? ਇਹ ਗੱਲ ਦੀ ਮੰਨਦੇ ਹੋ? ਅਗਰ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਜੋ ਥੰਮ ਮੰਨੇ ਜਾਂਦੇ ਨੇ, ਅਗਰ ਉਹ ਪ੍ਰਧਾਨ ਜਨਰਲ ਸੈਕਟਰੀ ਨੇ, ਤਾਂ ਨੈਚੁਰਲੀ ਗੱਲ ਹੈ ਹਰ ਇਨਸਾਨ ਦੀ, ਪ੍ਰਧਾਨ ਦੀ ਆਪਣੀ ਜਗ੍ਹਾ ਤੇ, ਜਨਰਲ ਸਕੱਤਰ ਦੀ ਆਪਣੀ ਜਗ੍ਹਾ ਤੇ, ਦੋਨੋਂ ਦੀ ਰਿਸਪੋਨਸਿਬਿਲਟੀ ਬਣਦੀ ਹੈ। ਕਿਉਂਕਿ ਇੱਕ ਨੋਸ਼ਨ ਹੈਗਾ ਸੋਸ਼ਲ ਮੀਡੀਆ ਤੇ ਵੀ ਗੱਲ ਕਰਨਾ, ਬਿਲਕੁਲ ਕਿਹਾ ਜਾਂਦਾ ਕਿ ਯੂ ਆਰ ਡਿਫੈਂਡਿੰਗ ਮਨਜਿੰਦਰ ਸਿਰਸਾ, ਪਲੱਸ ਇਹ ਵੀ ਕਿਹਾ ਜਾਂਦਾ ਕਿ ਯੂ ਆਰ ਹੈਂਡ ਇਨ ਗਲਵਸ ਵਿਦ ਮਨਜਿੰਦਰ ਸਿਰਸਾ, ਹੀ ਗੇਵ ਯੂ ਪੇਪਰ ਕਿ ਜਿਹੜਾ ਇਹ ਮੁੱਦਾ ਹੋਇਆ, ਅਤੇ ਇਸ ਜਿਹੜਾ ਵੀ ਇਹ ਕਿਓਸ ਹੋਇਆ, ਇਹਦੇ ਵਿੱਚ ਦੋ ਬੰਦੇ ਸਭ ਤੋਂ ਜ਼ਿਆਦਾ ਬੈਨੀਫਿਟਿਡ ਹੋਏ ਨੇ। ਇੱਕ ਮਨਜਿੰਦਰ ਸਿਰਸਾ, ਜਿਨ੍ਹਾਂ ਦੀ ਬਹੁਤ ਪੁਰਾਣੀ ਡ੍ਰੀਮ ਸੀਗੀ ਕਿ ਮੈਂ ਪ੍ਰਧਾਨ ਬਣਾ, ਦੂਜਾ ਤੁਹਾਡਾ ਜਿਹੜਾ ਸਬਜ਼ੀਆਂ ਦਾ ਇੰਨਾ ਵੱਡਾ ਮੁੱਦਾ 2012 ਦਾ 5 ਕਰੋੜ ਦਾ ਆਇਆ ਸੀਗਾ, ਇਹਦੀ ਤੁਹਾਨੂੰ ਕਲੀਨ ਚਿੱਟ, ਇਹ ਤੁਸੀਂ ਦੋਨੋਂ ਦੇ ਮਕਸਦ ਪੂਰੇ ਹੋਏ ਅਤੇ ਸਾਈਡ ਹੋਏ, ਇਹ ਸੋਸ਼ਲ ਮੀਡੀਆ 'ਤੇ ਗੱਲਾਂ ਚੱਲ ਰਹੀਆਂ ਇੱਦਾਂ ਦੀਆਂ। ਹੁਣ ਇਹਦਾ ਜਵਾਬ ਤੁਸੀਂ ਮੈਂ ਤੁਹਾਨੂੰ ਦੇ ਦਿੰਦਾ। ਹਾਂਜੀ, ਪਹਿਲੀ ਗੱਲ ਹੈਗੀ, ਕਿਉਂਕਿ ਇਹਦਾ ਰਿਐਲਿਟੀ ਐਂਡ ਬੈਨੀਫਿਟਿਡ ਹੋ ਤੁਸੀਂ ਦੋਨੋਂ। ਪਹਿਲੀ ਗੱਲ ਰਿਐਲਿਟੀ, ਇਹ ਵੀ ਕਿਹਾ ਜਾ ਰਿਹਾ ਇੱਕ ਮਿੰਟ ਬਸ, ਕਿ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਰਸ, ਮੈਂ ਬੈਨੀਫੀਸ਼ੀਅਲ ਕਿਸ ਤਰ੍ਹਾਂ ਹੋਇਆ, ਇਸ ਗੱਲ ਦਾ ਜਵਾਬ ਦੇ ਦੇਣਾ ਤੁਹਾਨੂੰ। ਹਾਂਜੀ, 2013 ਦੇ ਵਿੱਚ ਜਦੋਂ ਕਰਤਾਰ ਸਿੰਘ ਕੋਛੜ ਨੇ ਸਬਜ਼ੀਆਂ ਦਾ ਕੇਸ ਪਾਇਆ, ਕਦੋਂ ਪਾਇਆ? ਹਿਸਟਰੀ ਉਸ ਹਿਸਟਰੀ 'ਚ ਜਾਓ। ਹਾਂ, ਮੈਨੂੰ ਪਤਾ। ਉਹਨੂੰ ਨਹੀਂ ਪਤਾ, ਤੁਹਾਨੂੰ ਕੁਛ ਵੀ ਨਹੀਂ ਪਤਾ, ਕਦੋਂ ਪਾਇਆ ਦੱਸੋ। ਚਲੋ, ਤੁਸੀਂ ਦੱਸੋ ਨਾ, ਤੁਸੀਂ ਕਹਿ ਰਹੇ ਮੈਨੂੰ ਪਤਾ ਸਰ, ਮੈਂ ਤੁਸੀਂ ਫਿਰ ਜਿਹੜੇ ਪਕਸ਼ ਰੱਖਣ ਉਹਨੂੰ ਗੱਲ ਨੂੰ ਕਲੀਅਰ ਹੁੰਦੇ ਹੋ, ਤੁਸੀਂ ਮੈਂ ਬੈਨੀਫੀਸ਼ੀਅਲ ਕਿਸ ਤਰ੍ਹਾਂ ਉਸ ਗੱਲ ਦਾ ਜਵਾਬ ਦੇਣਾ, ਤੁਸੀਂ ਜਵਾਬ ਦੇਣਾ। 2013 ਜਦੋਂ ਕੇਸ ਪਾਇਆ ਕਦੋਂ? ਜਦੋਂ ਚੁਣਾਵ ਹਾਰ ਗਈ ਪੂਰੀ ਦੀ ਪੂਰੀ ਸਾਡੇ ਨਾਲ ਪਾਰਟੀ। ਹਾਂਜੀ, ਤਦ ਪਾਇਆ। ਤਦ ਬੰਦ ਕੀ ਸੈਂਸ ਸੀ? ਉਸ ਤੋਂ ਪਹਿਲਾਂ ਕਿਉਂ ਨਹੀਂ ਪਾਇਆ? ਮੈਂ ਤਾਂ ਛੋੜਤਾ ਸੀ ਨਾ। ਹਾਂਜੀ, ਉਸ ਤੋਂ ਪਹਿਲਾਂ ਉਹਨੂੰ ਪਾਉਣਾ ਚਾਹੀਦਾ ਸੀ, ਨਹੀਂ ਪਾਇਆ।
ਉਸ ਤੋਂ ਅੱਗੇ ਆਓ, ਮੈਨੂੰ ਮੇਰੀ ਗੱਲ ਰੱਖਣ ਦਿਓ। ਹਾਂ, ਉਹ ਕੱਟਣ ਨਾਲ ਗੱਲ ਬਣੇਗੀ ਨਹੀਂ, ਸਮਝ ਆਏਗੀ ਸੰਗਤ ਨੂੰ। ਹਾਂਜੀ, ਉਸ ਤੋਂ ਬਾਅਦ ਕੀ ਹੋਇਆ, 2 ਸਾਲ ਸੰਘਾ ਉਹਨੂੰ ਬੁਲਾਇਆ ਜਾਂਦਾ, 14 ਵਾਰੀ ਉਹਦਾ ਵਕੀਲ ਉਹਨੂੰ ਮਤਲਬ ਉਹਦਾ ਉਹ ਸੰਬੰਧ ਦੇ ਅੱਗੇ ਜਵਾਬ ਦੇ ਦਿੰਦੇ ਆ ਜੀ ਚਲੋ ਨਹੀਂ ਪੇਸ਼ ਹੋ ਰਿਹਾ। ਐਨੀ ਹੋ, ਕੋਰਟ ਕੇਸ ਨੂੰ ਕਿਸੇ ਉਹ ਲਿਖ ਉਹਦਾ ਵਕੀਲ ਰਾਈਟਿੰਗ ਹੀ ਦਿੰਦਾ ਕਿ ਸਾਡੇ ਕੋਲ ਇਹਦੇ ਖਿਲਾਫ਼ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈਗਾ, ਇਸ ਕਰਕੇ ਅਸੀਂ ਇਸ ਮਤਲਬ ਉਹ 156 ਦਿਨ 'ਚ ਨਹੀਂ ਜਾਣਾ ਚਾਹ ਰਹੇ। ਕੋਰਟ ਹੀ ਲੱਗਿਆ, ਮੈਂ ਨਹੀਂ ਕਹਿ ਰਿਹਾ, ਜ਼ਬਾਨੀ ਜਮ੍ਹਾਂ ਖਰਚ ਮੈਂ ਕਦੇ ਕਰਦਾ ਹੀ ਨਹੀਂ। ਉਹ ਕੇਸ ਖਤਮ ਹੋ ਜਾਂਦਾ, ਅਤੇ ਜੇ ਮੈਂ ਪਹਿਲਾਂ ਮੈਨੂੰ ਕਿੰਨੇ ਦਿੱਤਾ ਫਿਰ ਬੈਨੀਫਿਸ਼ੀਅਲ, ਕਿੰਨੇ ਦਿੱਤੀ ਮੈਨੂੰ ਕਲੀਨ ਚਿੱਟ, ਪਹਿਲਾਂ ਤਾਂ ਨਹੀਂ ਦਿੱਤੀ ਜੀ। ਇਸ ਗੱਲ 'ਤੇ ਆ ਰਿਹਾ, ਫਿਰ ਉਸ ਗੱਲ 'ਤੇ ਹੀ ਆ ਜਾਓ। 6 ਸਾਲ ਦਾ ਮਨਜੀ, ਜਦੋਂ 2013 ਤੋਂ 2015 ਦਾ ਪੀਰੀਅਡ ਕੌਣ ਪ੍ਰਧਾਨ ਸੀ? ਮਨਜੀਤ ਸਿੰਘ ਜੀ ਕੇ ਉਰਫ ਜੀ ਸੀ। ਅਗਰ ਉਹਦੀ ਮੋਰਲ ਜ਼ਿੰਮੇਵਾਰੀ ਨਹੀਂ ਬਣਦੀ ਸੀ, ਅੱਜ ਸਿਰਸਾ ਦੀ ਬਣਦੀ, ਉਹਦੀ ਵੀ ਤਾਂ ਬਣਦੀ ਸੀ। ਗੁਰਦੁਆਰਾ ਕਮੇਟੀ ਪਾਰਟੀ 'ਚ ਨਹੀਂ ਸੀ, ਮੈਂ ਛੋੜ ਚੁੱਕਾ ਸੀ। ਯੈਸ, ਇੱਥੇ ਹੀ ਤਾਂ ਮੇਰੀ ਗੱਲ ਤੁਸੀਂ ਪੂਰੀ ਨਹੀਂ ਹੋਣ ਦੇ ਰਹੇ। ਓਕੇ ਓਕੇ, ਮੈਂ ਬਿਲਕੁਲ ਲਗਭਗ 4 ਮਹੀਨੇ ਦੇ ਅੰਦਰ ਅੰਦਰ ਹੀ 2013 ਦੇ ਵਿੱਚ ਹੀ ਪਾਰਟੀ ਛੋੜਦੀ ਸੀ। ਮੇਰੇ ਕੋਲ ਵੀ ਪ੍ਰੂਫ ਹੈ, ਰੈਜ਼ਿਗਨੇਸ਼ਨ। ਯੈਸ, ਮੇਰੇ ਕੋਲ ਰੈਜ਼ਿਗਨੇਸ਼ਨ ਲੈਟਰ ਦੀ ਕਾਪੀ ਹੈ, ਅਖਬਾਰਾਂ ਦੀ ਕਟਿੰਗ ਹੈ। ਓਕੇ, ਜਿਹਦੇ ਵਿੱਚ ਮੇਰੇ ਰੈਜ਼ਿਗਨੇਸ਼ਨ ਬਾਰੇ ਖਬਰਾਂ ਛਪੀਆਂ ਸੀ। ਮੈਂ ਉਹਦੀ ਪਾਰਟੀ ਦਾ ਮੈਂਬਰ ਨਹੀਂ ਸੀ, ਮੈਂ ਇਸ ਗੱਲ 'ਤੇ ਆ ਰਿਹਾ। ਓਕੇ, ਮੈਂ ਬਾਦਲ ਪਾਰਟੀ ਛੋੜ ਚੁੱਕਾ ਸੀ। ਹਾਂਜੀ, ਉਸ ਤੋਂ ਬਾਅਦ ਉਹ ਕੇਸ 2 ਸਾਲ ਚੱਲਦਾ ਰਿਹਾ। ਓਕੇ, ਕਿਉਂ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਸੀ ਜਾਂ ਕੋਈ ਖਰਾਬੀ ਸੀ? ਉਹਦੀ ਮੋਰਲ ਡਿਊਟੀ ਨਹੀਂ ਬਣਦੀ ਸੀ? ਅੱਜ ਸਿਰਸਾ ਦੀ ਡਿਊਟੀ ਬਣਦੀ ਹੈ, ਕਾਲਕਾ ਦੀ ਡਿਊਟੀ ਬਣਦੀ ਹੈ, ਸਾਰੀ ਡਿਊਟੀ ਬਣਦੀ ਹੈ। ਤੁਸੀਂ ਸਵਾਲ ਮੇਰੇ ਕੋਲ ਪੁੱਛ ਰਹੇ ਹੋ, ਉਸ ਟਾਈਮ ਮਨਜੀਤ ਸਿੰਘ ਜੀਕੇ ਦੀ ਡਿਊਟੀ ਨਹੀਂ ਬਣਦੀ ਸੀ ਕਿ ਅਗਰ ਪੁਰਾਣੀ ਕਮੇਟੀ ਨੇ ਗੁਰਮੀਤ ਸਿੰਘ ਸ਼ੰਟੀ ਨੇ ਜਿਹਨੇ ਬਾਦਲ ਪਾਰਟੀ ਵੀ ਛੋੜਤੀ ਹੈ ਕੋਈ ਕਰਪਸ਼ਨ ਕੀਤੀ ਹੈ ਤੇ ਉਹਦੇ ਖਿਲਾਫ਼ ਮਤਲਬ ਅਸੀਂ ਗੁਰਦੁਆਰਾ ਕਮੇਟੀ ਦਾ ਕੋਈ ਪ੍ਰੂਫ ਹੈ ਤੇ ਦਿੱਤੇ ਜਾਣ? ਨਹੀਂ ਬੋਲਦਾ ਉਹ। ਫਿਰ ਮੈਂ ਪਿਛਲੇ ਸਾਲ ਉਹਨੇ 2017 ਦੇ ਵਿੱਚ ਉਹ ਬੁਲਾਈ ਸੀ, ਜਨਰਲ ਹਾਊਸ ਬੁਲਾਇਆ ਸੀ, ਮੈਂ ਉੱਥੇ ਵੀ ਉਹਦਾ ਵਿਰੋਧ ਕੀਤਾ ਸੀ, ਡਟ ਕੇ ਕੀਤਾ ਸੀ। ਮੈਂ ਉਹਨੇ ਮੈਨੂੰ ਥ੍ਰੈਟ ਕੀਤਾ ਸੀ, ਮੈਂ ਉਹਦੀ ਕੰਪਲੇਂਟਸ ਮੋਤੀਨਗਰ ਥਾਣੇ 'ਚ ਵੀ ਕੀਤੀਆਂ ਨੇ, ਨਾ ਸੈਸ਼ਨ 'ਚ ਕੀਤੀਆਂ ਨੇ। ਉੱਥੇ ਕਿਉਂ ਨਹੀਂ ਉਹਨੇ ਫਿਰ ਉਸ ਮੇਰੇ ਖਿਲਾਫ਼ ਤਦ ਕੋਈ ਕਾਰਵਾਈ ਕੀਤੀ? ਉਹਨੇ ਕਦੋਂ ਕੀਤੀ? ਜਦੋਂ ਮੈਂ ਉਹਦੇ ਖਿਲਾਫ਼ FIR ਕਰਾ ਦਿੱਤੀ। ਫਿਰ ਕਰ ਕੌਣ ਰਿਹਾ? ਉਹਦਾ ਭਰਾ ਕਰ ਰਿਹਾ, ਅਤੇ ਮੈਨੂੰ ਕਲੀਨ ਚਿੱਟ ਕਰ ਦੇਣਗੇ? ਮੈਨੂੰ ਕਲੀਨ ਚਿੱਟ ਤਾਂ ਦਿੱਤੀ ਕੋਰਟ ਨੇ, ਗੁਰੂ ਮਹਾਰਾਜ ਨੇ 2 ਸਾਲ ਪਹਿਲੇ 2015 'ਚ। ਅਗਰ ਇਹਨਾਂ ਨੂੰ ਲੱਗਦਾ ਸੀ ਸਭ ਕੁਝ ਗਲਤ ਹੋਇਆ ਤਾਂ 2015 ਹੀ ਕਰ ਲੈਂਦੇ ਆਪਣਾ ਫਰਜ਼ ਪੂਰਾ। ਇਸ ਕਰਕੇ ਮੈਨੂੰ ਕਿਸੇ ਨੇ ਕੀ ਕਲੀਨ ਚਿੱਟ ਦੇਣੀ ਹੈ? ਇਹਦੇ ਨਾਲ ਇਹਦੇ 2 ਕਾਊਂਟਰ ਮੇਰੇ ਤੋਂ ਸਵਾਲ ਹੈ। ਲੋ, ਇੱਕ ਤਾਂ ਇਹਨੂੰ ਪੂਰ ਐਡਵੋਕੇਸੀ ਦੇ ਨਾਲ ਵੀ ਰਿਲੇਟ ਕੀਤਾ ਜਾ ਸਕਦਾ ਕਿ ਉਹਨਾਂ ਨੇ ਢੰਗ ਨਾਲ ਕੋਰਟ ਕੇਸ ਲੜਿਆ ਨਹੀਂ। ਇੱਕ ਮਿੰਟ ਹੁਣ ਤਾਂ ਲੜ ਲਿਆ। 2013 ਤੋਂ ਪਹਿਲਾਂ ਜਾਂ 14 ਤੋਂ ਪਹਿਲਾਂ ਕਿੰਨੀ ਵਾਰ ਮੈਂ ਇਸ ਕੇਸ ਨੂੰ, ਜੇ 1984 ਦੇ ਕੇਸ ਨਾਲ ਰਿਲੇਟ ਕਰਾਂ, ਕਿੰਨੀ ਵਾਰ ਜਗਦੀਸ਼ ਚੈਟਰ ਨੂੰ ਕਲੀਨ ਚਿੱਟ ਮਿਲ ਚੁੱਕੀ, CBI ਤੋਂ ਮਿਲ ਚੁੱਕੀ ਹੈ? ਪੀ ਚਿਦੰਬਰਮ ਨੇ ਤਾਂ ਕਿਹਾ ਸੀਗਾ ਮਾਈ ਫਰੈਂਡ ਹੈਜ਼ ਗੋਟ ਕਲੀਨ ਚਿੱਟ, ਆਈ ਐਮ ਵੈਰੀ ਹੈਪੀ। 2009 ਦਾ ਸਾਨੂੰ ਸਾਰਿਆਂ ਨੂੰ ਮੁੱਦਾ ਪਤਾ ਹੈ ਕਿ ਇਹਦਾ ਮਤਲਬ ਸੱਜਣ ਕੁਮਾਰ ਤੇ ਜਿਹੜਾ ਜਗਦੀਸ਼ ਟਾਈਟਲਰ ਹੈ ਉਹ ਪਾਕ ਸਾਹਿਬ ਨੇ। ਮੈਂ ਤੇ ਨਹੀਂ ਮਿਲੀ ਸੀ, ਡਿਸਮਿਸ ਕੇਸ ਖਤਮ ਹੋ ਗਿਆ। ਨਹੀਂ ਨਹੀਂ ਸਰ, ਕਲੀਨ ਚਿੱਟ ਮਿਲਣਾ ਤੇ ਉਹ ਹੈ ਕਿ ਰੀਓਪਨਿੰਗ ਆਫ ਦਾ ਕੇਸ ਦਾਖਲ ਕਰਦੀ ਸੀ ਮੰਜੀ ਸੀ ਉਹ ਕੇਸ ਆਫ ਦਾ ਕੇਸ ਕਲੋਜ਼ਰ ਹੋ ਗਈ। ਕਿੰਨੀ ਵਾਰ ਡਿਸਮਿਸ ਹੋਏ ਨੇ ਇਹਨਾਂ ਦੇ? CBI ਨੇ ਕਿੰਨੀ ਵਾਰ ਕਲੋਜ਼ਰ ਕੀਤੀ ਹੈ? ਹਾਂ ਬਿਲਕੁਲ, ਕਿ ਰੀਓਪਨਿੰਗ ਆਫ ਕੇਸ ਨਹੀਂ ਹੁੰਦੇ ਸਰ? ਪੁਲਿਸ ਵੱਲੋਂ ਕਲੀਨ ਚਿੱਟ ਦੇਣਾ ਹੋਰ ਚੀਜ਼ ਹੈ, ਰੀਓਪਨਿੰਗ ਕਰਨ ਨਾਲ 10 ਵਾਰੀ ਕਰਨ ਅਜੇ ਤਾਂ ਲੋਅਰ ਕੋਰਟ ਤੇ ਲੈਣਾ ਚਾਹੁੰਦਾ ਨਾ, ਹਾਈ ਕੋਰਟ ਜਾਏ, ਸੁਪਰੀਮ ਕੋਰਟ ਜਾਏ, ਮਨਾ ਕਿਨੇ ਕਰਨਾ? ਇਹਨੂੰ ਕਿਵੇਂ ਫਾਈਨਲ ਥੋੜੀ ਨਹੀਂ ਕਹਿ ਸਕਦੇ ਨਾ ਅਸੀਂ? ਹੁਣ ਇਹਨੂੰ ਕਿਵੇਂ ਦੇਖਿਆ ਜਾ ਰਿਹਾ ਹੈ? ਤੁਸੀਂ ਐਸ ਪਰ ਅੱਜ ਸਟੇਟਸ ਦੀ ਗੱਲ ਕਰੋਗੇ, ਅੱਜ ਫਾਈਨਲ ਹੈ ਕਿ ਨਹੀਂ? ਉਹਨੇ ਕਿਆ ਅਪੀਲ ਕਿਤੇ ਫਾਈਲ ਕਰਤੀ ਹੈ ਸਰ? ਨਹੀਂ ਕੀਤੀ, ਮੈਂ ਤੁਹਾਨੂੰ ਦੱਸ ਰਿਹਾ ਕਰੇ ਉਹ 10 ਵਾਰੀ ਕਰੇ ਸਰ। ਇਹਨੂੰ ਅਸੀਂ ਕਿਨੇ ਮਨਾ ਕਰਦੇ ਹਾਂ? ਐਵੇਂ ਬੜਾ ਇਹਨੂੰ ਐਵੇਂ ਦੇਖਿਆ ਜਾ ਰਿਹਾ ਹੈ ਕਿ ਇਟ ਇਜ਼ ਹੈਂਡ ਇਨ ਗਲਵ ਵਿਦ ਸਿਰਸਾ। ਦਿੱਲੀ ਕਮੇਟੀ ਨੇ ਉਹੀ ਚੀਜ਼ ਦੱਸੀਆਂ ਜਿਹੜੀਆਂ ਤੁਹਾਡੇ ਵਾਸਤੇ ਸੈਲਫ ਸਰਵਿੰਗ ਸੀਗੀਆਂ। ਜਿਹੜਾ ਟੈਂਡਰ ਜਿਹਨੇ ਲਿੱਤਾ ਸੀਗਾ ਉਹਨੇ ਜਿਹੜੀ ਉਹ ਲਿਪੀ ਸੀਗੀ, ਕਿਹੜੀ ਸਕ੍ਰਿਪਟ ਸੀਗੀ ਪਤਾ ਨਹੀਂ, ਪਰ ਉਹਨੇ ਕਿਹਾ ਹਾਂ ਮੈਂ ਪੜ੍ਹ ਸਕਦਾ। ਸਭ ਨੇ ਤੁਹਾਡੇ ਫੇਵਰ ਦੇ ਵਿੱਚ ਐਦਾਂ ਦਾ ਮਾਹੌਲ ਬਣਾ ਕੇ ਕੋਰਟ ਦੇ ਅੱਗੇ ਦਿੱਤਾ ਕਿ ਕੋਰਟ ਆਪਣੇ ਵੱਲੋਂ ਥੋੜੀ ਨਾ ਕੋਈ ਚੀਜ਼ ਪ੍ਰੋਡਿਊਸ ਕਰ ਸਕਦਾ ਹੈ? ਇਸ ਤਰ੍ਹਾਂ ਕਿਸੇ ਨੇ ਕੋਈ ਚੀਜ਼ ਕਾਊਂਟਰ ਕੀਤੀ? ਮੈਂ 10 ਵਾਰੀ ਸਬਜ਼ੀਆਂ ਦੇ ਮੈਟਰ ਤੇ ਜਵਾਬ ਜ਼ਰੂਰ ਲੈਣਾ ਪਏਗਾ, ਮੈਂ ਜਵਾਬ ਦੇਣਾ। ਹਾਂਜੀ, ਮੈਂ 20 ਵਾਰੀ ਕਹਿ ਚੁੱਕਾ ਇੰਨਾ ਵਧੀਆ ਗੁਰਦੁਆਰਾ ਕਮੇਟੀ ਦਾ ਸਿਸਟਮ ਹੈ। ਹਾਂਜੀ, ਔਰ ਸਬਜ਼ੀ ਵਾਲਾ ਮੇਰੇ ਵਧੀਆ ਸਿਸਟਮ ਟਾਈਮ ਤੇ ਦੇਖੋ, ਸੁਣੋ ਨਹੀਂ ਨਹੀਂ ਅਜੇ ਤਾਂ ਤੁਸੀਂ ਅਗਰ ਪੇਪਰ ਵਰਕ ਦੀ ਗੱਲ ਕਰੋ, ਮੈਂ ਹੁਣ ਪਹਿਲੇ ਮੇਰੀ ਪੂਰੀ ਗੱਲ, ਲੈਟਸ ਕੰਪਲੀਟ ਮੇਰੀ ਗੱਲ, ਵਾਊਚਰ ਨਿਕਲੇ ਤੁਸੀਂ ਦੱਸ ਰਹੇ ਹੋ? ਮੈਂ ਇੱਕ ਸਿਸਟਮ ਦੱਸ ਰਿਹਾ ਨਾ ਤੁਹਾਨੂੰ, ਪੂਰ ਹੈ ਜਦੋਂ ਸਿਸਟਮ ਨੋ ਕੋਈ ਨਹੀਂ ਬਣਾ ਸਕਦਾ ਉਹਨੇ ਸਿਸਟਮ ਦੀ ਉਲੰਘਣਾ ਕੀਤੀ ਹੈ ਨੋ ਐ ਤੁਸੀਂ ਐਕਸਪਲੇਨ ਕਰ, ਮੈਂ ਨਹੀਂ ਕੀਤਾ। ਸੁਣੋ ਮੈਂ ਕਹਿੰਦਾ ਉਹਨੇ ਸਾਰੇ ਤਾਕਤ ਰੱਖ ਦਿੱਤੇ, ਉਹਨੇ ਜਿਹੜੇ ਸਿਸਟਮ ਨੂੰ ਤਾਕਤ ਰੱਖਿਆ। ਮੈਂ ਸਬਜ਼ੀਆਂ ਦਾ ਸਿਸਟਮ ਪਹਿਲੇ ਸਮਝਾਵਾਂ ਫਿਰ ਉਹਦਾ ਸਿਸਟਮ ਸਮਝਾਣਾ, ਦੋਨੋਂ ਗੱਲਾਂ ਤੇ ਆਣਾ। ਸਰ ਹਰ ਬੰਦੇ ਕੋਲ ਆਪਣਾ ਡਿਫੈਂਸ ਹੁੰਦਾ। ਨਹੀਂ ਨਹੀਂ ਡਿਫੈਂਸ ਨਹੀਂ ਹੈ, ਡਿਫੈਂਸ ਐਜ਼ ਪਰ ਸਿਸਟਮ ਹੈ, ਕੋ ਉੱਥੇ ਕਾਗਜ਼ ਪਿਆ ਗੁਰਦੁਆਰਾ ਕਮੇਟੀ। ਮੈਨੂੰ ਇਹ ਗੱਲ ਦੱਸੋ ਜੀ, ਜਿਹੜੀ ਉਹ ਸਕ੍ਰਿਪਟ ਸੀਗੀ, ਜਿਹੜੀ ਉਹ ਲਿਪੀ ਸੀਗੀ, ਤੁਸੀਂ ਅਜੇ ਪਿੱਛੇ ਬੜਾ ਫਨੀ ਜਿਹਾ ਐਗਜ਼ਾਮਪਲ ਵੀ ਦਿੱਤਾ ਸੀਗਾ ਨਰਿੰਦਰ ਮੋਦੀ ਜੀ ਦਾ, ਕਿ ਉਹ ਜਦੋਂ ਜਾਂਦੇ ਨੇ ਤਾਂ ਉੱਥੇ ਦੀ ਲੈਂਗੁਏਜ ਦਾ
ਚਲੋ ਮੈਨੂੰ ਇਹ ਦੱਸ ਦਿਓ ਜਿਹੜੀ ਉਹ ਬਿੱਲ ਸੀਗੇ ਉਹ ਕਿਹੜੀ ਲੈਂਗੁਏਜ ਸੀਗੀ ਮੈਨੂੰ ਇਹ ਦੱਸ ਦਿਓ ਕਿ ਪਿਛਲੇ ਕਿਸੇ ਕੋਲ ਸਵਾਲ ਜਾ ਕੇ ਅੱਜ ਤੋਂ ਇੱਕ ਮਿੰਟ ਤੁਹਾਡੇ ਕੋਲ ਪੁੱਛਾਂ ਕਿ ਤੁਸੀਂ ਅਗਰ ਅੱਜ ਸਿਆਸਤ ਚੈਨਲ ਦੀ ਨਹੀਂ ਕਰ ਰਹੇ ਕੀ ਕਰ ਰਹੇ ਹੋ ਤੁਹਾਡੇ ਕੋਲ ਮੈਂ ਸਵਾਲ ਕਰਦਾ ਤੁਸੀਂ ਮੇਰਾ ਬਾਈ ਲਈ ਸੀ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ ਅੱਜ ਤੋਂ ਪਹਿਲੇ 8-10 ਹੋਰ ਵੀ ਜਨਰਲ ਸੈਕਟਰੀ ਹੋਏ ਤੁਸੀਂ ਕਦੇ ਕਿਸੇ ਕੋਲ ਜਾ ਕੇ ਪੁੱਛਿਆ ਸਰ ਕਿਉਂ ਨਹੀਂ ਪੁੱਛਿਆ ਤੁਹਾਡੀ ਡਿਊਟੀ ਬਣਦੀ ਸੀ ਟੂ ਰੋਂਗ ਡਿਊਟੀ ਬਣਦੀ ਸੀ ਕਿ ਯਾਰ ਤੂੰ ਦੱਸ ਤੂੰ ਕਿਸ ਤਰ੍ਹਾਂ ਪਾਸ ਕਰਦਾ ਸੀ ਕੁਲਮੋਨ ਕੋਲ ਜਾ ਕੇ ਪੁੱਛਿਆ ਤੁਸੀਂ ਸਰ ਆਈ ਐਮ ਨਾਟ ਯੈਸਟਰਡੇ ਜਰਨਲਿਸਟ ਮੈਨੂੰ ਪਤਾ ਸਰ ਤੁਸੀਂ ਕੁਲਮੋਨ ਕੋਲ ਪੁੱਛਿਆ ਜਾ ਕੇ ਸਰ ਤੁਸੀਂ ਕੁਲਮੋਨ ਕੋਲ ਪੁੱਛਿਆ ਬਲਬੀਰ ਸਿੰਘ ਵਿਵੇਕ ਵਾਰ ਕੋਲ ਪੁੱਛਿਆ ਯੂ ਆਰ ਲੈਕਚਰ ਮੇਰੇ ਲੈਕਚਰ ਜਰਨਲਿਜ਼ਮ ਸਰ ਮੇਰੇ ਤੋਂ ਲੈਕਚਰ ਵੀ ਨਹੀਂ ਆਗਾ ਸਰ ਕਿਉਂ ਨਹੀਂ ਆਗਾ ਤੁਸੀਂ ਜਦ ਮੈਨੂੰ ਮੇਰੀ ਪੋਸਟ ਤੇ ਮੇਰੇ ਉੱਤੇ ਲੈਕਚਰ ਦੇ ਸਕਦੇ ਹੋ ਤਾਂ ਤੁਹਾਨੂੰ ਮੈਂ ਕਹਿੰਦਾ ਜਵਾਬ ਦੇਣਾ ਪਏਗਾ ਹੂ ਆਈ ਐਮ ਨੋ ਤੁਹਾਨੂੰ ਵੀ ਚਾਹੀਦਾ ਸੀ ਕਿ ਬਲਬੀਰ ਸਿੰਘ ਵਿਵੇਕ ਵਾਰ ਕੋਲ ਜਾ ਕੇ ਪੁੱਛਦੇ ਮੈਂ ਤਾਂ ਲਿਪੀ ਕਿਵੇਂ ਪੜਦਾ ਸੀ ਤੁਹਾਨੂੰ ਚਾਹੀਦਾ ਸੀ ਮੇਰੇ ਬਾਅਦ ਜਦੋਂ ਮਨਜੀਤ ਸਿੰਘ ਸਿੱਖ ਸਿੱਖਾ ਜਨਰਲ ਸੈਕਟਰੀ ਬਣਿਆ ਸੀ 4-6 ਮਹੀਨੇ ਸਾਲ ਲਗਭਗ ਐ ਵੀ ਸਬਜੀ ਉਹਦੇ ਕੋਲ ਲੈ ਰਿਹਾ ਉਸ ਕੋਲ ਉਹਨੇ ਸਤੇ ਆ ਜਾਓ ਇੱਕ ਮਿੰਟ ਠੀਕ ਹੈ ਸਰ ਮੈਂ ਕਹਿ ਰਿਹਾ ਤੁਹਾਡੀ ਮੋਰਲ ਨੈਤਿਕ ਤੌਰ ਤੇ ਡਿਊਟੀ ਨਹੀਂ ਬਣਦੀ ਸੀ ਇੱਕ ਮਿੰਟ ਜਨਰਲ ਸਕੱਤਰ ਦਾ ਕੰਮ ਹੁੰਦਾ ਹੈ ਕੀ ਹੁੰਦਾ ਕਿ ਜਿਹੜਾ ਵੀ ਮੈਨੇਜਮੈਂਟ ਹੋ ਰਿਹਾ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਹੋ ਰਹੀ ਹੈ ਉਹਦੀ ਜਿਹੜੀ ਗਵਰਨੈਂਸ ਹੈ ਉਹ ਬਿਲਕੁਲ ਪਾਲਿਸੀਜ਼ ਹੈਗੀਆਂ ਨੇ ਸਹੀ ਇੰਪਲੀਮੈਂਟ ਹੋਣ ਟ੍ਰਾਂਸਪੇਰੈਂਸੀ ਹੋਵੇ ਅਕਾਊਂਟੇਬਿਲਿਟੀ ਹੋਵੇ ਕ੍ਰੈਡੀਬਿਲਿਟੀ ਹੋਵੇ ਉਹਨਾਂ ਦੀ ਜਿੱਦਾਂ ਮੇਰੀ ਨੌਲੇਜ ਸੀ ਕਿ ਸਭੀ ਹਾਲ ਗੁਰਦੁਆਰੇ ਦੇ ਸਟੋਰੇਜ ਰਜਿਸਟਰਡ ਹੁੰਦੀ ਹੈ ਚਲਾਈ ਜਾਂਦੀ ਹੈ ਉਹਦੇ ਕੇਸ ਨੂੰ ਸਮਾਨ ਇਸ਼ੂ ਹੁੰਦਾ ਹੈ ਆਈ ਮੀਨ ਅਲਾਉ ਟੂ ਕਮੈਂਟ ਐਟ ਲੀਸਟ ਸਰ ਪਲੀਜ਼ ਬੋਲੋ ਤੁਸੀਂ ਪਲੀਜ਼ ਇੰਨੇ ਇੰਪੇਸ਼ੈਂਟ ਕਿਉਂ ਹੋ ਪਾਣੀ ਪੀਓ ਨਹੀਂ ਨਹੀਂ ਤੁਸੀਂ ਗੱਲ ਕਰੋ ਮੈਨੂੰ ਪਾਣੀ ਦੀ ਕੋਈ ਲੋੜ ਨਹੀਂ ਚਿੰਤਾ ਨਾ ਕਰੋ ਤੁਹਾਡੀ ਇਹ ਡਿਊਟੀ ਸੀ ਜਨਰਲ ਸਕੱਤਰ ਤੌਰ ਤੇ ਅਕਾਊਂਟੇਬਿਲਿਟੀ ਕ੍ਰੈਡੀਬਿਲਿਟੀ ਟ੍ਰਾਂਸਪੇਰੈਂਸੀ ਸਾਰੀ ਚੀਜ਼ਾਂ ਤਾਂ ਕਿ ਕੱਲ ਨੂੰ ਕੋਈ ਵੀ ਗੱਲ ਪੁੱਛੇ ਤਾਂ ਸਾਹਮਣੇ ਕਲੀਅਰ ਹੋਵੇ ਕੋਈ ਇੱਕਦਮ ਲੇਮੈਨ ਵੀ ਬੰਦਾ ਕਰੇ ਤਾਂ ਉਹਦੇ ਸਾਹਮਣੇ ਵਿਜ਼ੀਬਲ ਹੋਵੇ ਇਹਨੂੰ ਅਸੀਂ ਕਹਿੰਦੇ ਆ ਬਿਲਕੁਲ ਬਿਲਕੁਲ ਠੀਕ ਹੈ ਸੋ ਤੁਸੀਂ ਜੋ ਜਿਹਦੇ ਤੇ ਸਾਈਨ ਕਰ ਰਹੇ ਹੋ ਤੁਹਾਡੀ ਨੈਗਲੀਜੈਂਸ ਹੀ ਨਹੀਂ ਸੀਗੀ ਚਲੋ ਮੰਨ ਲਿਆ ਇੰਨੇ ਸਾਲ ਤੋਂ ਹੁੰਦਾ ਰਿਹਾ ਸੀਗਾ ਤੇ ਕਿ ਟੂ ਰੋਂਗਸ ਡੋਨਟ ਮੇਕ ਰਾਈਟ ਸਰ ਮੇਰੀ ਨੌਲੇਜ ਚ ਡੇ ਟੂ ਡੇ ਰੋਜ਼ ਸੀ ਕਿ ਫਲਾਂ ਫਲਾਂ ਗੁਰਦੁਆਰੇ ਦੇ ਵਿੱਚ ਸਬਜ਼ੀ ਗਈ ਉੱਥੇ ਲਾਂਗਰੀ ਨੇ ਰਿਸੀਵ ਕੀਤੀ ਉੱਥੇ ਦੇ ਸਟੋਰ ਰਜਿਸਟਰ ਵਿੱਚ ਮੰਡੇ ਨੂੰ ਹੋਇਆ ਉਹਨੂੰ ਲਿਖਿਆ ਗਿਆ ਸੁਣਦੇ ਜਾਣਾ ਗੱਲ ਪੂਰੀ ਹੋਰ ਦੇਣਾ ਸਾਰੇ ਸਟੋਰੀ ਗੱਲ ਗੁਰਦੁਆਰੇ ਦੇ ਵਿੱਚ ਸਬਜ਼ੀ ਉੱਥੇ ਉਤਰਨ ਤੋਂ ਬਾਅਦ ਉਹਦਾ ਵਜ਼ਨ ਹੋਇਆ ਉਹਦੀ ਕੁਆਲਿਟੀ ਕੁਆਂਟਿਟੀ ਉੱਥੇ ਦੇ ਸਟੋਰ ਰਜਿਸਟਰ ਕੰਪਿਊਟਰ ਵਿੱਚ ਚੜੀ ਚੜਨ ਤੋਂ ਬਾਅਦ ਉੱਥੇ ਦੇ ਮੈਨੇਜਰ ਸੁਪਰਵਾਈਜ਼ਰ ਨੇ ਸਿਗਨੇਚਰ ਕਰਕੇ ਉਹਨੂੰ ਗੁਰਦੁਆਰਾ ਕਮੇਟੀ 'ਚ ਭੇਜਿਆ ਤਿੰਨ ਬੰਦੇ ਅਗਰ ਗੁਰਦੁਆਰੇ ਸਾਈਨ ਕਰ ਰਹੇ 10 ਗੁਰਦੁਆਰੇ 30 ਬੰਦੇ ਹੋ ਗਏ ਉਸ ਤੋਂ ਬਾਅਦ ਉਹ ਗੁਰਦੁਆਰਾ ਕਮੇਟੀ ਦੇ ਵਿੱਚ ਪੇਪਰਸ ਪਰਚੇਜ਼ ਡਿਪਾਰਟਮੈਂਟ 'ਚ ਜਾਂਦੇ ਨੇ ਪਰਚੇਜ਼ ਡਿਪਾਰਟਮੈਂਟ ਤੋਂ ਬਾਅਦ ਉਹ ਅਕਾਊਂਟਸ ਡਿਪਾਰਟਮੈਂਟ 'ਚ ਜਾਂਦੇ ਨੇ ਅਕਾਊਂਟਸ ਡਿਪਾਰਟਮੈਂਟ ਤੋਂ ਬਾਅਦ ਜਨਰਲ ਮੈਨੇਜਰ ਕੋਲ ਜਾਂਦੇ ਬਿਲਕੁਲ ਜਨਰਲ ਮੈਨੇਜਰ ਇਹ ਸਾਰੇ ਸਿਗਨੇਚਰ ਦੇ ਪ੍ਰੋਸੀਜਰ ਤੋਂ ਬਾਅਦ ਮੇਰੇ ਕੋਲ ਆਉਂਦੇ ਨੇ ਫਿਰ ਮੈਂ ਉਹਦੇ 'ਤੇ ਇਨੀਸ਼ੀਅਲ ਸਾਈਨ ਮਾਰਦਾ ਸੀ ਜਦ ਮੇਰੀ ਨੌਲੇਜ 'ਚ ਹੈ ਕਿ ਸਬਜ਼ੀ ਰਿਸੀਵ ਹੋ ਗਈ ਹੈ ਮੇਰੀ ਨੌਲੇਜ 'ਚ ਹੈ ਕਿ ਸਬਜ਼ੀ ਕੰਪਿਊਟਰ 'ਚ ਚੜ ਗਈ ਹੈ ਮੇਰੀ ਨੌਲੇਜ 'ਚ ਹੈ ਕਿ ਜਦੋਂ ਬਣੀ ਹੈ ਉਹਦੇ ਅਗੇਂਸਟ ਉਹਨੂੰ ਸਮਾਨ ਇਸ਼ੂ ਹੋਇਆ ਮੇਰੀ ਨੌਲੇਜ 'ਚ ਸਾਰਾ ਸਿਸਟਮ ਹੈ ਤਾਂ ਕਿਸ ਤਰ੍ਹਾਂ ਨੈਗਲੀਜੈਂਸੀ ਹੋ ਗਈ ਅੱਜ ਤੁਹਾਡੀ ਨੌਲੇਜ 'ਚ ਪਾ ਰਿਹਾ ਕਿ ਤੁਸੀਂ ਚਾਹੋ ਤਾਂ ਹਰ ਹਿਸਟੋਰੀਕਲ ਗੁਰਦੁਆਰੇ ਦੇ ਵਿੱਚ ਜਾ ਕੇ ਮੇਰੇ ਪੀਰੀਅਡ ਦੇ ਵਿੱਚ ਉੱਥੇ ਦਾ ਰਜਿਸਟਰ ਔਰ ਉੱਥੇ ਦਾ ਕੰਪਿਊਟਰਸ ਚੈੱਕ ਕਰ ਸਕਦੇ ਹੋ ਕਿ ਹਾਂ ਉੱਥੇ ਉਹ ਹਰ ਬਿਲ ਦੇ ਅਗੇਂਸਟ ਸਬਜ਼ੀ ਆ ਕੇ ਜਮ੍ਹਾਂ ਹੋਈ ਜਾਂ ਨਹੀਂ ਹੋਈ ਅਗਰ ਸਬਜ਼ੀ ਜਮ੍ਹਾਂ ਹੋਈ ਉਹਦੇ ਅਗੇਂਸਟ ਕੱਚਾ ਸਮਾਨ ਬਣਾਉਣ ਵਾਸਤੇ ਇਸ਼ੂ ਹੋਇਆ ਨਮਕ ਘਿਓ ਜੋ ਵੀ ਉਹਦੇ 'ਚ ਲੱਗਦਾ ਹੈ ਮਟੀਰੀਅਲ ਉਹ ਰਾ ਮਟੀਰੀਅਲ ਉਸ ਨੂੰ ਇਸ਼ੂ ਹੋਇਆ ਔਰ ਸਬਜ਼ੀ ਬਣੀ ਔਰ ਉਸਦੇ ਬਾਅਦ ਅਗਰ ਸਾਰੀ ਗੱਲ ਨੂੰ ਸਮਝਣ ਤੋਂ ਬਾਅਦ ਅਗਰ ਨੈਗਲੀਜੈਂਸੀ ਗਿਣਦੇ ਹੋ ਤਾਂ ਜੋ ਮਰਜ਼ੀ ਗਿਣ ਸਕਦੇ ਹੋ ਦੋ ਪੁਆਇੰਟ ਸਰ ਪਲੀਜ਼ ਪਹਿਲੀ ਗੱਲ ਤੇ ਇਦਾਂ ਦਾ ਸੇਮ ਬਿਲਕੁਲ ਇਹ ਸੇਮ ਤਰਜ਼ ਤੇ ਜਿਹੜਾ ਕਾਊਂਟਰ ਦਿੱਤਾ ਹੈ ਨਾ ਮਨਜਿੰਦਰ ਸਿੰਘ ਜੀ ਕੀ ਨੇ ਦਿੱਤਾ ਥੋੜੇ ਦਿਨ ਪਹਿਲੇ ਕਿ ਮੈਂ ਦਿਨ ਦੇ 500 ਸਾਈਨ ਕਰਦਾ ਸੀ ਹੁਣ ਮੈਨੂੰ ਕੀ ਪਤਾ ਮੈਂ ਇੱਕ ਇੱਕ ਜਾ ਕੇ ਬੰਦੇ ਚੱਕ ਰਿਹਾ ਇੱਕ ਮਿੰਟ ਮੈਂ ਕਰਦਾ ਸੀ ਨਾ ਚੱਕ ਮੈਂ ਕਹਿੰਦਾ ਮੈਂ 10 ਹਿਸਟੋਰੀਕਲ ਗੁਰਦੁਆਰਾ ਮੈਂ ਕਰਦਾ ਸੀ ਕਿ ਭਾਈ ਹਾਂ ਸਬਜੀ ਆਈ ਰਿਸੀਵ ਹੋ ਗਈ ਫਿਰ ਉਹ ਕਿਹੜੀ ਸਕ੍ਰਿਪਟ ਸੀ ਕਿ ਤੁਸੀਂ ਚੈੱਕ ਨਹੀਂ ਕੀਤਾ ਕਿਹੜੀ ਸਕ੍ਰਿਪਟ ਤੁਹਾਨੂੰ ਸਮਝ ਆ ਗਈ ਸੀ ਮੈਂ ਜਦੋਂ ਸਮਝ ਆ ਗਈ ਸੀ ਸੁਣੋ ਤੁਹਾਨੂੰ ਇਹ ਨਹੀਂ ਪਤਾ ਜਿੱਦਾਂ ਕਿ ਕਿਹੜੀ ਲਿਪੀ ਸੀ ਮੇਰੇ ਆਫਿਸ ਦੇ 10 ਬੰਦੇ ਉਹਦੇ ਤੇ ਸਿਗਨੇਚਰਸ ਕਰ ਰਹੇ ਨੇ ਪੰਜਾਬੀ ਸੀ ਹਾਂ ਬਿਲਕੁਲ ਪੰਜਾਬੀ ਅਰਬੀ ਇੰਗਲਿਸ਼ ਕਿਹੜੀ ਇਸ ਤਰ੍ਹਾਂ ਹੈਗਾ ਕਿ ਮੇਰੇ ਆਫਿਸ ਦੇ 10 ਬੰਦੇ ਉਸ ਨੂੰ ਚੈੱਕ ਕਰਕੇ ਉਹਨਾਂ ਦੀ ਇਗਨੋਰੈਂਸ ਸੀ ਤੁਸੀਂ ਉਹਨਾਂ ਦੀ ਇਗਨੋਰੈਂਸ ਸੀ ਮੰਨ ਕੇ ਚੱਲੋ ਯਾਰ ਤੁਸੀਂ ਮੰਨ ਕੇ ਚੱਲੋ ਤੁਸੀਂ ਹੁਣੇ ਨਰਿੰਦਰ ਮੋਦੀ ਜੀ ਦਾ ਉਦਾਹਰਣ ਦਿੱਤਾ ਕਿ ਜਦੋਂ ਸਾਰੀਆਂ ਗੱਲਾਂ ਤੁਹਾਨੂੰ ਆਫਿਸ ਬੇਰਰ ਤੁਹਾਡੇ ਜਾਂ ਸਾਰਾ ਕੁਝ ਕਹਿਣਗੇ ਕਿ ਇਹ ਸਰ ਸਬਜ਼ੀ 1 ਕਿਲੋ ਆ ਗਈ ਰਿਸੀਵ ਹੋ ਗਈ ਇਹ ਉਹਦੀ ਕੁਆਲਿਟੀ ਚੈੱਕ ਹੋ ਗਈ ਇਹ ਕੰਪਿਊਟਰ ਵਿੱਚ ਚੜ ਗਈ ਆ ਰਜਿਸਟਰ ਵਿੱਚ ਤੁਸੀਂ ਡਮੀ ਜਨਰਲ ਸਕੱਤਰ ਸੀ ਡਮੀ ਤਾਂ ਨਹੀਂ ਸੀ ਡਮੀ ਕਿੱਥੋਂ ਹੋ ਗਿਆ ਜਦ ਮੈਂ ਸਾਰੇ ਸਿਸਟਮ ਨੂੰ ਸਮਝ ਰਿਹਾ ਸਰ ਫਾਈਨਲ ਪਾਰਟ ਤੁਹਾਡੇ ਕੋਲ ਹੈ ਸਰ ਜਦ ਮੈਂ ਸਾਰੇ ਸਿਸਟਮ ਨੂੰ ਸਮਝ ਰਿਹਾ ਕਿ ਹਰ ਚੀਜ਼ ਆ ਗਈ ਹੈ ਡਿਪੋਜ਼ਿਟ ਹੋ ਗਈ ਹੈ ਸਟੋਰ ਰਜਿਸਟਰ ਵਿੱਚ ਉਹਦੇ ਬਾਅਦ ਹੋ ਜਾ ਕੇ ਇਸ ਨੂੰ ਸਮਾਨ ਇਸ਼ੂ ਹੋ ਗਿਆ ਤੁਹਾਡੀ ਨਜ਼ਰ ਦੇ ਨੈਗਲੀਜੈਂਸ ਕਿੱਥੋਂ ਰਹਿ ਗਈ ਤੁਹਾਡੀ ਨਜ਼ਰ ਜੀ ਕਹਿੰਦੀ ਹੈ ਕਿਹੜੀ ਲੈਂਗੁਏਜ ਹੈਗੀ ਮੈਨੂੰ ਮੇਰੀ ਗੱਲ ਤੁਸੀਂ ਸਮਝ ਉਹਨਾਂ ਨੂੰ
ਡਿਪੋਜ਼ਿਟ ਕਰਾਤੇ ਸੀ ਤੇ ਅੱਜ ਸਭ ਕੁਝ ਕੋਡ ਹੀ ਚ ਨਾ ਗੁਰਦਾਰਾ ਕਮੇਟੀ ਜੋ ਦੀ ਕੋਈ ਹੈਲਪ ਨਹੀਂ ਕਰ ਸਕਦੀ ਕੋਈ ਚੇਂਜ ਪੱਤਰ ਨਹੀਂ ਕਰ ਸਕਦੀ ਨਾ ਉਹਨਾਂ ਨੇ ਅੱਜ ਕੀਤਾ ਨਾ ਕੱਲ ਨੂੰ ਕਰ ਸਕਦੇ ਜੀ ਅੱਜ ਵੀ ਨਹੀਂ ਕੀਤਾ ਕੱਲ ਨੂੰ ਵੀ ਨਹੀਂ ਕਰ ਸਕਦੇ ਕਿਉਂਕਿ ਡਾਕੂਮੈਂਟਸ ਕੋਡ ਹੀ ਡਿਪੋਜ਼ਿਟ ਨੇ 2013 ਦੇ ਅੱਛਾ ਨੂੰ ਸਮਝੋ ਜਿਤਨੇ ਦਾ ਬਿੱਲ ਬਣਿਆ ਉਸ ਹਿਸਾਬ ਨਾਲ ਨੀਚੇ ਉਹਦੀ ਔਰ ਰਿਸੀਵਿੰਗ ਸਾਰੀਆਂ ਲੱਗੀਆਂ ਹੋਈਆਂ ਨੇ ਮੈਂ ਕਹਿ ਰਿਹਾ
ਕੋਰਟ ਦਾ ਆਰਡਰ ਗੋਸਪਲ ਹੈ ਆਰਡਰ ਤੱਕ ਨਹੀਂ ਪੜਿਆ ਦੱਸੋ ਸਬਜੀ ਦੇ ਕੇ ਆਰਡਰ ਤੱਕ ਨਹੀਂ ਪੜਿਆ ਤੁਸੀਂ ਡਾਇਵਰਟ ਕਰ ਰਹੇ ਹੋ ਆਰਡਰ ਵਿੱਚ ਕੀ ਲਿਖਿਆ ਸਰ ਤੁਸੀਂ ਡਾਇਵਰਟ ਕਰਕੇ ਕੀ ਮੈਂ ਡਾਇਵਰਟ ਨਹੀਂ ਕਰ ਰਿਹਾ ਤੁਹਾਨੂੰ ਪਤਾ ਹੀ ਕੱਖ ਨਹੀਂ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਕੋਰਟ ਨੇ ਲਿਖਿਆ ਕਿ ਫੋਰਸਲੀ ਮੀਨਸ ਹੁੰਦਾ ਕੀ ਹੈ ਅੱਛਾ ਮੈਨੂੰ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਬਿਲਕੁਲ ਆਰਡਰ ਪੜਦੇ ਤੇ ਪਤਾ ਲੱਗਦਾ ਹੁਣ ਇਹ ਗੱਲ ਤੇ ਮੰਨ ਦੋ ਆਰਡਰ ਨਹੀਂ ਪੜਿਆ ਨਾ ਸਰ ਕੋਰਟ ਨੇ ਹਰ ਚੀਜ਼ ਨੂੂੰ ਬੜੇ ਤਰੀਕੇ ਨਾਲ ਫੈਕਟਸ ਨੂੰ ਕਲੀਅਰ ਕੀਤਾ ਇੱਕ ਇੱਕ ਪੁਆਇੰਟ ਨੂੰ ਇੱਕ ਪੁਆਇੰਟ ਕਲੀਅਰ ਕਰ ਦੋ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਇੱਕ ਪੁਆਇੰਟ ਕਲੀਅਰ ਕਰ ਦੋ ਜੇ ਕੱਲ ਤੁਸੀਂ ਅਫਸੋਸ ਹੋ ਰਿਹਾ ਹੈ ਕਿ ਤੁਸੀਂ ਨਾ ਪੂਰਾ ਹੋਮਵਰਕ ਨਹੀਂ ਕਰਕੇ ਆਏ ਬਿਲਕੁਲ ਸਰ ਮੈਨੂੰ ਸਿੱਖਣ ਦੀ ਲੋੜ ਹੈ ਠੀਕ ਹੈ ਸਰ ਤੁਸੀਂ ਪੂਰਾ ਹੋਮਵਰਕ ਕਰਕੇ ਆਏ ਮੈਂ ਮੰਨ ਲਿਆ ਹੁੰਦਾ ਨਾ ਤੇ ਹੁਣ ਮੇਰੀ ਗੱਲ ਮਜੇ ਦੀ ਗੱਲ ਸੀ ਜਿਸ ਇਸ਼ੂ ਤੇ ਤੁਸੀਂ ਕੁਐਸਚਨ ਕਰ ਰਹੇ ਹੋ ਤੁਸੀਂ ਘੱਟੋ ਘੱਟ ਨਵਾਂ ਆਰਡਰ ਦੋਦਾ ਜਿਹੜਾ 5 ਪੇਜ ਦਾ ਹੋਇਆ ਡਿਸਮਿਸ ਹੋਏ ਦੋ ਕੇਸ ਉਹਨੂੰ ਆਰਡਰ ਤੋਂ ਪੜ ਕੇ ਆਣਾ ਸੀ ਸਰ ਤੁਹਾਨੂੰ ਲੱਗਦਾ ਕਿ ਫੋਰੈਂਸਿਕ ਜਾਂਚ ਦੀ ਲੋੜ ਹੈਗੀ ਵੀ ਹੈ ਕਿ ਨਹੀਂ ਵੀ ਹੈ ਤੁਹਾਨੂੰ ਮੈਂ ਤੁਹਾਨੂੰ ਕੀ ਕਹਿ ਰਿਹਾ ਪੁੱਛਣ ਦੀ ਲੋੜ ਹੈਗੀ ਵੀ ਹੈ ਕਿ ਨਹੀਂ ਮੈਂ 1 ਮਿੰਟ ਸਰ ਹੁਣ ਅਫਸੋਸ ਹੋ ਰਿਹਾ ਹੁਣ ਸਰ ਯੂ ਆਰ ਮਡਿੰਗ ਦਾ ਵਾਟਰ ਸਰ ਅਨਨੈਸੈਸਰੀ ਅੱਗੇ ਗੱਲ ਕਰੋ ਜਿਵੇਂ ਕਹਿੰਦੇ ਨਾ ਖਾਲੀ ਭਾਂਡਾ ਭੜਕਦਾ ਜਾ ਰਿਹਾ ਤੁਸੀਂ ਖਾਲੀ ਭਾਂਡਾ ਵਾਲੀ ਗੱਲ ਕਰੋ ਹੰਬਲੀ ਸੇਇੰਗ ਸਰ ਡੰਕੇ ਦੀ ਚੋੜ ਤੇ ਹਰ ਗੱਲ ਦਾ ਜਵਾਬ ਦੇ ਨਾ ਹਾਂ ਹੁਣ ਡੰਕੇ ਦੀ ਚੋੜ ਤੇ ਸਵਾਲ ਲੋ ਬੋਲੋ ਪੁੱਛੋ ਇਹ ਗੱਲ ਤਾਂ ਮੈਨੂੰ ਯੈਸ ਔਰ ਨੋ ਦੇ ਮੈਂ ਤੁਸੀਂ ਤੁਹਾਨੂੰ ਕੁਝ ਕਹਿੰਦੇ ਹੰਬਲੀ ਇੱਕ ਸਵਾਲ ਪੁੱਛੋ ਕਿ ਤੁਸੀਂ ਕਿਹਾ ਕੋਰਟ ਦੇ ਵਿੱਚ ਪੇਪਰ ਨੇ 2013 ਦੇ ਜੇ ਕੋਰਟ ਚਾਵੇ ਫਰਦਰ ਅੱਗੇ ਕਿਸੇ ਹੋਰ ਹਾਈ ਕੋਰਟ ਦੇ ਵਿੱਚ ਜਾਵੇ ਰਿਟ ਪਵੇ ਤੇ ਫੋਰੈਂਸਿਕ ਆਡਿਟ ਜਿਵੇਂ ਹੁੰਦੀ ਕਮੇਟੀ ਦੀ ਵੀ ਗੱਲ ਚੱਲ ਰਹੀ ਹੈ ਕਿ ਕੋਈ ਇੱਥੇ ਓਵਰ ਇਨਵਾਈਸਿੰਗ ਤੇ ਨਹੀਂ ਹੋਈ ਕੋਈ ਫਰਾਡ ਨਹੀਂ ਹੋਇਆ ਕੋਈ ਹਾਈ ਲੈਵਲ ਇਨਵੈਸਟੀਗੇਸ਼ਨ ਹੁੰਦੀ ਹੈ ਤੁਸੀਂ ਕੰਫਰਟੇਬਲ ਹੋ ਮੈਂ 1000% ਕੰਫਰਟੇਬਲ ਹਾਂ ਕੰਫਰਟੇਬਲ ਨਹੀਂ ਤੁਹਾਨੂੰ ਪਤਾ ਹੀ ਨਹੀਂ ਹੈ ਬਸ ਠੀਕ ਹੈ ਬਸ ਮੈਂ ਇਹ ਪੁੱਛਣਾ ਸੀ ਫੋਰੈਂਸਿਕ ਜਾਂਚ ਦੇ ਪੇਪਰ ਦੀ ਉਮਰ ਔਰ ਸ਼ਾਈ ਕਦੋਂ ਲੱਗੀ ਕਦੋਂ ਲਿਖੀ ਗਈ ਇਸ ਚੀਜ਼ ਦੀ ਹੋ ਸਕਦੀ ਹੈ ਸਰ ਹੋਰ ਕਿਸੇ ਚੀਜ਼ ਦੀ ਹੋ ਸਕਦੀ ਹਾਊ ਮਨੀ ਟਾਈਪਸ ਆਫ ਆਲਟਿੰਗ ਇਸ ਦੇਅਰ ਮੈਂ ਦੱਸ ਦਿੰਦਾ ਦੱਸੋ ਕਿੰਨੇ ਤਰੀਕੇ ਦਾ ਹਾਂਜੀ ਫੋਰੈਂਸਿਕ ਜਾਂਚ ਜਿਹੜੀ ਹੁੰਦੀ ਹੈ ਨਹੀਂ ਕਿੰਨੇ ਤਰੀਕੇ ਦੀ ਆਲਟਿੰਗ ਹੁੰਦੀ ਹੈ ਮੈਂ ਦੱਸ ਤੇ ਰਿਹਾ ਆਡਿਟਿੰਗ ਕਿੰਨੇ ਤਰੀਕੇ ਦੀ ਹੁੰਦੀ ਹੈ ਤੁਸੀਂ ਸੁਣੋਗੇ ਕਿ ਨਹੀਂ ਤੁਸੀਂ ਇਨਵੈਸਟੀਗੇਟਿੰਗ ਆਲਟਿੰਗ ਮੈਨੂੰ ਸਿਖਾ ਰਹੇ ਹੋ ਨਾ ਸਿਖਾ ਰਿਹਾ ਯੈਸ ਮੈਂ ਇਨਵੈਸਟੀਗੇਟਿੰਗ ਮੈਂ ਕੋਰਟ ਦਾ ਆਰਡਰ ਪੜਿਆ ਕੋਰਟ ਦਾ ਆਰਡਰ ਜੋ 5 ਪੇਜ ਦਾ ਆਰਡਰ ਹੈ ਕਲੀਅਰ ਰੱਬ ਦਾ ਆਰਡਰ ਨਹੀਂ ਹੈ ਸਰ ਮੈਂ ਕਮਾਲ ਕਰਦੇ ਹਾਲ ਫਿਲਹਾਲ ਤੇ ਕੋਰਟ ਦੇ ਆਰਡਰ ਨੂੰ ਵੀ ਤੁਹਾਡੇ ਵਾਸਤੇ ਮੈਂ ਸਰ ਨਹੀਂ ਅਗਰ ਅਸੀਂ ਗੱਲ ਦੁਨੀਆ ਦੀ ਕੋਰਟ ਦੀ ਕਰਾਂਗੇ ਤਾਂ ਉਸ ਕੋਰਟ ਦੇ ਆਰਡਰ ਨੂੰ ਸੁਪਰੀਮ ਕੋਰਟ ਹੈ ਲੋਅਰ ਕੋਰਟ ਹੈ ਹਾਲ ਫਿਲਹਾਲ ਜਿਹੜੀ ਕੋਰਟ ਹੈ ਲੋਅਰ ਕੋਰਟ ਹੈ ਮੇਰਾ ਮਤਲਬ ਹੈ ਲੋਅਰ ਹੋਵੇ ਹਾਈ ਹੋਵੇ ਸੁਪਰੀਮ ਹੋਵੇ ਲੋਅਰ ਕੋਰਟ ਹੈ ਜਿਹੜਾ ਜਿਹੜਾ ਜਦੋਂ ਜਦੋਂ ਜਿੱਥੇ ਜਾਏਗਾ ਜਿਹੜਾ ਗਿਆ ਹੀ ਨਹੀਂ ਪਹਿਲੇ ਉਹਦੇ ਤੇ ਪਾਣਾ ਚਲੋ ਸਰ ਆਈ ਲੀਵ ਇਟ ਟੂ ਦ ਸਨਮਤ ਵਿਜ਼ਡਮਸ ਜੀ ਇਫ ਦੇ ਫਾਈਂਡ ਯੋਰ ਆਨਸਰ ਐਡੂਕੇਟ ਦੈਟਸ ਗੁੱਡ ਇਫ ਦੇ ਫਾਈਂਡ ਯੋਰ ਆਨਸਰ ਇਨਐਡੂਕੇਟ ਦੈਟਸ ਗੁੱਡ ਠੀਕ ਹੈ ਚਲੋ ਓਕੇ ਜੀ ਮੂਵਿੰਗ ਔਨ ਅੱਛਾ ਸਰ ਮੈਨੂੰ ਇਹ ਦੱਸੋ ਸਰਨਾ ਬ੍ਰਦਰ ਉਹਨਾਂ ਦੇ ਟਾਈਮ ਤੇ ਤੁਸੀਂ ਸਪੈਸ਼ਲ ਇੱਕ ਇਨਵਾਈਟੀ ਬੁਲਾਏ ਸੀਗੇ ਰਾਈਟ ਸਰ ਮੈਨੂੰ ਪਲੀਜ਼ ਕਰੈਕਟ ਕਰ ਦੇਣਾ ਜੇ ਮੈਂ ਫੈਕਚੁਅਲੀ ਗਲਤ ਹੋਵਾਂ ਹਾਂ ਹਾਂ ਉਹਦੇ 3 ਮੈਂਬਰ ਸੀਗੇ ਇੱਕ ਮਨਿੰਦਰ ਜੀ ਕੇ ਇਹ ਨਾ ਮੈਟਰ ਕੋਰਟ 'ਚ ਹੈਗਾ ਇਸ ਕਰਕੇ ਇਹਦੇ ਬਾਰੇ ਤੁਹਾਨੂੰ ਮੈਂ ਕੋਈ ਗੱਲ ਨਹੀਂ ਕਰਾਂਗਾ ਕਿਉਂਕਿ ਕੋਰਟ 'ਚ ਕੇਸ ਚੱਲ ਰਿਹਾ ਔਰ ਸ਼ਾਇਦ ਮੇਰਾ ਵੀ ਟ੍ਰਾਇਲ ਹੋਣ ਵਾਲਾ ਹੈ ਸਟੇਟਮੈਂਟ ਮੈਂ ਕੋਰਟ ਹੀ ਦੇਣੀ ਹੈ ਉਹਦੇ 'ਚ ਮੈਂ ਕਿਹਨੂੰ ਬੁਲਵਾਇਆ ਇਹਨਾਂ ਦੇ ਦੱਸੋ ਨੋ ਮੈਂ ਦੱਸ ਰਿਹਾ ਨਾ ਇਹ ਔਨ ਮੀਡੀਆ ਰਿਪੋਰਟ ਹੈਗਾ ਨੋ ਪਰ ਮੈਂ ਲੀਕ ਨਹੀਂ ਕਰ ਸਕਦਾ ਨਾ ਹਲੇ ਮੈਂ ਸਟੇਟਮੈਂਟ ਇਸੇ ਰਿਕਾਰਡ ਕਰ ਰਿਹਾ ਹਾਂ ਮੇਨ ਦੇ ਵਿੱਚ ਹੈ ਪਰ ਮੈਂ ਸਟੇਟਮੈਂਟ ਆਪਣੀ ਰਿਕਾਰਡ ਕਰਾਣੀ ਹੈ ਮੈਂ ਉਸ ਦੀ ਗੱਲ ਨਹੀਂ ਕਰ ਰਿਹਾ ਮੇਰੀ ਸੁਣੋ ਉਹਦੇ ਵਿੱਚ ਮੈਂ ਤਦ ਦੱਸਾਂਗਾ ਵਿਦ ਪ੍ਰੂਫ ਕਿ ਮੈਂ ਕਿਹਨੂੰ ਕਿਹਨੂੰ ਬੁਲਾਇਆ ਸੀ ਹਾਂਜੀ ਔਰ ਉਹਦੇ ਵਿੱਚ ਉੱਥੇ ਬਾਅਦ ਕੀ ਹੋਇਆ ਕਿਸ ਨੇ ਕੀ ਕੀਤਾ ਕੀ ਨਹੀਂ ਕੀਤਾ ਮੇਰੀ ਉੱਥੇ ਟ੍ਰਾਇਲ ਹੋਣ ਵਾਲਾ ਹੈ ਸਰਨਾ ਬ੍ਰਦਰਸ ਨੂੰ ਵੀ ਪਤਾ ਹੈ ਤੇ ਚਾਹੇ ਬਾਦਲ ਪਾਰਟੀਸ ਨੂੰ ਵੀ ਪਤਾ ਹੈ ਉਹ ਕੋਰਟ ਵਿੱਚ ਕੇਸ ਹੈ ਔਰ ਪੁਲਿਸ ਇਨਵੈਸਟੀਗੇਸ਼ਨ ਚਾਲੂ ਹੈ ਮੈਨੂੰ ਉਹਦੇ ਤੇ ਆਪਣੀ ਸਟੇਟਮੈਂਟ ਹਲੇ ਰਿਕਾਰਡ ਕਰਵਾਣੀ ਹੈ ਮੈਨੂੰ ਅੱਜ ਨਹੀਂ ਤੇ ਕੱਲ ਹੋ ਸਕਦਾ ਉਮੀਦ ਹੈ 2-4 ਦਿਨਾਂ ਵਿੱਚ ਉਹ ਮੇਰੀ ਸਟੇਟਮੈਂਟ ਰਿਕਾਰਡ ਕਰਨ ਵਾਸਤੇ ਮੈਨੂੰ ਉਹ ਭੇਜਣਗੇ ਤੇ ਇਸ ਕਰਕੇ ਮੈਂ ਇਸ ਗੱਲ ਦਾ ਜਵਾਬ ਉਹਦੇ 'ਚ ਨਹੀਂ ਦੇ ਸਕਦਾ ਚਲੋ ਠੀਕ ਹੈ ਸਰ ਬਾਈ ਯੋਰ ਪੁਆਇੰਟ ਸਰ ਮੈਨੂੰ ਇਹ ਦੱਸੋ ਸਰ ਤੁਸੀਂ ਮੇਰੇ ਲਾਸਟ ਜਿਹੜੀ ਬਾਈਟ ਹੋਈ ਸੀਗੀ ਤੁਸੀਂ ਉਹਦੇ ਵਿੱਚ ਕਿਹਾ ਸੀਗਾ ਕਿ ਮੈਂ ਏਸੀਆਂ ਦਾ ਮੁੱਦਾ ਵੀ ਤੁਸੀਂ ਚੁੱਕਿਆ ਸੀਗਾ ਤੇ ਤੁਸੀਂ ਇਹ ਵੀ ਕਿਹਾ ਸੀਗਾ ਕਿ ਕੋਈ ਸੀਡੀ ਦਾ ਵੀ ਮਾਮਲਾ ਹੈਗਾ ਮਨਜੀਤ ਸਿੰਘ ਸੀਡੀ ਇਹਨਾਂ ਨੇ ਕੋਈ ਜਿਹੜਾ 1984 ਦਾ ਕੋਈ ਸੀਡੀ ਦੀ ਕੋਈ ਕੋਈ ਸੌਦੇਬਾਜ਼ੀ ਹੋਈ ਹੈ ਤੁਸੀਂ ਉਹਦਾ ਵੀ ਜ਼ਿਕਰ ਕੀਤਾ ਸੀ ਕਿ ਔਨ ਰਿਕਾਰਡ ਹੈ ਸਰ ਮੇਰੇ ਚੈਨਲ ਤੇ ਤੁਸੀਂ ਕਹੀ ਸੀਗਾ ਬਿਲਕੁਲ ਜਿਹੜੀ ਚੀਜ਼ ਹੈ ਉਹ ਤਾਂ ਮੈਂ ਨਹੀਂ ਸਰ ਤੁਸੀਂ ਫਿਰ ਗੁੱਸਾ ਕਰ ਜਾਂਦੇ ਹੋ ਨਾ ਤਾਂ ਗਿਆ ਜਿਹੜੀ ਚੀਜ਼ ਔਨ ਰਿਕਾਰਡ ਮੈਂ ਆਪਣੀ ਗੱਲ ਨੂੰ ਭੁੱਲਦਾ ਨਹੀਂ ਤੁਸੀਂ ਪੁੱਛੋ ਜਿਹੜੀ ਗੱਲ ਮੇਰੇ ਕੋਲ ਨਿਕਲੀ ਉਹਦੇ ਬਾਰੇ ਤੁਸੀਂ ਕੋਈ ਗੱਲ ਕੋਈ ਕੋਈ ਨਹੀਂ ਕਿਉਂਕਿ ਜਿਹੜੀ 80 ਲੱਖ ਦੇ ਜਿਹੜੇ ਏਸੀਆ ਦਾ ਮਾਮਲਾ ਸੀਗਾ 250 ਏਸੀ ਦਾ ਉਹਦੀਆਂ ਤਾਰਾਂ ਨਾ ਮਨਜਿੰਦਰ ਸਿਰਸਾ ਵੱਲ ਜਾ ਰਹੀ ਐਲੀਗੇਸ਼ਨ ਲੱਗ ਰਹੇ ਸੀਗੇ ਸਰ ਤੁਸੀਂ ਉਹਦੇ ਯੂਅਰ ਮਮ ਸੋ ਮੈਂ ਤਾਂ ਪੁੱਛ ਰਿਹਾ ਸੀ ਇਸ ਤਰ੍ਹਾਂ ਹੈਗਾ ਨਾ ਹਾਂਜੀ ਕਿ ਜੇ ਐਲੀਗੇਸ਼ਨ ਥੋੜਾ ਮੈਂ ਲਗਾਇਆ ਜਾਂ ਤੁਸੀਂ ਏਸੀਆਂ ਦੀ ਗੱਲ ਕਰ ਰਹੇ ਹੋ ਐਲੀਗੇਸ਼ਨ ਮਨਜੀਤ ਸਿੰਘ ਜੀਕੇ ਨੇ ਲਗਾਇਆ ਜਾਂ ਉਹ ਹੋਰ ਵੀ ਲੋਕ ਲਗਾ ਰਹੇ ਹਾਂਜੀ ਹੋਰ ਵੀ ਲੋਕ ਲਗਾ ਰਹੇ ਆ ਕਿਸੇ ਨੇ ਵੀ ਲਗਾਇਆ ਹੋਵੇ ਮੈਨੂੰ ਪੇਪਰ ਦੇ ਦਿਓ ਮਨਜੀਤ ਸਿੰਘ ਜੀਕੇ ਕੋਲ ਲੱਗੇ ਤੁਸੀਂ ਭਿਜਵਾ ਦਿਓ ਮੈਨੂੰ ਮੈਂ ਸੁਣ ਲਓ ਮੈਂ ਹਵਾ ਦੇ ਵਿੱਚ ਨਾ ਤੁਸੀਂ ਬੋਲੀ ਸੀ ਸੁਣੋ ਬੋਲੀ ਸਹੀ ਸਾਡਾ ਕਹਿੰਦਾ ਮੈਂ ਅਸੀਂ ਦਾਵਾ ਕੀ ਕਰਨਾ ਮੈਂ ਏਸੀਆ ਬਾਰੇ ਨਹੀਂ ਬੋਲੀ ਤੁਹਾਨੂੰ ਗੱਲ ਤੁਸੀਂ ਮੇਰੇ ਤੇ ਕੋਈ ਗੱਲ ਠੋਪ ਰਹੇ ਹੋ ਮੈਂ ਏਸ
ਗੁਰੂ ਘਰ ਦੀ ਉਹਦੇ ਵਿੱਚ ਅਗਰ ਤੁਸੀਂ ਕਿਹਾ ਸੀਗਾ ਮੈਂ ਇੱਕ ਹੈਡ ਪ੍ਰੀਸਟ ਦਾ ਨਾਮ ਵੀ ਲੈਣਾ ਚਾਹੁੰਦਾ ਸੰਗਤ ਦੇ ਮੋਸ ਓਪਨ ਲਿਆ ਸੀ ਇੱਕ ਮਿੰਟ ਤੁਸੀਂ ਕਰੋ ਮੈਂ ਤੁਹਾਨੂੰ ਕੋਟ ਕਰ ਰਿਹਾ ਤੁਸੀਂ ਇਹ ਮੇਰੇ ਚੈਨਲ ਤੇ ਕਹੀ ਸੀ ਗੱਲ ਸਰ ਸਰ ਉਹ ਬੰਗਲਾ ਸਾਹਿਬ ਦੇ ਏਸੀ ਅਲੱਗ ਸੀਗੇ ਇਹ ਜਿਹੜੇ ਏਸੀਆ ਦਾ ਮੈਟਰ ਉਹ ਅਲੱਗ ਹੈ ਮੈਂ ਤੁਹਾਨੂੰ ਕੋਟ ਕਰ ਰਿਹਾ ਤੁਸੀਂ ਉਹਦੇ ਵਿੱਚ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਕਰ ਰਹੇ ਹੋ ਮੈਂ ਵੀ ਕਹਿ ਰਿਹਾ ਏਸੀ ਲੱਗੇ ਸੀ ਬੰਗਲਾ ਸਾਹਿਬ ਦੇ ਮੇਨ ਹਾਲ ਦੇ ਵਿੱਚ ਜਿਹੜਾ ਕਿਸੇ ਦਾਨੀ ਨੇ ਦਿੱਤਾ ਸੀ ਥਰੂ ਹੈਡ ਪ੍ਰੀਸਟ ਔਰ ਜਿਹੜਾ ਵਰਦੀਆਂ ਦਿੱਤਾ ਸੀ ਉਹ ਇੱਕ ਸੀ ਇੱਕ ਏਸੀ ਜਿਹੜਾ ਹੁਣ ਮੁੱਦਾ ਪਿੱਛੇ ਚੱਲਿਆ ਸੀ ਉਹ ਸੀਗਾ ਉਹਨਾਂ ਸੀ ਸਰਵਿਸਿੰਗ ਦਾ ਮੈਟਰ ਇਹ ਦੋ ਅਲੱਗ ਅਲੱਗ ਮੈਟਰ ਨਹੀਂ ਉਹ 250 ਏਸੀ ਦਾ ਮਾਮਲਾ ਕਿੱਥੇ ਦਾ ਸਰ ਉਹ ਨਹੀਂ ਸੀਗਾ ਉਹ ਮੇਰੇ ਟਾਈਮ ਮੈਂ ਕੀਤੀ ਸੀ ਗੁਰਦੁਆਰਾ ਮੇਰੀ ਅਗਰ ਬਾਈਟ ਦੁਬਾਰਾ ਸੁਣ ਲੋਗੇ ਤਾਂ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੇ ਮੇਨ ਹਾਲ ਦੇ ਏਸੀ ਕੇ ਸੀ ਕਿ ਇੱਕ ਪ੍ਰੇਮੀ ਨੇ ਦਿੱਤੇ ਆ ਲੇਕਿਨ ਗੁਰਦੁਆਰਾ ਕਮੇਟੀ ਨੇ ਉਹਦੇ ਨਕਲੀ ਬਿੱਲ ਪਾ ਕੇ ਤੇ ਉਹਨੂੰ ਗੁਰਦੁਆਰਾ ਕਮੇਟੀ ਦੇ ਖਰਚੇ ਹੀ ਦੇ ਦਿੱਤਾ ਤੇ ਇਹ ਚੀਜ਼ ਹੋਈ ਸੀ ਉਹ ਦੋਨੋਂ ਚੀਜ਼ਾਂ ਸੀਡੀ ਦਾ ਮਾਮਲਾ ਸੀਗਾ ਉਹਦੇ ਤੇ ਸੀਡੀ ਦਾ ਮਾਮਲਾ ਹੁਣ ਲੈ ਲਓ 84 ਰਾਈਟਸ ਦੇ ਬਾਰੇ ਜਿਹੜੀ ਉਹਨੇ ਕਿਹਾ ਸੀ ਜੀ ਮੈਨੂੰ ਸੀਡੀ ਆਈ ਕਾਰ ਇਹ ਆਇਆ ਉਹ ਆਇਆ ਤੇ ਮੈਂ ਉਹਦੇ ਬਾਰੇ ਕਿਹਾ ਸੀ ਕਿ ਇਹ ਇੱਕ ਫਰਜ਼ੀ ਆਪਣੇ ਆਪ ਨੂੰ ਹਾਈਕ ਦੇਣ ਵਾਸਤੇ ਇਹ ਕਹਾਣੀ ਰਚੀ ਗਈ ਹੈ ਤੇ ਮੈਂ ਅੱਜ ਮੈਂ ਖੁਲਾਸਾ ਕਰਾਂਗਾ ਇਹਦਾ ਮੈਂ ਖੁਲਾਸਾ ਕਰਾਂਗਾ ਜ਼ਰੂਰ ਕਰਾਂਗਾ ਅੱਜ ਹੀ ਉਸ ਗੱਲ ਤੇ ਆ ਜਿਸ ਦਿਨ ਪੂਰਾ ਜੋ ਐਵੀਡੈਂਸ ਮੇਰੇ ਹੱਥੀ ਚ ਆ ਗਏ ਜਿਸ ਤਰ੍ਹਾਂ ਸਾਰੇ ਕੇਸ ਸਾਹਮਣੇ ਨੇ ਉਹ ਵੀ ਸਾਹਮਣੇ ਲਿਆਵਾਂਗਾ ਓਕੇ ਉਹ ਵੀ ਸਾਹਮਣੇ ਲਿਆਵਾਂਗਾ ਵਿਦ ਪ੍ਰੂਫ ਮੈਂ ਤੁਹਾਨੂੰ ਰਿਮਾਈਂਡ ਕਿਉਂਕਿ ਤੁਸੀਂ ਕਹਿ ਰਹੇ ਸੀ ਪ੍ਰੂਫ ਜਿਹੜੀ ਗੱਲ ਮੈਂ ਕਹੀ ਉਹਦੇ ਤੇ ਮੈਂ ਬਿਲਕੁਲ ਅੜੀਗਾ ਠੀਕ ਹੈ ਠੀਕ ਹੈ ਅੱਛਾ ਸਰ ਜਿਹੜਾ 6 ਪੇ ਕਮਿਸ਼ਨ ਦਾ ਜਿਹੜਾ ਮਸਲਾ ਉੱਠਿਆ ਸੀਗਾ ਤੇ ਜਿਹਦੇ ਕਾਰਨ ਦਿੱਲੀ ਕਮੇਟੀ ਨੂੰ ਕਹਿੰਦੇ ਉਹਨੂੰ 140 ਕਰੋੜ ਦੇ ਕਰੀਬ ਦੇਣੇ ਪੈ ਗਏ ਤੇ ਉਹਦੀ ਤੁਸੀਂ ਮੰਨਦੇ ਹੋ ਇਹ ਗੱਲ ਕੀ ਇਹ ਗੱਲ ਤੁਸੀਂ ਜਨਰਲ ਸਕੱਤਰ ਰਹੇ ਹੋ ਸਰਨਾ ਉਹਨਾਂ ਦੇ ਟਾਈਮ ਦੇ ਕੀ ਸਰਨਾ ਉਹਨੇ ਜਿਹੜੇ ਪੈਸੇ ਸੱਚੀ 100 ਕਰੋੜ ਦੇ ਪਲੱਸ 125 ਕਰੋੜ ਦੇ 25 ਕਰੋੜ ਦੇ ਕਰੀਬ ਦਾਵਾ ਕਰ ਰਹੇ ਨੇ ਤੇ 100 ਜੀਕੇ ਵੀ ਮੰਨ ਗਿਆ ਇਹਦਾ ਸੱਚ ਹੈ ਕਿ ਝੂਠ ਹੈ ਪੈਸੇ ਛੋੜੇ ਗਏ ਸੀ ਇਹਦੇ 'ਚ ਕੋਈ ਦੋ ਰਾਏ ਨਹੀਂ 100 ਕਰੋੜ ਦੇ ਆਸ-ਪਾਸ ਛੋੜੇ ਗਏ ਸੀ ਮੈਂ ਤੇ ਅੱਗੇ ਇਹ ਵੀ ਮੈਂ ਕਈ ਬਾਈਟਾਂ 'ਚ ਕਹਿ ਚੁੱਕਾ ਓਕੇ ਤੇ ਜਿਹੜਾ 6 ਪੇ ਕਮਿਸ਼ਨ ਦੇ ਵੀ ਜਿਹੜਾ ਉਹਨੂੰ ਕੋਰਟ ਦੇ ਜਾ ਕੇ ਜਿਹੜਾ ਪਿਆ ਕਮਿਸ਼ਨ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਵੀ ਇਹ ਮੈਟਰ ਚੱਲ ਰਿਹਾ ਸੀ ਲੇਕਿਨ ਅਸੀਂ ਆਪਣੇ ਜੜੀ ਜੜੋਂ ਵੀ ਕਮੇਟੀ ਜਿਹੜੀ ਹੁੰਦੀ ਹੈ ਆਪਣੇ ਤੌਰ ਤੇ ਉਹਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਵੀ ਕੀਤਾ ਸਾਡੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ 6 ਪੇ ਦੇ ਵਿੱਚ ਜਿਹੜੇ ਵੀ ਏਮਪਲਾਈਜ਼ ਨੇ ਉਹਨਾਂ ਨਾਲ ਬੈਠ ਕੇ ਕੋਈ ਸੈਟਲਮੈਂਟ ਹੋ ਜਾਏ ਕਿ ਅਗਰ ਮੰਨ ਲਓ ਪਿਛਲਾ ਕੋਈ ਏਰੀਅਰ ਜਾਂ ਹੋਰ ਚੀਜ਼ਾਂ ਮੰਗ ਰਹੇ ਨੇ ਉਹ ਨਾ ਦੇਣੀਆਂ ਪੈਣ ਤੇ ਕਿਸੇ ਤਰੀਕੇ ਨਾਲ ਉਹ ਜਿੰਨਾ ਘੱਟ ਤੋਂ ਘੱਟ ਗੁਰੂ ਕਰਦਾ ਅਮਾਉਂਟ ਪੇ ਕਰਕੇ ਚਲੋ ਹੈ ਤਾਂ ਉਹਨਾਂ ਦਾ ਰਾਈਟ ਬਣਦਾ ਸੀ ਇਹਦੀ ਕੋਈ ਦੋ ਰਾਏ ਨਹੀਂ ਸੀ ਬਟ ਅਸੀਂ ਅਲੱਗ ਅਲੱਗ ਤੌਰ ਤੇ ਮੀਟਿੰਗਸ ਕਰ ਰਹੇ ਸੀ ਕਿ ਵੀ ਇਹ ਕਿਸੇ ਇਸ ਮੈਟਰ ਨੂੰ ਕਿਸੇ ਤਰੀਕੇ ਸੁਲਝਾ ਲਿਆ ਜਾਏ ਬਟ ਇਨ ਬਿਟਵੀਨ ਹੈ ਸਾਰਾ ਮੈਟਰ ਹੋ ਗਿਆ ਕੋਰਟ ਨਹੀਂ ਕਿਹਾ ਜਾਂਦਾ ਉਹਨਾਂ ਨੇ ਜਿਹੜੀ ਪਿਛਲੀ ਕਮੇਟੀ ਸੀ ਉਹਨਾਂ ਨੇ ਸੈਟਲ ਕਰਤਾ ਸੀਗਾ 15-20 ਕਰੋੜ ਦੇ ਵਿੱਚ ਇਹ ਕਿਹਾ ਜਾਂਦਾ ਇਹ ਹਰਵਿੰਦਰ ਸਿੰਘ ਸਰ ਨੇ ਕਹੀ ਹੈ ਹੋ ਸਕਦਾ ਉਹਨਾਂ ਦੀ ਨੌਲੇਜ ਅਪਡੇਟ ਹੋਵੇ ਮੈਨੂੰ ਹੋ ਸਕਦਾ ਦੇ ਬਾਰੇ ਪੂਰਾ ਜਿੰਨੀ ਮੇਰੀ ਨੌਲੇਜ ਹੈ ਮੈਂ ਉਹਦੀ ਗੱਲ ਕਰਾਂਗਾ ਕੋਰਟ ਦੇ ਵਿੱਚ ਮੈਂ ਹਰਵਿੰਦਰ ਸਿੰਘ ਸਰਨਾ ਜੀ ਜਾਂ ਪਰਮਜੀਤ ਸਿੰਘ ਸਰਨਾ ਜੀ ਦੀ ਗੱਲ ਤੇ ਮੋਰ ਜਾਂ ਨਾ ਮੋਰ ਲਗਾਣੀ ਉਹਦੇ ਹਾਂ ਜਾਂ ਨਾ ਜੀ ਜਾ ਮੈਂ ਆਪਣੀ ਨੌਲੇਜ ਅਪਡੇਟ ਦੱਸ ਰਿਹਾ ਕਿ ਮੇਰੇ ਹਿਸਾਬ ਨਾਲ ਅਸੀਂ ਉਸ ਟਾਈਮ ਸਾਰੇ ਐਮਪਲਾਈਜ਼ ਨਾਲ ਹਰ ਸਕੂਲ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਫਤਿਹਨਗਰ ਵੀ ਥੋੜਾ ਜਿਹਾ ਵਿੱਚ ਉਹਨਾਂ ਟਾਈਮ ਦੇ ਵਿੱਚ ਵੀ ਪੈਨ ਡਾਊਨ ਸਟ੍ਰਾਈਕ ਹੋਈ ਸੀ ਉੱਥੇ ਜਾ ਕੇ ਵੀ ਮੈਟਰ ਸਾਰਟ ਆਊਟ ਕੀਤਾ ਸੀ ਮੈਂ ਔਰ ਬਲਦੇਵ ਸਿੰਘ ਰਾਣੀ ਬਾਗ ਗਏ ਸੀ ਇਸੇ ਤਰ੍ਹਾਂ ਅਸੀਂ ਕਈ ਸਕੂਲ ਦੇ ਵਿੱਚ ਇਸ ਮੈਟਰ ਨੂੰ ਸਾਰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਿਰਫ ਇੱਕੋ ਕੋਸ਼ਿਸ਼ ਸੀ ਕਿ ਪਿਛਲੇ ਏਰੀਅਰ ਵੇਰੀਅਰ ਨਾ ਦੇਣੇ ਪੈਣ ਤੇ ਚਲੋ ਅਗਰ ਐਮਪਲਾਈਜ਼ ਜੋ ਅੱਗੋਂ ਦੀ ਦੇ ਦੀ ਉਹਨਾਂ ਨੂੰ ਬਈ ਪਿਛਲੇ ਨਾ ਦੇਣੇ ਪੈਣ ਤੇ ਇਸ ਮੈਟਰ ਨੂੰ ਅਸੀਂ ਨਿਪਟਾ ਲੈਂਦੇ ਇਹ ਡੀਐਸਜੀਐਮਸੀ ਵੀ ਕਿਤੇ ਨਾ ਕਿਤੇ ਨਲਾਇਕੀ ਸੀ ਕਿ ਤਾਂ ਇਹਨਾਂ ਨੇ ਕੋਰਟ 'ਚ ਸਾਈਨ ਕਰਕੇ ਦਿੱਤਾ ਇਹਦੇ ਇਹਦੇ ਵਿੱਚ ਤੁਹਾਨੂੰ ਪਤਾ ਹੋਏਗਾ ਕੋਈ ਦੋ ਰਾਏ ਨਹੀਂ ਹੁੰਦੀ ਜਦੋਂ ਕੋਈ ਮੈਟਰ ਕੋਰਟ 'ਚ ਹੁੰਦਾ ਹੈ ਜਦੋਂ ਕੋਈ ਮੈਟਰ ਕੋਰਟ 'ਚ ਹੁੰਦਾ ਹੈ ਅਗਰ ਤੁਸੀਂ ਉਹਨੂੰ ਠੀਕ ਢੰਗ ਨਾਲ ਹੈਂਡਲ ਨਹੀਂ ਕਰੋਗੇ ਜਾਂ ਕੋਈ ਏਮਪਲਾਈ ਕੋਰਟ 'ਚ ਜਾਂਦਾ ਜੋ ਕੁਝ ਕਰਦਾ ਹੈ ਅਗਰ ਉਹਨੂੰ ਉਹਦਾ ਬਣਦਾ ਰਾਈਟ ਉਹਨੇ ਤੇ ਜਾਣਾ ਹੀ ਹੈ ਇਹਦੀ ਕੋਈ ਦੋ ਰਾਏ ਨਹੀਂ ਹੈ ਲੇਕਿਨ ਅਗਰ ਠੀਕ ਢੰਗ ਨਾਲ ਹੈਂਡਲ ਨਹੀਂ ਕਰੋਗੇ ਤਾਂ ਹਮੇਸ਼ਾ ਕੋਰਟ ਐਮਪਲਾਈਜ਼ ਦੀ ਫੇਵਰ ਚ ਜਾਏਗਾ ਕਿਉਂਕਿ ਇੱਕ ਗਰੀਬ ਦਾ ਹੱਕ ਹੁੰਦਾ ਹੈ ਤੇ ਉਹ ਤੁਹਾਡੀ ਨੈਗਲੀਜੈਂਸੀ ਕਹਿ ਲਓ ਤੁਹਾਡੀ ਠੀਕ ਢੰਗ ਨਾਲ ਦੀ ਉਸ ਕੇਸ ਦੀ ਦੇਖਭਾਲ ਨਾ ਕਹਿ ਲਓ ਜਾਂ ਉਹਦੇ ਤੇ ਧਿਆਨ ਨਾ ਕਹਿ ਲਓ ਜਿੰਨਾ ਦੇਣਾ ਚਾਹੀਦਾ ਸੀ ਤੇ ਨੈਚੁਰਲੀ ਗੱਲ ਹੈ ਮੈਟਰ ਜੋ ਕੋਰਟ ਵੀ ਜਾਏਗਾ ਕੋਰਟ ਦੇ ਵੀ ਨਹੀਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਕਿਹਾ ਜਾਂਦਾ ਹੈ ਕਈ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਮੈਂਬਰ ਸੀਗੇ ਉਹ ਆਉਂਦੇ ਸੀਗੇ ਨਾ ਮਨਜੀਤ ਸਿੰਘ ਜੀ ਕੇ ਤੇ ਸਿਰਸਾ ਉਹਨਾਂ ਕੋਲ ਕਿ ਸਾਨੂੰ ਪਿਛਲੀ ਕਮੇਟੀ ਨੇ ਇਹਨਾਂ ਨੇ ਕਹੀ ਸੀਗੀ ਐਸਐਸ ਦਿਨ ਤੋਂ ਕਿ ਸਾਡੇ ਜਿਹੜੇ 6 ਪੇ ਕਮਿਸ਼ਨਰ ਲਾਗੂ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਜਿਹੜੀ ਪਿਛਲੀ ਕਮੇਟੀ ਤੁਸੀਂ ਉਹਨਾਂ ਤੋਂ ਜਾ ਕੇ ਲਓ ਇਹ ਕਿਹਾ ਜਾ ਰਿਹਾ ਦਿਸ ਇਜ਼ ਅ ਮੋਸ਼ਨ ਤੇ ਉਹਦੇ ਬਾਰੇ ਮੈਂ ਕੀ ਕਹਿ ਸਕਦਾ ਜਿਹੜੀ ਚੀਜ਼ ਉਹਨਾਂ ਦਾ ਰਿਕਾਰਡ ਹੀ ਨਹੀਂ ਹੈਗੀ ਨਹੀਂ ਇਹ ਗੱਲ ਮੈਂ ਕਿਸੇ ਕਹੇ ਜਾ ਰਹੇ ਦੀ ਗੱਲ ਦੇ ਉੱਤੇ ਕੋਈ ਕਮੈਂਟਸ ਕਰਨਾ ਠੀਕ ਨਹੀਂ ਸਮਝਦਾ ਉਹਨਾਂ ਦੀ ਰਿਕਾਰਡ ਅਗਰ ਕੋਈ ਗੱਲ ਹੈਗੀ ਜਾਂ ਐਮਪਲਾਈਜ਼ ਯੂਨੀਅਨ ਦਾ ਕੋਈ ਬੰਦਾ ਇਹ ਗੱਲ ਕਹੇ ਕਿ ਹਾਂ ਵੀ ਸਾਡੇ ਇਸ ਤਰ੍ਹਾਂ ਨਾਲ ਗੱਲ ਹੋਈ ਹੈ ਤਾਂ ਉਹਦੀ ਗੱਲ ਵਿੱਚ ਵਜਨ ਹੋਏਗਾ ਬਾਕੀ ਕੋਈ ਕੀ ਕਹਿ ਰਿਹਾ ਤੇ ਇਹਨਾਂ ਗੱਲਾਂ 'ਤੇ ਕੋਈ ਉਹ ਦਮ ਨਹੀਂ ਹੈ ਕਿਹਾ ਜਾ ਰਿਹਾ ਦੇ ਉੱਤੇ ਜਵਾਬ ਦੇਣਾ ਬੇਵਕੂਫੀ ਹੁੰਦੀ ਹੈ ਕੋਈ ਜ਼ਿੰਮੇਵਾਰ ਆਦਮੀ ਜਿਹੜਾ ਅੱਜ ਦੀ ਡੇਟ 'ਚ ਉਸ ਕੇਸ ਨੂੰ ਫਾਈਟ ਕਰ ਰਿਹਾ ਐਮਪਲਾਈਜ਼ ਦਾ ਚਾਹੇ ਉਹ ਯੂਨੀਅਨ ਦਾ ਪ੍ਰੈਜ਼ੀਡੈਂਟ ਹੋਏਗਾ ਜਾਂ ਚੰਦ ਐਮਪਲਾਈਜ਼ ਹੋਣਗੇ ਜ
ਮੈਨੂੰ ਪਤਾ ਹੀ ਨਹੀਂ ਹੈਗਾ, ਮੇਰੇ ਕੋਲ ਐਵੇਂ ਦਾ ਕੋਈ ਓਨ ਰਿਕਾਰਡ ਨਹੀਂ ਹੈਗਾ ਕਿ ਇਹਨਾਂ ਨੇ ਕੀ ਸਾਈਨ ਕਰਕੇ ਦਿੱਤੇ ਨੇ ਕੀ ਨਹੀਂ ਦਿੱਤੇ, ਤੁਸੀਂ ਕਿਹ ਜਾਇਦਾਦ ਦੀ ਗੱਲ ਕਰ ਰਹੇ ਹੋ, ਤੁਸੀਂ ਕਿਸੇ ਕੋਲ ਸੁਣਿਆ ਹੋਏਗਾ? ਮੈਂ ਸੁਣਿਆ ਨਹੀਂ। ਔਰ ਮੇਰੇ ਕੋਲ ਕਰ ਰਹੇ ਨੇ ਤੇ ਹੋਰ ਵੀ ਕਿਹਨੂੰ ਕਲੇਮ ਹੋ ਸਕਦਾ ਸਰਨਾ ਸਾਹਿਬ ਕੋਲ ਉਹਦੇ ਵਾਸਤੇ ਕੋਈ ਪੇਪਰ ਹੋਣ ਜਿਹੜੇ ਕੱਲ ਨੂੰ ਤੁਹਾਨੂੰ ਦਿਖਾ ਦੇਣ ਕਿ ਹਾਂ ਬਈ ਆ ਦੇਖੋ ਇਹਨਾਂ ਨੇ ਕੋਈ ਸਟੇਟਮੈਂਟ ਦਿੱਤੀ, ਮੇਰੇ ਕੋਲ ਐਵੇਂ ਜੀ ਨਹੀਂ ਹੈ, ਇਸ ਕਰਕੇ ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ। ਓਕੇ ਜੇ ਇਦਾਂ ਦੀ ਹੋਵੇ ਤੇ ਗੱਲ ਤੁਸੀਂ ਰਿਜੈਕਟ ਕਰ ਦਿਓ। ਉਹਨਾਂ ਨੇ ਐਵੇਂ ਜੀ ਕੋਈ ਗੱਲ ਹੋਵੇ ਉਹ ਲਿਖ ਕੇ ਦਿੱਤਾ ਹੋਇਆ ਤੇ ਨੈਚੁਰਲ ਗੱਲ ਨੂੰ ਕੌਣ ਠੀਕ ਕਹੇਗਾ? ਓਕੇ ਮਨਜੀਤ ਜੀ ਕੇ ਦੇ ਤੁਹਾਨੂੰ ਤਾਂ ਬਟ ਓਨ ਦੀ ਰਿਕਾਰਡ ਹੋਣੀ ਚਾਹੀਦੀ ਹੈ ਗੱਲ ਕੇ ਜਾਇਓ ਤੇ ਜਵਾਬ ਅਗਰ ਓਨ ਦੀ ਰਿਕਾਰਡ ਪੇਪਰ ਸਾਹਮਣੇ ਇਸ ਗੱਲ ਸ਼ੋ ਕਰ ਦੇਣ ਕਿ ਇਹਨਾਂ ਨੇ ਐਵੇਂ ਜੀ ਕੋਈ ਸਟੇਟਮੈਂਟ ਦਿੱਤੀ ਹੈ ਨੈਚੁਰਲੀ ਗੱਲ ਹੈ ਤੇ ਪੂਅ
ਪ੍ਰਾਈਵੇਟ ਕੰਪਨੀ ਕਿਹੜੀ ਕਰ ਰਹੀ ਹੈ ਡਿਲਾਈਟ, ਜਾਂ ਮੈਂ ਵੀ ਨਾਮ ਸੁਣਿਆ ਹੈ, ਪੇਪਰ ਦੇ ਵਿੱਚ ਵੀ ਪੜ੍ਹਿਆ, ਸਭ ਕੁਝ ਪੜ੍ਹਿਆ, ਬਟ ਮੈਂ ਪਰਸਨਲੀ ਤੌਰ 'ਤੇ ਨਾ ਇਸ ਕੰਪਨੀ ਬਾਰੇ ਕੁਝ ਜਾਣਦਾ ਨਾ ਕੁਝ ਕਰਦਾ। ਹਾਂ, ਮੈਂ ਸਰਨਾ ਸਾਹਿਬ ਦੀ ਸਟੇਟਮੈਂਟ ਜ਼ਰੂਰ ਸੁਣੀ ਸੀ ਕਿ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਬਲੈਕ ਲਿਸਟਡ ਹੈਗੀ ਹੈ। ਅਗਰ ਇਹੋ ਜਿਹੀ ਕੋਈ ਗੱਲ ਹੈਗੀ ਹੈ, ਕੋਈ ਬਲੈਕ ਲਿਸਟਡ ਹੈਗੀ ਹੈ, ਤਾਂ ਫਿਰ ਮੈਂ ਸਮਝਦਾ ਕਿ ਉਹਦੇ 'ਤੇ ਕਿੰਤੂ ਪਰੰਤੂ ਹੋ ਸਕਦਾ ਹੈ। ਸਰ ਲੇਕਿਨ ਤੁਸੀਂ ਸਰਨਾ ਸਾਹਿਬ ਨੂੰ ਗੱਲ ਕਰ ਰਹੇ, ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਸਰਨਾ ਸਾਹਿਬ ਨੂੰ ਦੀ ਗੱਲ ਛੱਡੋ, ਹੈਗੀ ਹੈ ਗਵਰਨਮੈਂਟ ਆਫ ਇੰਡੀਆ, ਮੈਂ ਉਸੇ ਗੱਲ ਤੋਂ ਆ ਰਿਹਾ ਨੇ, ਮੈਂ ਉਸੇ ਗੱਲ ਨੂੰ ਕਹਿ ਰਿਹਾ, ਮੈਂ ਉਸੇ ਗੱਲ ਨੂੰ ਕਹਿ ਰਿਹਾ ਕਿ ਸਰਨਾ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਅਗਰ ਉਹਨਾਂ ਕੋਲ ਇਸ ਗੱਲ ਦਾ ਕੋਈ ਰਿਕਾਰਡ ਹੈ, ਉਹਨਾਂ ਨੂੰ ਇਸ ਗੱਲ ਦੀ ਨੌਲੇਜ ਹੈ, ਤੇ ਅੱਛੀ ਗੱਲ ਹੈ, ਫਿਰ ਤੇ ਮੈਂ ਸਮਝਦਾ ਕਿ ਜਿਸ ਗੱਲ ਦੇ ਉੱਤੇ ਪਹਿਲੇ ਕਿੰਤੂ ਪ੍ਰੰਤੂ ਹੈ ਤੇ ਫਿਰ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਬੈਂਕ, ਜੇ ਗਵਰਨਮੈਂਟ ਆਫ ਇੰਡੀਆ ਨੇ ਕਿਸੇ ਕੰਪਨੀ ਨੂੰ ਬਲੈਕ ਲਿਸਟ ਕਰ ਦਿੱਤਾ ਹੈ, ਬੈਨ ਕਰ ਦਿੱਤਾ ਹੈ, ਤੇ ਮੈਂ ਕਰਨ ਦੀ ਡਿਮਾਂਡ ਕੀਤੀ ਟ੍ਰਿਬਿਊਨਲ ਕੋਲ, ਮੈਂ ਸਮਝਦਾ ਕਿ ਫਿਰ ਤੇ ਉਹਦੇ ਤੇ ਸਵਾਲ ਉੱਠਣੇ ਲਾਜ਼ਮੀ ਨੇ। ਹਾਂਜੀ, ਸੋ ਯੂ ਆਰ ਨਾਟ ਸੈਟੀਸਫਾਈਡ ਵਿਦ, ਮੈਂ ਉਸ ਗੱਲ ਤੇ ਕਹਿ ਰਿਹਾ ਕਿ ਜਿਸ ਨੂੰ ਮੰਨ ਲਓ ਗਵਰਨਮੈਂਟ ਆਫ ਇੰਡੀਆ ਨੇ ਅਗਰ ਕਿਹਾ ਤਾਂ ਕੋਈ ਤਾਂ ਵਜ੍ਹਾ ਹੋਏਗੀ, ਅਗਰ ਬਲੈਕ ਲਿਸਟ ਕੀਤਾ ਕੋਈ ਤਾਂ ਵਜ੍ਹਾ ਹੋਏਗੀ, ਕੋਈ ਤਾਂ ਕਾਰਨ ਹੋਣਗੇ। ਸੋ ਵਾਟ ਇਫ, ਅਗਰ ਕੋਈ ਸੰਦੇਹ ਦੇ ਦਾਇਰੇ 'ਚ ਪਹਿਲਾਂ ਹੀ ਹੈਗਾ ਤੇ ਅਗਰ ਅਸੀਂ ਉਹਦੇ ਕੋਲ ਕੋਈ ਵਜ੍ਹਾ ਕੰਮ ਕਰਾਂਗੇ ਤਾਂ ਹੋ ਸਕਦਾ ਉਹਦੇ ਤੇ ਕੋਈ ਬਿਲਕੁਲ ਜਿਹੜੇ ਐਲੀਗੇਸ਼ਨ ਨੇ ਠੀਕ ਹੋਣ। ਅੱਛਾ, ਤੁਸੀਂ ਕੀ ਸਮਝਦੇ ਕਿ ਹਰਨਾਮ ਧੁੰਮਾ ਨੂੰ ਡੀਐਸਜੀਐਮਸੀ ਜਿਹੜੇ ਸਿਰਸਾ ਆਉਣੀ ਤੇ ਪਹਿਲੇ ਅਵਤਾਰ ਹਿੱਤ ਨੂੰ ਬੋਲ ਕੇ ਵਾਪਸ ਆਪਣੀ ਸਟੇਟਮੈਂਟ ਲੈਣੀ ਪਈ, ਕੀ ਵਜ੍ਹਾ ਹੈ ਕਿ ਉਹ ਮਨਜੀਤ ਜੀਕੇ ਨੂੰ ਤਾਂ ਬੋਲ ਰਹੇ ਨੇ ਕਿ ਉਹਨਾਂ ਨੇ ਇੰਨੀ ਫੌਜਰੀ ਕੀਤੀ, ਪਰ ਹਰਨਾਮ ਧੁੰਮਾ ਨੂੰ ਉਹ ਬਚਾ ਰਹੇ ਨੇ? ਹਰਨਾਮ ਧੁੰਮਾ ਜੀ ਰਹਿੰਦੇ ਨੇ ਪੰਜਾਬ ਮਹਿਤਾ ਚੌਂਕ ਤੇ, ਔਰ ਆਪਣਾ ਜੋ ਤੇ ਡਰ ਲੱਗਦਾ ਉਹਨਾਂ ਨੂੰ, ਔਰ ਜਿਹੜਾ ਹਰਜੀਤ ਆਪਣਾ ਤੁਹਾਡਾ ਨਾਮ ਅਵਤਾਰ ਸਿੰਘ ਹਿੱਤ ਜੀ ਰਹਿੰਦੇ ਨੇ ਆਪਣਾ ਹਰੀਨਗਰ, ਹਾਂਜੀ, ਇਹ ਦੋਨੋਂ ਸਵਾਲ ਜਵਾਬ ਤੁਸੀਂ ਉਹਨਾਂ ਕੋਲ ਲੈਣੇ ਚਾਹੀਦੇ ਨੇ। ਅਲਬਤਾ ਮੈਂ ਆਪਣੀ ਸਟੇਟਮੈਂਟ ਤੇ ਅੱਜ ਵੀ ਕਾਇਮ ਆ, ਨਾ ਮੈਂ ਕਿਸੇ ਕੋਲ ਮਾਫੀ ਮੰਗੀ ਹੈ ਨਾ ਮੰਗਾਂਗਾ। ਅੱਛਾ, ਇਹ ਗੱਲ ਮੰਨਦੇ ਹੋ ਹਰਨਾਮ ਧੁੰਮਾ ਇਹਦੇ ਵਿੱਚ ਕੋਈ ਅਕਿਊਜ਼ ਹੈਗਾ? ਮੈਂ ਇਸ ਗੱਲ ਨੂੰ ਮੰਨਦਾ, ਕੋਰਟ ਦੇ ਵਿੱਚ ਚੀਕ ਚੀਕ ਕੇ ਕਹਿ ਰਿਹਾ ਕਿ ਹਰਨਾਮ ਧੁੰਮਾ ਜੀ ਨੇ ਇਹ ਜਿਹੜੀ ਬਣਾ ਕੇ ਦਿੱਤਾ ਥੈਂਕਸ ਲੈਟਰ, ਇਹ 2019 ਦੇ ਵਿੱਚ ਬਣਾ ਕੇ ਦਿੱਤਾ ਔਰ ਮੈਟਰ 2016 ਦਾ ਹੈਗਾ, ਤੇ ਨੈਚੁਰਲੀ ਗੱਲ ਹੈ ਜੋ ਕਿਸੇ ਦੀ ਮਦਦ ਕਰਦਾ ਹੈ ਉਹ ਆਪਣੇ ਆਪ ਉਸ ਦੀ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹ ਅਕਿਊਜ਼ ਕਹਿ ਲਓ, ਉਹਨੂੰ ਜੋ ਮਰਜ਼ੀ ਕਹਿ ਲਓ, ਇਹ ਕਾਨੂੰਨ ਦੀ ਲੈਂਗੁਏਜ ਫਾਲਸ ਇਨਵੋਇਸਿੰਗ ਸੀਗੀ, ਮੰਨਦੇ ਹੋ ਨਾ? ਮੈਂ ਤਾਂ ਇਸ ਗੱਲ ਦੇ ਉੱਤੇ ਕੋਰਟ ਵਿੱਚ ਫਾਈਟ ਕਰ ਰਿਹਾ, ਬਸ ਬਸ ਮੈਨੂੰ ਇਹ ਹੀ ਪੁੱਛਣਾ, ਮੈਂ ਤਾਂ ਫਾਈਟ ਕਰ ਰਿਹਾ ਕੋਰਟ ਵਿੱਚ। ਹਾਂਜੀ, ਅੱਛਾ, ਮੇਰਾ ਸੈਕਿੰਡ ਲਾਸਟ ਸਵਾਲ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਸ ਮਨਜੀਤ ਜੀ ਕੇ ਉਹਨਾਂ ਦੀ ਪਾਰਟੀ ਲਈ ਤੁਸੀਂ ਇੰਨਾ ਵੱਧ ਚੜ ਕੇ ਇੱਕ ਸਪੈਸ਼ਲ ਇਨਵਾਈਟੀ ਵੀ ਬੁਲਾਇਆ ਸੀਗਾ, ਸਭ ਕੁਝ ਕੀਤਾ ਸੀਗਾ, ਅੱਜ ਉਸੇ ਦੇ ਖਿਲਾਫ ਤੁਸੀਂ ਇੱਕ ਸੀਬੀਆਈ ਇਨਕੁਆਇਰੀ ਇੰਨੇ ਹਾਈ ਲੈਵਲ ਦੀ ਕਰਪਸ਼ਨ ਦੇ ਮੁੱਦੇ ਚੁੱਕ ਰਹੇ ਹੋ, ਤੁਹਾਨੂੰ ਕਿਤੇ ਨਾ ਕਿਤੇ ਗਿਲਟ ਹੁੰਦਾ ਹੈ? ਤੁਹਾਨੂੰ ਲੱਗਦਾ ਮਨਜੀਤ ਸਿੰਘ ਜੀ ਕੇ ਦੀ ਪਾਰਟੀ ਲਈ? ਤੁਸੀਂ ਇਸ ਗੱਲ ਨੂੰ ਦੂਜੇ ਐਂਗਲ ਨੂੰ ਕੀ ਸੋਚਦੇ ਕਿ ਹੋ ਸਕਦਾ ਹੈ ਉਸ ਟਾਈਮ ਜਿਹੜੇ ਮੇਰੇ ਮਤਭੇਦ ਹੋਣ, ਉਹ ਮੇਰੀ ਨਜ਼ਰ, ਮੈਂ ਤਾਂ ਪੋਲੀਟੀਕਲੀ ਕਰਾਂਗਾ ਨਾ, ਬੁਲਾਉਣਾ ਦਾ ਮਤਲਬ ਤੇ ਉਹੀ ਸੀ ਨਾ ਕਿ ਜਿਹੜੇ ਕੋਈ ਇਸ਼ੂ ਉੱਥੇ ਡਿਸਕਸ ਹੋਣੇ ਸੀ ਉਸ ਐਗਜ਼ੀਕਿਊਟਿਵ ਦੇ ਵਿੱਚ, ਕਿਉਂਕਿ ਏਜੰਡਾ ਪਹਿਲੇ ਆ ਜਾਂਦਾ ਹੈ ਮੰਨ ਲਓ ਸਾਡੇ ਲੋਕਾਂ ਕੋਲ, ਤਰੀਕਾ ਠੀਕ ਸੀ ਸੈਕਟਰੀ, ਜੋ ਏਜੰਡਾ ਆ ਗਿਆ ਸੀ ਨਹੀਂ, ਉਹ ਤਰੀਕਾ ਠੀਕ ਸੀ ਬੁਲਾਉਣ ਦਾ, ਜਿਹੜਾ ਤਰੀਕਾ ਸੀਗਾ ਬਿਲਕੁਲ ਪਾਵਰ ਹੈ, ਮੈਂ ਨਹੀਂ ਕਰ ਰਿਹਾ ਉਹ ਤਰੀਕਾ ਠੀਕ ਸੀ, ਬੜੀ ਜਿਹੜੀ ਜਿਹੜੇ ਸੁਪਰ ਸੀਡ ਕਰਨਾ ਕਿਸੇ ਨੂੰ, ਕਿਸ ਨੂੰ? ਜਨਰਲ ਸੈਕਟਰੀ ਦੀ ਪਾਵਰ ਐਕਟ ਵਿੱਚ ਲਿਖਿਆ ਹੈ ਉਹ ਕਿਸੇ ਵੀ ਸਪੈਸ਼ਲ ਇਨਵਾਈਟਡ ਨੂੰ ਬੁਲਾ ਸਕਦਾ ਹੈ। ਤੁਸੀਂ ਕਿਸ ਵਾਸਤੇ ਬੁਲਾਇਆ ਸੀਗਾ? ਮੈਂ ਉਸ ਗੱਲ ਦਾ ਵਿਰੋਧ ਕਰਨ ਵਾਸਤੇ ਕਿ ਇੱਕ ਐਜ਼ ਇਲੈਕਟਿਡ ਮੈਂਬਰ ਕਿ ਜੋ ਅੱਜ ਮਤਾ ਪਾਸ ਹੋਣ ਲੱਗਾ ਉਹ ਮੇਰੀ ਨਜ਼ਰ ਵਿੱਚ ਉਹ ਠੀਕ ਨਹੀਂ ਸੀ। ਕਿਹੜਾ ਮਤੇ ਤੁਸੀਂ ਉੱਥੇ ਡਿਸਕਸ ਕਰਦੇ? ਕਿੱਥੇ ਡਿਸਕਸ ਕਰਦੇ? ਐਗਜ਼ੈਕਟਿਵ ਦੇ ਡਿਸਕਸ, ਐਗਜ਼ੈਕਟਿਵ ਦਾ ਮੈਂ ਦੱਸਿਆ ਨਹੀਂ ਕਿ ਕੀ ਸਿਸਟਮ ਹੈ, ਕਿਹੜਾ ਕਿੰਨਾ ਕਰਪਟ ਸਿਸਟਮ ਹੋ ਗਿਆ ਐਗਜ਼ੈਕਟਿਵ ਦਾ, ਥੋੜਾ ਜਿਹਾ ਦੱਸੋ। ਤੁਸੀਂ ਕਹਿੰਦਾ ਯੈਸ ਮੈਨ ਲੈ ਜਾਂਦੇ ਦਾ ਮਤਲਬ ਇਹ ਹੈਗਾ, ਤੁਸੀਂ ਕਿਹਾ ਸੀ ਮਤਲਬ ਯੈਸ ਮੈਨ ਲੈ ਜਾਂਦੇ ਨੇ ਆਪਣੀ ਗੱਲ ਤੋਂ ਪਿੱਛੇ ਨਾ। ਮੈਂ ਸਿਸਟਮ ਸਮਝਾਇਆ ਸੀ ਕਿ ਐਗਜ਼ੈਕਟਿਵ ਕਿਸ ਤਰ੍ਹਾਂ ਦੀ ਬਣਾਈ ਜਾਂਦੀ ਹੈ, ਉਹਦੀ ਬਣਤਰ ਕਿਸ ਤਰ੍ਹਾਂ ਦੀ ਹੁੰਦੀ ਹੈ, ਚਾਹੇ ਉਹ ਅੱਜ ਦਾ ਟਾਈਮ ਹੋਵੇ, ਚਾਹੇ ਪੁਰਾਣਾ ਟਾਈਮ ਹੋਵੇ, ਜਾਂ ਉਸ ਤੋਂ ਪੁਰਾਣਾ ਹੋਵੇ, ਤਾਂ ਤੁਸੀਂ ਕਿਹਾ ਇਹਦਾ ਮਤਲਬ ਯੈਸ ਮੈਨ ਲੈ ਜਾਂਦੇ ਆ। ਹਾਂਜੀ, ਤੇ ਬਸ ਉਸ ਯੈਸ ਮੈਨ ਦੇ ਵਿੱਚ ਫਿਰ ਕੀ ਹੋਣਾ ਸੀ? ਓਕੇ, ਸੋ ਤੁਸੀਂ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਕਹੀ ਸੀ? ਅੱਜ ਅਸੀਂ ਇਹ ਕਹਿੰਦੇ ਹਾਂ ਕਿ ਜਨਰਲ ਸੈਕਟਰੀ ਕੋਲ ਜ਼ਿਆਦਾ ਪਾਵਰਸ ਹੁੰਦੀਆਂ ਨੇ, ਜਨਰਲ ਸੈਕਟਰੀ ਕੋਲ ਫਲਾਣਾ ਹੁੰਦਾ ਹੈ, ਜਨਰਲ ਸੈਕਟਰੀ ਕੋਲ ਸਾਰਾ ਹੁੰਦਾ ਹੈ, ਤੇ ਜਨਰਲ ਸੈਕਟਰੀ ਕੋਲ ਫਿਰ ਜਨਰਲ ਸੈਕਟਰੀ ਦੀ ਪਾਵਰਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਿਸ ਟਾਈਮ ਸ਼ੁਰੂ ਹੋਈ ਸੀ? ਅੱਛਾ ਸਰ, ਕਿਹੜੀ ਫਿਰ ਜਨਰਲ ਸੈਕਟਰੀ ਦੀ ਪਾਵਰ ਕਦੋਂ ਘਟਾਈ ਗਈ ਸੀ? ਸਰ, ਕਿਹੜੀ ਗੱਲਾਂ ਨੂੰ ਲੈ ਕੇ ਮਤਭੇਦ ਸੀਗੇ? ਸਰ ਉਹ ਹੁਣ ਉਸ ਏਜੰਡੇ ਦੇ ਵਿੱਚ ਨੇ ਨਾ, ਅੱਜ ਜ਼ਬਾਨੀ ਯਾਦ ਨਹੀਂ ਨੇ, ਕਈ ਮੈਟਰ ਸੀਗੇ
ਜਿਵੇਂ ਹਸਪੀਟਲ ਦਾ ਮੈਟਰ ਸੀਗਾ ਜਾਂ ਹੋਰ ਕੋਈ ਦੋ ਦਾ ਕੀ ਅਪਡੇਟ ਹੈ ਹੁਣ ਕਿੱਥੇ ਕਿੰਨੇ ਕੁ ਗੱਲ ਸਿਰੇ ਚੜੀ ਦੇਖੋ ਹਸਪੀਟਲ ਦਾ ਮੈਟਰ ਸੀਗਾ ਉਸ ਟਾਈਮ ਜੋ ਚੱਲ ਰਿਹਾ ਸੀ ਮੈਂ ਉਹਦੇ ਬਾਰੇ ਗੱਲ ਕਰਾਂਗਾ ਐਨਏ ਨੇ ਕੀ ਕੀਤਾ ਮੇਰੀ ਜਵਾਬਦਾਰੀ ਨਹੀਂ ਉਹ ਸੰਗਤ ਉਹ ਸਾਹਮਣੇ ਐਨਏ ਦੀ ਅੱਜ ਦੀ ਸਟੇਟਸ ਵਿੱਚ ਹਸਪੀਟਲ ਸਾਰੀ ਸੰਗਤ ਦੇ ਸਾਹਮਣੇ ਉੱਥੇ ਹੀ ਖੜਾ ਉਸੇ ਕੰਡੀਸ਼ਨ ਵਿੱਚ ਹੈ ਇਹ ਤੁਸੀਂ ਇਹੀ ਚਾਹੁੰਦੇ ਸੀ ਕਿ ਐਵੇਂ ਦਾ ਮੈਂ ਚਾਹੁੰਦਾ ਸੀਗਾ ਕਿ ਉਹਦਾ ਇੱਕ ਸਿਸਟਮ ਜੋ ਮੇਰੇ ਚਾਹਣ ਨਾਲ ਤਾਂ ਕੁਝ ਨਹੀਂ ਹੋਣਾ ਸੀ ਮੈਂ ਖੜਾ ਐਵੇਂ ਤੁਸੀਂ ਚਾਹੁੰਦੇ ਸੀ ਐਵੇਂ ਨਹੀਂ ਚਾਹੁੰਦਾ ਸੀ ਜੋ ਹੋ ਰਿਹਾ ਸੀ ਉਹ ਵੀ ਨਹੀਂ ਚਾਹੁੰਦਾ ਸੀ ਸ਼ਾਇਦ ਇਸ ਕਰਕੇ ਵਿਰੋਧ ਕੀਤਾ ਔਰ ਜੋ ਇਹਨਾਂ ਨੇ ਕੀਤਾ ਉਹ ਵੀ ਨਹੀਂ ਚਾਹੁੰਦਾ ਸੀ ਤੁਹਾਡਾ ਕੀ ਪ੍ਰਪੋਜ਼ਲ ਸੀ ਮੈਂ ਕਹਿ ਰਿਹਾ ਇਹ ਵੀ ਨਹੀਂ ਚਾਹੁੰਦਾ ਸੀ ਤੁਹਾਡਾ ਕੀ ਪ੍ਰਪੋਜ਼ਲ ਪ੍ਰਪੋਜ਼ਲ ਤੇ ਤਦ ਹੋਏਗਾ ਜੇ ਉਸ ਦੇ ਉੱਤੇ ਸਾਰੇ ਵਾਦ ਵਿਵਾਦ ਖਤਮ ਹੋਣਗੇ ਤਾਂ ਕੋਈ ਨਵਾਂ ਪ੍ਰਪੋਜ਼ਲ ਬਣੇਗਾ ਨਹੀਂ ਸਰ ਐਕਚੁਅਲੀ ਤੁਸੀਂ ਅਨਨੈਸੈਸਰੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਕੀਤਾ ਸੀ ਐਲੀਗੇਸ਼ਨ ਲੱਗ ਗਿਆ ਤੁਹਾਨੂੰ ਉਸ ਟਾਈਮ ਕਿਸ ਚੀਜ਼ ਦੀ ਪੋਲੀਟੀਕਲ ਮਾਈਲੇਜ ਲੈਣੀ ਸੀ ਮੈਂ ਤੇ ਆਲਰੇਡੀ ਗੁਰਦੁਆਰਾ ਕਮੇਟੀ ਦਾ ਜਨਰਲ ਸੈਕਟਰੀ ਸੀ ਸਰ ਉਸ ਤੋਂ ਪਹਿਲੇ 10 ਮੀਟਰ ਹੋਰ ਵੀ ਸੀ ਸਰ 6 ਮਹੀਨੇ ਪਹਿਲੇ ਤੁਸੀਂ ਸਰ ਐਸ ਪਰ ਮੈਂ ਤੁਸੀਂ ਤੁਸੀਂ ਇਹ ਗੱਲ ਨੂੰ ਡਿਸਪਿਊਟ ਕਰ ਰਹੇ ਹੋ ਕਿ ਤੁਸੀਂ ਕਿ 6 ਮਹੀਨੇ ਪਹਿਲੇ ਦੋ ਸਮਝੇ ਉਹ ਨੰਬਰ ਇੱਥੇ ਵੀ ਕਮਜ਼ੋਰ ਹੈ ਸਰ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਸ ਦਿਨ ਮੈਂ ਜਨਰਲ ਸੈਕਟਰੀ ਬਣਿਆ ਸੀ ਅਪ੍ਰੈਲ 2009 ਨੂੰ ਸੁਣ ਲੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਸੇ ਦਿਨ ਮੇਰਾ ਡਿਸਪਿਊਟ ਹੋ ਗਿਆ ਸੀ ਸੁਣ ਲਓ ਪਹਿਲੇ ਗੱਲ ਤੁਸੀਂ ਆਪਣੀ ਨੌਲੇਜ ਕਰੈਕਟ ਕਰੋ ਹਾਂਜੀ ਔਰ ਤੁਹਾਨੂੰ ਯਾਦ ਨਹੀਂ ਹੈਗਾ ਸ਼ਾਇਦ ਕਿ ਮੈਂ ਉਸ ਮੈਟਰ ਦੇ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਉੱਥੇ ਬੈਠ ਕੇ ਧਰਨਾ ਵੀ ਦਿੱਤਾ ਸੀ ਖਿਲਾਫ ਜਨਰਲ ਸੈਕਟਰੀ ਦੀ ਪਾਵਰ ਸੁਣ ਲੈ ਕੇ ਜਾਂ ਹੋਰ ਦੂਸਰੇ ਸਮਾਨ ਮੈਂ ਉਸ ਗੱਲ ਦੀ ਗੱਲ ਨਹੀਂ ਕਰ ਰਿਹਾ ਤੁਹਾਡੀ 6 ਮਹੀਨੇ ਪਹਿਲੇ ਦੀ ਗੱਲ ਹੈ ਮੇਰੇ ਨਾਲ ਜਦੋਂ ਕੋਈ ਮੁੱਦਾ ਹੋ ਸਕਦਾ ਉਹਨਾਂ ਦੀ ਤੁਹਾਡੀ ਪ੍ਰੈਸ ਕਾਨਫਰੰਸ ਤੁਹਾਡੀ ਇੱਕ ਪ੍ਰੈਸ ਕਾਨਫਰੰਸ ਹੈਗੀ ਬੀਜੇਪੀ ਜਿਹਦੇ ਲਿਖਿਆ ਗਿਆ ਦੱਸਿਆ ਜਾ ਰਿਹਾ ਐਸ ਪਰ ਨਿਊਜ਼ ਰਿਪੋਰਟਸ ਕਿ ਤੁਸੀਂ ਬੀਜੇਪੀ ਜੁਆਇਨ ਕੀਤੀ 6 ਮਹੀਨੇ ਪਹਿਲੇ 2012 ਦੇ ਵਿੱਚ ਤੇ ਮਨਜੀਤ ਜੀ ਕੇ ਦੀ ਉਸ ਤੇ ਬਾਈਟ ਵੀ ਹੈਗੀ ਹੈ ਕਿ ਉਹਨਾਂ ਨੇ ਕਿਹਾ ਮਨਜੀਤ ਜੀ ਕਹਿੰਦੇ ਮੈਂ ਉਹਨੂੰ ਕੋਟ ਕਰ ਰਿਹਾ ਸਰ ਕਿ ਇੱਕ ਸਰਨਾ ਸਾਹਿਬ ਉਹਨਾਂ ਦਾ ਤੇ ਕਾਂਗਰਸ ਨਾਲ ਤਾਰਾ ਜੁੜਦੀਆਂ ਨੇ ਤੇ ਬੀਜੇਪੀ ਦੇ ਜਿਹੜੇ ਗੁਰਮੀਤ ਸਿੰਘ ਸ਼ੰਟੀ ਨੇ ਬੀਜੇਪੀ ਜੁਆਇਨ ਕਰ ਰਹੇ ਨੇ ਇਹ ਜੀ ਕਿਉਂ ਨਹੀਂ ਗਿਆ ਪਰ ਤੁਸੀਂ ਅੱਜ ਡਿਸਪਿਊਟ ਕਰ ਰਹੇ ਹੋ ਕਿ ਮੈਂ ਕਦੀ ਬੀਜੇਪੀ ਜੁਆਇਨ ਨਹੀਂ ਕੀਤੀ ਸਵਾਲ ਹੈਗਾ ਦੇਖੋ ਪਹਿਲੀ ਗੱਲ ਹੈਗੀ ਹੈ ਕਿ ਤੁਸੀਂ ਅਗਰ ਕਿਸੇ ਹੁਣ ਮਨਜੀਤ ਸਿੰਘ ਜੀ ਕੇ 20 ਵਾਰ ਕਿਸੇ ਮੈਂ ਤੁਹਾਨੂੰ ਬਾਈਟ ਦਿਖਾ ਦੇਣਾ ਮੈਂ ਕਹਿ ਰਿਹਾ ਮੇਰੀ ਗੱਲ ਸੁਣ ਲਓ ਨਾ ਮਨਜੀਤ ਸਿੰਘ ਜੀ ਕੇ ਦੀ ਬਾਈਟ ਨੂੰ ਮੈਂ ਕੀ ਦੇਖਣਾ ਮੇਰਾ ਉਹਨਾਂ ਨੂੰ ਪੁੱਛਿਆ ਨਹੀਂ ਹੋਣਾ ਇਸ ਤਰ੍ਹਾਂ ਮੇਰੀਆਂ 500 ਬਾਈਟਾਂ ਹੋਰ ਵੀ ਹੋਣਗੀਆਂ ਮੇਰਾ ਕਹਿਣ ਦਾ ਇਹ ਮਤਲਬ ਹੈਗਾ ਉਹਨਾਂ ਨੂੰ ਕੀ ਪੁੱਛੋਗਾ ਜੋ ਕੀ ਜਵਾਬ ਦਿੰਦੇ ਨੇ ਕੋਈ ਧਰਮ ਦੇ ਅਵਤਾਰ ਯੁਧਿਸ਼ਠਰ ਨਜ਼ਰ ਆ ਚੁੱਕੇ ਨੇ ਕਿੰਨੇ ਹੈਗੇ ਨੇ ਉਹ ਕਿੰਨੇ ਯੁਧਿਸ਼ਠਰ ਪੁੱਤਰ ਨੇ ਨਜ਼ਰ ਆ ਚੁੱਕੇ ਨੇ ਕਿੰਨੀ ਮੋਟੀ ਚਮੜੀ ਦੇ ਮਾਲਕ ਨੇ ਉਹ ਵੀ ਨਜ਼ਰ ਆ ਚੁੱਕੇ ਨੇ ਕਿ ਇਹਨਾਂ ਸਭ ਕੋਈ ਹੋਣ ਦੇ ਬਾਅਦ ਵੀ ਆਪਣੇ ਆਪ ਨੂੰ ਬੜਾ ਹਾਈਫਾਈ ਲੀਡਰ ਸਮਝ ਰਹੇ ਨੇ ਉਹ ਕਹਿੰਦੇ ਨੇ ਬੜੀ ਮੋਟੀ ਚਮੜੀ ਦਾ ਉਹ ਕਹਿੰਦੇ ਵੀ ਨੇ ਵੱਡੀ ਬੇਸ਼ਰਮੀ ਹੋ ਵੀ ਨਹੀਂ ਸਕਦੀ ਉਸ ਤੋਂ ਵੱਡੀ ਤੇ ਬੇਸ਼ਰਮੀ ਖੈਰ ਹੋ ਵੀ ਨਹੀਂ ਸਕਦੀ ਕਹਿੰਦੇ ਨੇ ਬੜੀ ਮੋਟੀ ਚਮੜੀ ਦਾ ਤਾਦੀ ਨਾ ਤਾਦੀ ਤੇ ਅੱਜ ਵੀ ਉਸ ਦੇ ਬਾਵਜੂਦ ਵਰਨਾ ਤੇ ਪਤਾ ਨਹੀਂ ਕੀ ਹੁੰਦਾ ਖੈਰ ਨਹੀਂ ਉਸ ਗੱਲ 'ਚ ਨਹੀਂ ਮੈਂ ਜਾਣਾ ਚਾਹੁੰਦਾ ਹਾਂਜੀ ਮੇਰਾ ਸਿਰਫ ਇੰਨਾ ਜਿਹਾ ਕਹਿਣਾ ਹੈਗਾ ਕਿ ਅਗਰ ਉਹ ਅੱਜ ਕਿਸੇ ਪਾਰਟੀ ਕੋਲ ਕੋਈ ਮਸਲੇ ਨੂੰ ਲੈ ਕੇ ਮਦਦ ਲੈਣ ਵਾਸਤੇ ਜਾਂਦੇ ਨੇ ਜਾਂ ਕਿਸੇ ਇਸ਼ੂ ਨੂੰ ਲੈ ਕੇ ਕੋਈ ਆਪਣਾ ਦੇਣ ਜਾਂਦੇ ਨੇ ਤੇ ਤੁਸੀਂ ਇਹ ਗੱਲ ਰਿਜੈਕਟ ਕਰਦੇ ਹੋ ਕਿ ਤੁਸੀਂ ਜਦੋਂ ਅਕਤੂਬਰ ਤੋਂ ਛੱਡਣ ਤੋਂ ਪਹਿਲਾਂ 6 ਮਹੀਨੇ ਤੁਸੀਂ ਬੀਜੇਪੀ ਜੁਆਇਨ ਕੀਤੀ ਤੁਸੀਂ ਇਹ ਗੱਲ ਨੂੰ ਰਿਜੈਕਟ ਕਰ ਸਰ ਫਿਰ ਉਹ ਗੱਲ ਕਰ ਰਹੇ ਹੋ ਕਿਸੇ ਫੰਕਸ਼ਨ ਤੁਸੀਂ ਜਾਣਾ ਜਾਂ ਕੁਝ ਕਰਨਾ ਜਾਂ ਸਾਰੀਆਂ ਚੀਜ਼ਾਂ ਨੂੰ ਅਟੈਂਡ ਕਰਨਾ ਕਿਸੇ ਪ੍ਰੋਗਰਾਮਸ ਨੂੰ ਅਟੈਂਡ ਕਰਨਾ ਉਸ ਪਾਰਟੀ ਦੀ ਜੁਆਇਨਿੰਗ ਜਾਂ ਉਸ ਪਾਰਟੀ ਦੀ ਨਾ ਜੁਆਇਨਿੰਗ ਤੇ ਨਹੀਂ ਹੁੰਦੀਆਂ ਤੁਹਾਡਾ ਕੋਈ ਲਿੰਕ ਨਹੀਂ ਸੀ ਮੈਂ ਕਹਿ ਰਿਹਾ ਵਾਈਫ ਮੇਰੀ ਕੌਂਸਲਰ ਰਹੀ ਹੈ ਦੋ ਰਾਏ ਨਹੀਂ ਹੈ ਕੁਛ ਐਕਚੁਅਲੀ ਗੱਲ ਹੈ ਕਿ ਮੈਂ ਅਗਰ ਉਹ ਹਸਬੈਂਡ ਵਾਈਫ ਤੇ ਬਿਲਕੁਲ ਕੋਈ ਦੁਨੀਆ ਦੀ ਤਾਕਤ ਅਲੱਗ ਗੁਰੂ ਮਹਾਰਾਜ ਨੇ ਨਾ ਪਾਠ ਕਹਿ ਲਓ ਉਹਦੇ ਕੰਮ ਵਿੱਚ ਮਦਦਗਾਰ ਕਹਿ ਲਓ ਕਿਸ ਤਰ੍ਹਾਂ ਵੀ ਕਹਿ ਲਓ ਤੁਸੀਂ ਰਿਸ਼ਤਾ ਹੁੰਦਾ ਤੁਸੀਂ ਹਾਂ ਤੁਸੀਂ ਆਪਣੇ ਐਂਗਲ ਨਾਲ ਸੋਚ ਸਕਦੇ ਮੈਂ ਆਪਣੇ ਐਂਗਲ ਨਾਲ ਸੋਚ ਸਕਦਾ ਇਹਨੂੰ ਨਾ ਲੋਕੀ ਬੜਾ ਓਵੇਂ ਦੇਖ ਰਹੇ ਨੇ ਇਹਦਾ ਵੱਡਾ ਮੈਂ ਹੈਗਾ ਨਹੀਂ ਇਹ ਇੱਕ ਮਿੰਟ ਮੈਂ ਤੁਹਾਨੂੰ ਲੱਖ ਮੇਰਾ ਲਾਸਟ ਸਵਾਲ ਹੈ ਸਰ ਕਿ ਤੁਸੀਂ 6 ਮਹੀਨੇ ਪਹਿਲੇ ਕਿਵੇਂ ਬੀਜੇਪੀ ਨੂੰ ਜੁਆਇਨ ਕਰਨਾ ਤੁਹਾਡੀ ਵਾਈਫ ਨੇ ਕਰਨਾ ਉਸ ਤੋਂ ਬਾਅਦ ਕਿਵੇਂ ਹੈ ਤੁਸੀਂ ਡਿਸਪਿਊਟ ਬਾਲਾ ਸਾਹਿਬ ਦਾ ਮੁੱਦਾ ਉਠਾਉਣਾ ਫਾਈਨੈਂਸ਼ੀਅਲ ਇਰੈਗੂਲਰਿਟੀਜ਼ ਦਾ ਮੁੱਦਾ ਉਠਾਉਣਾ ਉਸ ਤੋਂ ਬਾਅਦ ਮੈਂ ਉਹਦਾ ਤੁਹਾਡੇ ਨਾਲ ਕਰੰਟ ਸਟੇਟਸ ਪੁੱਛਣਾ ਜਿਹੜੇ ਤੁਸੀਂ ਮੁੱਦੇ ਚੁੱਕੇ ਸੀਗੇ ਉਹਦਾ ਕਰੰਟ ਕਿਉਂਕਿ ਬਾਲਾ ਸਾਹਿਬ ਨੂੰ ਜਾ ਕੇ ਸਿੱਖ ਦਾ ਦਿਲ ਵਰੁੰਦਿਆ ਜਾਂਦਾ ਤੇ ਤੁਸੀਂ ਸਭ ਤੋਂ ਜ਼ਿਆਦਾ ਉਸਦੇ ਗੱਲ ਚੁੱਕੀ ਸੀਗੀ ਮੈਂ ਤਾਂ ਪੁੱਛਣਾ ਚਾਹੁੰਦਾ ਤੁਹਾਡੀ ਗੱਲ ਦਾ ਮੈਂ ਜਵਾਬ ਦੇ ਰਿਹਾ 6 ਮਹੀਨੇ ਪਹਿਲੇ ਨਹੀਂ ਹੈ ਘੱਟੋ ਘੱਟ 10 ਮਹੀਨੇ ਪਹਿਲੇ ਅਪ੍ਰੈਲ 'ਚ ਇਲੈਕਸ਼ਨ ਹੁੰਦੇ ਨੇ ਹਾਂਜੀ ਨਾ ਮੈਂ ਕੋਈ ਅਗਰ ਕੋਈ ਮੈਨੂੰ ਬਾਦਲ ਪਾਰਟੀ ਦਾ ਕੋਟਾ ਜਿਹੜਾ ਹੁੰਦਾ ਉਸ ਟਾਈਮ ਵੀ ਹੋਇਆ ਹੋਵੇਗਾ ਨਹੀਂ ਸਰ ਮੈਂ ਬਾਲਾ ਸਾਹਿਬ ਦੀ ਗੱਲ ਕਰ ਰਿਹਾ ਹਾਂ ਤੁਸੀਂ ਬਾਦਲ ਨੂੰ ਕਿੱਥੇ ਚਲੇ ਗਏ ਬੀਜੇਪੀ ਦੀ ਗੱਲ ਕਰ ਰਿਹਾ ਪਹਿਲੇ ਬੀਜੇਪੀ ਦਾ ਗੱਲ ਜਵਾਬ ਦੇ ਦਾਂ ਫਿਰ ਬਾਲਾ ਸਾਹਿਬ ਤੇ ਆਵਾਂਗਾ ਨਾ ਤੁਸੀਂ ਕੁਐਸਚਨ ਤੁਸੀਂ ਬਾਦਲ ਕੋਲ ਚਲੇ ਗਏ ਮੈਂ ਤਾਂ ਪੁੱਛ ਰਿਹਾ ਮੈਂ ਉਹ ਰਿਲੇਟਡ ਕਰ ਰਿਹਾ ਮੈਨੂੰ ਜਿੱਕੇ ਦੇ ਵਿੱਚ ਬਾਈ ਦਾ ਗੱਲ ਆ ਜਾਏਗੀ ਕਿ ਅਗਰ ਤੁਸੀਂ ਬਾਅਦ ਚ ਬਾਦਲ ਜੀ ਆ ਗਏ ਸੀ ਨਾ ਤਾਂ ਕਰਕੇ ਸੁਣ ਲਓ ਨਾ ਮੈਂ ਕਹਿ ਰਿਹਾ ਹੁਣ ਇਹ ਨਾ ਕਿਹੜਾ ਬਾਦਲ ਨਹੀਂ ਕੀਤਾ ਅਗਰ ਮੈਨੂੰ ਬਾਦਲ ਪਾਰਟੀ ਦੀ ਮੇਰੀ ਜੁਆਇਨਿੰਗ ਦੀ ਜਾਂ ਕਿਸੇ ਚੀਜ਼ ਦਾ ਕੋਈ ਗੱਲ ਹੁੰਦੀ ਤੇ ਮੈਂ ਸ਼ਾਇਦ ਕੋਟੇ ਤੋਂ ਬਾਦਲ ਪਾਰਟੀ ਦੇ ਆਪਣੀ ਮਿਸਿਜ ਦੀ ਟਿਕਟ ਲੈਂਦਾ ਬਾਦਲ ਪਾਰਟੀ ਨੂੰ ਦਿੱਲੀ ਚ ਕੌਂਸਲਰ ਦੀ ਟਿਕਟਾਂ ਵੀ ਮਿਲਦੀਆਂ ਨੇ ਤੇ ਐਮਐਲਏ ਦੀ ਮਿਲਦੀ ਠੀਕ ਹੈ ਪਰ ਅਸੀਂ ਉਹਨਾਂ ਦੇ ਕਿਸੇ
ਮੈਂ ਤੇ ਸਰ ਜਦ ਵੀ ਦਿੱਲੀ ਦੀ ਸਾਹਿਬ ਦੇ ਮੈਟਰ ਨੂੰ ਲੈ ਕੇ ਹੋਇਆ ਕਿਸੇ ਗੱਲ ਨੂੰ ਵੀ ਲੈ ਕੇ ਆਇਆ ਮੇਰਾ ਉਹਨਾਂ ਕੋਲ ਪਹਿਲਾ ਟਕਰਾਵ ਨਹੀਂ ਸੀ ਜਦੋਂ ਵੀ ਮੇਰੇ ਉਹਨਾਂ ਦੇ ਮਤਭੇਦ ਹੋਏ ਜਦੋਂ ਤੁਸੀਂ ਇੱਕ ਕਮੇਟੀ 'ਚ ਕੰਮ ਕਰੋਗੇ ਤਾਂ ਨੈਚੁਰਲ ਗੱਲ ਹੈ ਹਜ਼ਾਰੋਂ ਗੱਲਾਂ 'ਤੇ ਆਪਸ ਮਤਭੇਦ ਵੀ ਹੋਣਗੇ ਔਰ ਆਦਮੀ ਜਦੋਂ ਕਿਸੇ ਗੱਲ 'ਤੇ ਐਗਰੀ ਵੀ ਹੁੰਦਾ ਕੋਈ ਗੱਲ ਨਹੀਂ ਹੈਗੀ ਤੋ ਕਈ ਮਸਲੇ ਅਸੀਂ ਆਪਸ ਵਿੱਚ ਬੈਠ ਕੇ ਵੀ ਕੀਤੇ ਹੋਣਗੇ ਲੇਕਿਨ ਕਈ ਮਸਲੇ 'ਤੇ ਵਿਰੋਧ ਵੀ ਇੱਕ ਦੂਜੇ ਦਾ ਕੀਤਾ ਹੋਏਗਾ ਅਤੇ ਇਹ ਸਾਰੀਆਂ ਚੀਜ਼ਾਂ ਨੇ ਹੁਣ ਵਿਰੋਧ ਵਿਰੋਧ ਤੋਂ ਆਪਾਂ ਉੱਠ ਕੇ ਇੱਕ ਵਾਰ ਦੂਜੀ ਗੱਲ 'ਤੇ ਆ ਜੀ ਮੈਂ ਕਹਿ ਰਿਹਾ ਦੇ ਆਰ ਟੂ ਥਿੰਗਸ ਵਨ ਇਜ਼ ਕੰਸਟਰਕਟਿਵ ਕ੍ਰਿਟੀਸਿਜ਼ਮ ਵਨ ਇਜ਼ ਡਿਸਟਰਕਟਿਵ ਕ੍ਰਿਟੀਸਿਜ਼ਮ ਸਮਝਦੇ ਹੋ ਇਹਨੂੰ ਗੱਲ ਮੈਂ ਇਲੈਬੋਰੇਟ ਕਰਨ ਦੀ ਤਾਂ ਲੋੜ ਨਹੀਂ ਤੁਹਾਡਾ ਜਿਹੜਾ ਉਸ ਪੀਰੀਅਡ ਨੂੰ ਦੇਖਿਆ ਜਾ ਰਿਹਾ ਕਿਵੇਂ ਥੋੜ੍ਹੇ ਦਿਨ ਪਹਿਲੇ ਬੀਜੇਪੀ ਨੂੰ ਜੁਆਇਨ ਕਰਨਾ ਉਸ ਤੋਂ ਬਾਅਦ ਇਹ ਸਰਨਾ ਦਲ ਦੇ ਵਿੱਚ ਕਿਓਸ ਕ੍ਰੀਏਟ ਕਰਾਉਣਾ ਬਾਲਾ ਸਾਹਿਬ ਦਾ ਮੁੱਦੇ ਨੂੰ ਉਠਾਉਣਾ ਫਾਈਨੈਂਸ਼ੀਅਲ ਰੇਵਰ ਉਸ ਤੋਂ ਬਾਅਦ ਕਿਸੇ ਵੀ ਗੱਲ ਨੂੰ ਪ੍ਰੂਵ ਨਾ ਕਰ ਪਾਉਣਾ ਜਾਂ ਮੈਂ ਉਸਦਾ ਅਪਡੇਟ ਪੁੱਛ ਰਿਹਾ ਤੁਸੀਂ ਅਪਡੇਟ ਨਹੀਂ ਦੱਸ ਰਹੇ ਮੈਂ ਕਹਿ ਰਿਹਾ ਕਿ ਅੱਜ ਸਾਰੀ ਗੱਲਾਂ ਛੱਡੋ ਸਰਨਾ ਨੂੰ ਛੱਡੋ ਬੀਜੇਪੀ ਨੂੰ ਛੱਡੋ ਅੱਜ ਬਾਲਾ ਸਾਹਿਬ ਦਾ ਮੁੱਦਾ ਕਿਸ ਚੀਜ਼ ਨੂੰ ਪ੍ਰੂਵ ਨਹੀਂ ਕਰ ਪਾ ਰਹੇ ਪਹਿਲਾਂ ਇਹ ਦੱਸੋ ਤੁਸੀਂ ਬਾਲਾ ਸਾਹਿਬ ਦੇ ਉਹਨਾਂ ਕੁਐਸਚਨ ਕਿਹਾ ਕਿ ਪ੍ਰੂਵ ਨਹੀਂ ਕਰ ਪਾ ਰਹੇ ਤੁਹਾਡਾ ਪ੍ਰਪੋਜ਼ਲ ਕੀ ਸੀਗਾ ਬਾਲਾ ਸਾਹਿਬ ਨੂੰ ਪ੍ਰੂਵ ਨਹੀਂ ਕਰ ਪਾ ਰਿਹਾ ਕਿ ਬਾਲਾ ਸਾਹਿਬ ਦਾ ਕਰਪਸ਼ਨ ਕੀ ਮੇਰਾ ਪ੍ਰਪੋਜ਼ਲ ਤੇ ਕੀ ਗਲਤ ਸੀਗਾ ਉਹਦੇ ਵਿੱਚ ਤੁਸੀਂ ਦੱਸ ਹੀ ਨਹੀਂ ਪਾ ਰਹੇ ਮੈਨੂੰ ਜਿਸ ਪ੍ਰਪੋਜ਼ਲ ਜਿਸ ਪ੍ਰਪੋਜ਼ਲ ਨੂੰ ਲੈ ਕੇ ਫਾਈਨਲੀ ਅਸੀਂ ਉਹ ਮਤਲਬ ਕਹਿ ਲਓ ਕਿ ਕਮੇਟੀ ਜਾਂ ਜੋ ਵੀ ਉਹਨਾਂ ਨੇ ਟਰੱਸਟ ਬਣਾਇਆ ਸੀ ਉਹ ਫੈਸਲਾ ਲੈਣ ਜਾ ਰਿਹਾ ਸੀ ਮੇਰਾ ਪਹਿਲਾਂ ਤੇ ਵਿਰੋਧ ਆਈ ਸੀ ਕਿ ਉਹ ਮੇਰੇ ਹਿਸਾਬ ਨਾਲ ਉਹ ਠੀਕ ਨਹੀਂ ਸੀ ਵਿਰੋਧ ਪ੍ਰਪੋਜ਼ਲ ਕੀ ਸੀ ਪਰ ਸਰ ਪ੍ਰਪੋਜ਼ਲ ਤੇ ਤਦ ਹੋਏਗਾ ਨਾ ਜਦ ਪਹਿਲੇ ਉਸ ਨੂੰ ਬ੍ਰੇਕ ਲਗਾਈ ਜਾਏਗੀ ਨਵਾਂ ਪ੍ਰਪੋਜ਼ਲ ਤੁਸੀਂ ਮੇਰਾ ਉਹਨੂੰ ਤੁਸੀਂ ਬ੍ਰੇਕ ਲਗਾਇਆ ਨਹੀਂ ਟਰੱਸਟ ਤੁਸੀਂ ਆਪ ਬਣਾ ਦਿੱਤਾ ਸਭ ਕੁਝ ਤੁਸੀਂ ਕਰ ਦਿੱਤਾ ਉਹਦੇ ਵਿੱਚ ਜੋ ਵੀ ਫੈਸਲਾ ਲੈ ਜਾ ਰਹੇ ਸੀ ਉਹਦੇ ਵਿੱਚ ਕਮੀ ਕੀ ਸੀਗੀ ਇੱਥੇ ਦੱਸ ਦਿਓ ਸਰ ਇਸ ਤਰ੍ਹਾਂ ਹੈਗਾ ਨਾ ਕਿ ਕਮੀਆਂ ਦੇ ਹੁਣ ਜਿਤਨੇ ਕਾਗਜ਼ ਪੱਤਰ ਸਾਹਮਣੇ ਰੱਖੋ ਹੁਣੇ ਕੀ ਕਰਕੇ ਸਾਰੀਆਂ ਗਿਣਾ ਦਾਂਗਾ ਜੋ ਮੇਰੀ ਨਜ਼ਰ ਸੀ ਉਹਦੇ ਬੈਨੀਫਿਟਸ ਗਿਣਾ ਦੇਣਗੇ ਕਿ ਮੋਟਾ ਮੋਟਾ ਆਇਆ ਸੀ ਕਿ ਬਈ ਇਸ ਤਰ੍ਹਾਂ ਹੋ ਰਿਹਾ ਇਹਨੂੰ ਹੈਲਦੀ ਡਿਬੇਟ ਕਰਦੇ ਤੁਸੀਂ ਸਰ ਹੈਲਦੀ ਡਿਬੇਟ ਹੋ ਸਕਦਾ 10 ਵਾਰੀ ਹੋਈ ਹੋਵੇ ਪੋਲੀਟੀਕਲ ਮਾਈਲੇਜ ਕੀ ਲੈਂਦੇ ਹੋ ਦੱਸਿਓ ਵਾਰੀ ਹੈਲਦੀ ਡਿਬੇਟ ਹੋਈ ਹੋਰ ਫਿਰ ਖੰਡਰ ਹੋ ਗਿਆ ਮੈਂ ਕਹਿੰਦਾ ਪੋਲੀਟੀਕਲ ਮਾਈਲੇਜ ਦੀ ਕਿਸ ਤਰ੍ਹਾਂ ਦੀ ਹੋਈ ਕਿਆ ਉਸ ਤੋਂ ਬਾਅਦ ਜਿਤਾ ਦੇ ਦਿੱਤਾ ਤੁਸੀਂ ਕਹਿੰਦੇ ਜੀ ਬਾਦਲ ਪਾਰਟੀ ਕੋਲ ਕਮਾਲ ਕਰ ਦੋ ਜਿਤਾ ਤੁਸੀਂ ਨੂੰ ਕਿਤੇ ਤੇ ਜਿੱਤੇ ਮੈਂ ਕਿਤੇ ਜਿਤਾ ਬਾਦਲ ਪਾਰਟੀ ਜਿੱਤੇ ਸੀ ਆਦਮੀ ਅਗਰ ਕੋਈ ਯੂ ਬੈਕ ਦੀ ਰੋਂਗ ਹਾਰਸ ਯੂ ਐਕਸੈਪਟਡ ਚਲੋ ਹੋ ਸਕਦਾ ਹੈ ਕਿ ਗੁਰੂ ਮਹਾਰਾਜ ਨੇ ਮੈਨੂੰ ਇਸ ਲਾਇਕ ਬਣਾਇਆ ਹੋਵੇ ਕਿ ਮੇਰੀ ਵਜ੍ਹਾ ਨਾਲ ਬਾਦਲ ਪਾਰਟੀ ਜਿੱਤ ਗਈ ਤੁਹਾਡੇ ਮੂੰਹ 'ਚ ਕਿਉਂ ਸ਼ੱਕਰ ਹੋਏਗਾ ਜਾਂ ਉਹਨਾਂ ਨੂੰ ਲੌਬਿੰਗ ਮਿਲ ਗਿਆ ਹੋਏਗਾ ਇਹਨੂੰ ਲੌਬਿੰਗ ਉਹਨੂੰ ਉਹਦਾ ਫਾਲ ਮਿਲ ਗਿਆ ਲੌਬਿੰਗ ਹੈ ਸਰ ਚਲੋ ਤੁਹਾਨੂੰ ਲੱਗਦਾ ਹੋਏਗਾ ਲੌਬਿੰਗ ਹੈਗੀ ਹੈ ਪਰ ਮੈਂ ਉਸ ਬਾਦਲ ਪਾਰਟੀ ਤੋਂ ਨਾ ਕੋਈ ਲੋਭ ਸੀ ਨਾ ਕੋਈ ਲਾਲਚ ਸੀ ਨਾ ਮੈਂ ਲੈਣ ਦੀ ਕੋਸ਼ਿਸ਼ ਕੀਤੀ ਨਾ ਟੇਲ ਡੇਟ ਤੱਕ ਲਿੱਤਾ ਨਾ ਪਿਛਲੇ 4 ਮਹੀਨੇ ਲਿੱਤਾ ਫਿਰ 4 ਮਹੀਨੇ ਛੱਡ ਕੇ ਜਿਹੜੇ ਮੈਂਬਰ ਬਣੇ ਮੈਂਬਰ ਤੇ ਗੁਰੂ ਮਹਾਰਾਜ ਬਣਾਉਣ ਵਾਲਾ ਸੰਗਲ ਬਣਾਉਣ ਵਾਲੀ ਬਾਦਲ ਪਾਰਟੀ ਨੇ ਮੈਂਬਰ ਬਣਾਇਆ ਸੀ ਜੋ ਬਾਦਲ ਪਾਰਟੀ ਨੇ ਬਣਾਇਆ ਹੁੰਦਾ ਤਾਂ ਹੁਣ ਮੈਂ ਰੋਕ ਲੈਂਦੇ 2 ਸਾਲ ਪਹਿਲਾਂ ਤੁਸੀਂ ਅਜੇ ਖੁਦ ਕਿਹਾ ਪਹਿਲਾਂ ਮੈਂ ਰੋਕ ਲੈਂਦੇ ਤੁਸੀਂ ਅਜੇ ਖੁਦ ਕਿਹਾ ਮੈਂ 4 ਮਹੀਨੇ ਬਾਅਦ ਹੀ 2013 ਤੋਂ ਬਾਅਦ 4 ਮਹੀਨੇ ਬਾਅਦ ਵੀ ਛੱਡਦਾ ਸੀ ਜੁਆਇਨ ਕੀਤਾ ਤੇ ਛੱਡਿਆ ਸੀ ਸਰ 100% ਜੁਆਇਨਿੰਗ ਤੋਂ ਕੌਣ ਮਨਾ ਕਰ ਰਿਹਾ ਬਾਦਲ ਪਾਰਟੀ 1000% ਜੁਆਇਨ ਕੀਤਾ ਤੇ ਤੁਹਾਡਾ ਉਹਨਾਂ ਨਾਲ ਨੇੜਤਾ ਵੀ ਸੀ ਬਾਦਲ ਪਾਰਟੀ ਨੇ ਮੈਂਬਰ ਬਣਾਇਆ ਨਾ ਕੋ ਬਾਦਲ ਪਾਰਟੀ ਨੇ ਗੁਰੂ ਮਹਾਰਾਜ ਨੇ ਬਣਾਇਆ ਸੰਗਤ ਨੇ ਬਣਾਇਆ ਕੀ ਬਾਤ ਹੈ ਤੇ ਜੇ ਬਾਦਲ ਪਾਰਟੀ ਬਣਾਉਂਦੀ ਤੇ 2017 ਵਿੱਚ ਰੋਕ ਲੈਂਦੀ ਆਏ ਹਾਏ ਹਾਏ ਮੈਂ ਕਹਿ ਰਿਹਾ ਸਰ ਚਲੋ ਸਾਰੀ ਗੱਲ ਜੋੜੋ ਅੱਜ ਬਾਲਾ ਸਾਹਿਬ ਨੂੰ ਦੇਖ ਕੇ ਦਿਲ ਦੇ ਵਿੱਚ ਹੁੰਦਾ ਕੀ ਹੈ ਮੈਂ ਗਲਤ ਡਿਸਟਰਕਟਿਵ ਕ੍ਰਿਟਿਸਿਜ਼ਮ ਕਰਦਾ ਨੋ ਚੰਗਾ ਲੱਗਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਸਵਾਲ ਹੈਗਾ ਕਿ ਜੋ ਉਸ ਟਾਈਮ ਹੋਇਆ ਸੀ ਉਹ ਗਲਤ ਸੀ ਜੋ ਹੁਣ ਹੋਇਆ ਉਹ ਵੀ ਗਲਤ ਹੈ ਸਰ ਉਹਨੂੰ ਠੀਕ ਨਾ ਕਰੋ ਇਹਨੂੰ ਗਲਤ ਨਾ ਕਰੋ ਦੋਨੋਂ ਗਲਤ ਨੇ ਸਰ ਇੱਕ ਹੈਲਦੀ ਜਿਹੜਾ ਹੈਲਦੀ ਹੈਗਾ ਕਿ ਉਸ ਟਾਈਮ ਵੀ ਗਲਤ ਹੋ ਰਿਹਾ ਸੀ ਹੁਣ ਵੀ ਗਲਤ ਹੋ ਰਿਹਾ ਅੱਛਾ ਸਹੀ ਕੀ ਹੈ ਫਿਰ ਸਹੀ ਫਿਰ ਜਦੋਂ ਮੈਨੂੰ ਕਿਸੇ ਉਸ ਟੇਬਲ ਤੇ ਬਿਠਾਣਗੇ ਜੋ ਮੇਰੇ ਪ੍ਰਪੋਜ਼ਲ ਜਾਂ ਮੇਰੀ ਜੋ ਕੋਈ ਸੋਚ ਹੋਏਗੀ ਫਿਰ ਗੱਲ ਕਰਾਂਗਾ ਅੱਛਾ ਮਾਈ ਵੇ ਔਰ ਹਾਈਵੇ ਮੇਰੇ ਤੋਂ ਮੈਨੂੰ ਨਹੀਂ ਪਸੰਦ ਆਏਗਾ ਮੇਰੇ ਵਿਜ਼ਨ 'ਚ ਨਹੀਂ ਫਿੱਟ ਬੈਠੇਗਾ ਮੈਂ ਜਿੱਥੇ ਮਰਜ਼ੀ ਤੱਕ ਜਾਵਾਂਗਾ ਨੋ ਨੋ ਇਹ ਗੱਲ ਨਹੀਂ ਹੈ ਇਹ ਗੱਲ ਨਾ ਇਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਮਾਈ ਵੇ ਔਰ ਹਾਈਵੇ ਇਹ ਵੀ ਗੱਲ ਨਹੀਂ ਹੈ ਤੁਸੀਂ ਇਹਨੂੰ ਜਿਵੇਂ ਮਰਜ਼ੀ ਲੈ ਲਓ ਮੈਨੂੰ ਜੜੀ ਗੱਲ ਕੀ ਮਤਲਬ ਤੁਹਾਡੇ ਲੌਜੀਕ ਤੋਂ ਨਾ ਫਿੱਟ ਪੈ ਰਹੇ ਹੋਏ ਬਿਕੋਜ਼ ਯੂ ਡੋਨਟ ਹੈਵ ਅ ਮੈਡੀਕਲ ਬੈਕਗ੍ਰਾਉਂਡ ਯੂ ਸੰਗਤ ਦੇ ਲੌਜੀਕ ਬੈਠਣਾ ਤਾਂ ਫਿਰ ਸੰਗਤ ਕਰ ਦਿੰਦੀ ਮੈਂ ਤਾਂ ਨਹੀਂ ਰੋਕਿਆ ਕਿਸੇ ਨੂੰ ਮੈਂ ਕਿਸੇ ਨੂੰ ਪ੍ਰਪੋਜ਼ ਨਹੀਂ ਅਪੋਜ਼ ਕੀਤਾ ਵੀ ਤੂੰ ਇਹਨੂੰ ਵੋਟ ਪਾ ਤੂੰ ਨਾ ਪਾ ਤੁਸੀਂ ਤੇ ਬਿਗੁਲ ਵਜਾਇਆ ਸੀ ਨਾ ਬਿਗੁਲ ਤੇ ਆਦਮੀ ਜਿੰਨੀ ਜਿਹਦੀ ਸੋਚ ਸਮਝ ਹੁੰਦੀ ਹੈ ਜੋ ਉਹਨੂੰ ਠੀਕ ਲੱਗਦਾ ਉਸ ਟਾਈਮ ਦਾ ਉਹ ਵਜਾਉਂਦਾ ਹੈ ਫਾਇਦੇਮੰਦ ਤੇ ਤੁਸੀਂ ਰਹਿਣਾ ਮੈਂ ਕਿਸ ਚੀਜ਼ ਦਾ ਫਾਇਦੇਮੰਦ ਰਿਹਾ ਤੁਹਾਡੀ ਨਾ ਫਿਰ ਕਮਾਲ ਕਰ ਦਿਓ ਅੱਛਾ ਫਿਰ 6 ਸਾਲ ਤੋਂ ਕਿਸੇ ਸੀਟ ਤੇ ਨਹੀਂ ਆਇਆ ਕਿਸੇ ਕੋਈ ਚੇਅਰਮੈਨ ਨਹੀਂ ਲਿੱਤੀ ਆਪਣੇ ਅਲੱਗ ਆਪਣੇ ਗੁਰੂ ਘਰ ਦੀ ਸੇਵਾ ਆਪਣੇ ਦਮ ਦੇ ਉੱਤੇ ਜੋ ਜਿੰਨੀ ਗੁਰੂ ਮਹਾਰਾਜ ਨੇ ਸਮਰੱਥਾ ਬਖਸ਼ੀ ਉਸ ਬੇਸ ਤੇ ਪੋਲੀਟੀਕਲ ਪਲੇਟਫਾਰਮ ਮਿਲਿਆ ਤੇ ਸਰ ਬੀਜੇਪੀ ਕੈਂਡੀਡੇਟ ਕਾਉਂਸਲਰ ਬਣੀ ਨਾ ਕਾਉਂਸਲਰ ਪਹਿਲਾਂ ਬਣ ਚੁੱਕੀ ਸੀ ਤੁਸੀਂ ਨਾ ਕਰੋ ਨੋ 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 ਕਦੋਂ ਬਣੇ ਪਹਿਲੇ 2012 ਵਿੱਚ ਮੈਂ ਜਨਰਲ ਸੈਕਟਰੀ ਹਟਿਆ 2012 ਅਕਤੂਬਰ ਵਿੱਚ ਅਪ੍ਰੈਲ ਦੀ ਇਲੈਕਸ਼ਨ ਹੋ ਚੁੱਕੇ ਸੀ ਤੇ ਕਿੰਨੇ ਮਹੀਨੇ ਪਹਿਲੇ ਤੁਸੀਂ ਬੀਜੇਪੀ ਜੁਆਇਨ ਕੀਤੀ ਸੀ 12 ਤੋਂ 8 ਮਹੀਨੇ ਪਹਿਲੇ ਵਾਈਫ ਕਾਉਂਸਲਰ ਬਣ ਚੁੱਕੀ
ਬੀਜੇਪੀ ਦੀ ਸੀਟ ਤੋਂ ਵਾਈ ਮੇਰੀ ਚ ਚੁੱਕੀ ਸੀ ਇਹ ਗੱਲ ਜੀ ਕਿਉਂ ਨਹੀਂ ਵੀ ਕਹੀ ਫਿਰ ਉਹ ਵਾਲੇ ਜੀ ਗੱਲ ਮੈਂ ਕਹਿ ਰਿਹਾ ਭਾਈ ਪੰਜ ਮੈਂ ਤੁਹਾਡੀ ਮੈਨੂੰ ਬੜੀ ਸਮਝਦਾਰਾਨੀ ਹੋ ਰਹੀ ਹੈ ਕਿ 8 ਮਹੀਨੇ ਪਹਿਲੇ ਇੱਕ ਕੌਂਸਲਰ ਬਣ ਚੁੱਕੀ ਹੁੰਦੀ ਹੈ 8 ਮਹੀਨੇ ਪਹਿਲੇ ਡਿਸਟ੍ਰੀਬਿਊਟ ਹੁੰਦਾ ਕਿਸੇ
ਬੱਚਾ ਵੀ ਇੰਟਰਲੇਟ ਕਰ ਸਕਦੇ ਕਿ ਇਟ ਵਾਸ ਅ ਪਲਾਟ ਸਰ ਮੈਂ ਕਹਿੰਦਾ 8 ਮਹੀਨੇ ਪਹਿਲੇ ਉਹ ਕਾਉਂਸਲਰ ਬਣ ਗਈ 8 ਮਹੀਨੇ ਤੱਕ ਮੇਰੇ 535 ਤਾਲੁਕਾਤ ਉਹਨਾਂ ਨਾਲ ਠੀਕ ਰਹੇ ਰੋਜ਼ ਮੇਰੇ ਆ ਉਹਨਾਂ ਨਾਲ ਉਸੇ ਕਮਰੇ ਦੇ ਵਿੱਚ ਬੈਠ ਕੇ ਹਰ ਤਰ੍ਹਾਂ ਦੀ ਹੈਲਦੀ ਡਿਸਕਸ਼ਨ ਵੀ ਹੁੰਦੀ ਸੀ ਪਰ ਜਦੋਂ ਤੂੰ ਛੱਡ ਗਿਆ ਕਿਹਾ ਤੁਸੀਂ ਮੈਂ ਹੱਥ 6 ਮਹੀਨੇ 7 ਮਹੀਨੇ ਬਾਅਦ ਹੀ ਨਾ ਤੇ 6 ਮਹੀਨੇ ਦੇ ਚਲੋ 6 ਮਹੀਨੇ ਸਹੀ ਤੇ ਫਿਰ ਨਹੀਂ ਅੱਛਾ ਇੰਨੇ ਟਾਈਮ ਤੱਕ ਕਾਉਂਸਲਰ ਬਣ ਗਈ ਸੀ ਸਪੈਸ਼ਲ ਮੀਟਿੰਗ ਕਦੋਂ ਮਿਲਾ ਨਹੀਂ 6 ਮਹੀਨੇ ਬਜਾਰ ਸਪੈਸ਼ਲ ਮੀਟਿੰਗ ਅਕਟੂਬਰ ਵਿੱਚ ਹਾਂ ਤੇ ਇਹ ਕਿਓਸ ਕੋਲ ਗ੍ਰੇਡ ਕਰੋ ਸਰ ਕਮਾਲ ਖੁਦ ਹੀ ਮੇਰੀ ਗੱਲ ਤੇ ਆਓ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਹਾਂ ਕਿ ਅਗਰ ਵਾਈਫ ਕਾਉਂਸਲਰ ਬਣ ਗਈ ਸੀ ਤੇ 6 ਮਹੀਨੇ ਕਿਸ ਚੀਜ਼ ਦੀ ਮੈਂ ਵੇਟ ਕਰ ਰਿਹਾ ਸੀ ਸਰ 6 ਮਹੀਨੇ ਟਾਈਮ 6 ਮਹੀਨੇ ਬਾਅਦ ਕੋ ਕਰਨਾ ਸੀ ਇੰਨਾ ਕੋ ਟਾਈਮ ਹੁੰਦਾ ਬਹੁਤ ਟਾਈਮ ਹੁੰਦਾ ਹੈ ਟਰਮ ਖਤਮ ਹੋਣ ਵਾਲੀ ਸੀ ਸਾਡੀ ਹਾਂ ਸਰ ਉਸੇ ਟਾਈਮ ਤੋਂ ਨਹੀਂ ਜਿੱਦਾ 6 ਮਹੀਨੇ ਪਹਿਲੇ ਬੀਜੋ 1 ਮਿੰਟ ਸਰ ਕੋਈ ਨਹੀਂ ਸਰ ਕਮਾਲ ਕਰ ਦੋ 1 ਮਹੀਨਾ ਇਲੈਕਸ਼ਨ ਨੂੰ 2 ਮਹੀਨੇ ਰਹਿ ਗਏ ਪੈਂਡਿੰਗ 2-2 ਸਾਲ ਪਹਿਲੇ ਪੋਲੀਟੀਕਲ ਸਟ੍ਰੈਟੇਜੀ ਬਣਾਉਣੀ ਸ਼ੁਰੂ ਹੋ ਜਾਂਦੀ ਹੈ ਨਾ ਸਰ ਐ ਮੈਂ ਗੱਲ ਕਹਿ ਰਿਹਾ ਹੋ ਤਾਂ ਜਾਂਦੀ ਹੈ ਉਹਨਾਂ ਨੂੰ ਪਾਰਟੀ ਛੋੜ ਦੇਣੀ ਚਾਹੀਦੀ ਸੀ ਉਸ 12 ਸਾਲ ਦਾ ਮੈਟਰ ਤੋਂ ਉਸ ਤੋਂ ਪਹਿਲੇ ਹੀ ਕਰਦੇ ਸੀ ਸਰ 12 ਸਾਲ ਦਾ ਮੈਟਰ ਨੇ ਜਦੋਂ ਅਪ੍ਰੈਲ ਵਿੱਚ ਵਾਈਫ ਕਾਉਂਸਲਰ ਸੀ ਤਦ ਵੀ ਚੱਲ ਰਿਹਾ ਸੀ ਤਾਂ ਉਸੇ ਟਾਈਮ ਚੱਕ ਲੈਂਦਾ ਫਿਰ ਮੈਂ ਡਾਂਗਾ ਸੋਟਾ ਕਦੋਂ ਚਲੀਆਂ ਅਕਤੂਬਰ ਨਵੰਬਰ ਵਿੱਚ ਹਾਂ ਤੇ ਉਹ ਤੇ ਫਾਈਨਲ ਪੜਾਅ ਸੀ ਕਿਉਂਕਿ ਇਲੈਕਸ਼ਨ ਹੋਣੇ ਸੀਗੇ ਫਾਈਨਲ ਪੜਾਅ 2013 ਦੇ ਤੇ ਫਿਰ ਮੀਟਿੰਗ ਨਾ ਬੁਲਾਉਂਦੇ ਫਾਈਨਲ ਪੜਾਅ ਦੇ ਹਾਂਜੀ ਫਾਈਨਲ ਪੜਾਅ ਦੇ ਮੀਟਿੰਗ ਨਾ ਬੁਲਾਉਂਦੇ ਸਪੈਸ਼ਲ ਮੀਟਿੰਗ ਕਾਲ ਉਹਨਾਂ ਨੇ ਕੀਤੀ ਮੈਂ ਨਹੀਂ ਕੀਤੀ ਸੀ ਮੈਂ ਸਿਰਫ ਸਪੈਸ਼ਲ ਇਨਵਾਈਟ ਹੀ ਉਹਦੇ ਚ ਬੁਲਾਇਆ ਸੀ ਤੁਸੀਂ ਮੀਟਿੰਗ ਅਗਰ ਸਪੈਸ਼ਲ ਪੜਾਅ ਆ ਗਿਆ ਸੀ ਤਾਂ ਤੁਸੀਂ ਉਸ ਟਾਈਮ ਮੀਟਿੰਗ ਨਾ ਬੁਲਾਉਂਦੇ ਉਹਦੇ ਮੇਨ ਕਿਓਸ ਕਰਾਨ ਨੂੰ ਮੇਨ ਤੇ ਨਹੀਂ ਮੈਂ ਬੰਦ ਗਿਆ ਨਾ ਤੁਸੀਂ ਸਮਝੇ ਨਹੀਂ ਮੈਂ 1-2-3 ਦੀ ਗੱਲ ਨਹੀਂ ਕਰ ਰਿਹਾ ਇਹਨਾਂ ਨੂੰ ਬੈਨੀਫਿਟ ਹੈ ਜੀਕੇ ਬਣੇ ਤੁਹਾਨੂੰ ਇਹ ਗੱਲ ਨਹੀਂ ਸਮਝੇ ਤੁਹਾਨੂੰ ਤੁਸੀਂ ਬੁਲਾਉਣੇ ਜੀਕੇ ਨੂੰ ਤੁਸੀਂ ਆਫਟਰ ਇਲੈਕਸ਼ਨ ਬੁਲਾਉਣੇ ਨਹੀਂ ਸੀ ਮੈਂ ਤੁਸੀਂ ਜੀਕੇ ਨੂੰ ਬੁਲਾਉਣ ਵਾਲੇ ਮੇਰੀ ਗੱਲ ਮੈਂ 100% ਡੀਅਰ ਫਰੈਂਡ ਸੀ ਮੈਂ ਬੁਲਾਇਆ ਇਹਦੇ ਚ ਕੋਈ ਦੋ ਰਾਏ ਨਹੀਂ ਸਾਰਾ ਜੱਗ ਜਾਣਦਾ ਹੈ ਕਿ ਇਨਵਾਈਟ ਸਪੈਸ਼ਲ ਮੈਂ ਬੁਲਾਇਆ ਤੁਸੀਂ ਉਸ ਟਾਈਮ ਮੀਟਿੰਗ ਨਾ ਬੁਲਾਓ ਅਰੇ ਸਰ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਉਹਦੇ ਨਾਲ ਗਲਤ ਮੈਸੇਜ ਹੋ ਜਾਏਗਾ ਜਾਂ ਗੜਬੜ ਹੋ ਜਾਏਗੀ ਹਾਂਜੀ ਜਾਂ ਮੰਨ ਲਓ ਮੀਟਿੰਗ ਆ ਜਾਂਦਾ ਕੀ ਕਰ ਲੈਣਾ ਸੀ ਉਹਨੇ ਹਾਂਜੀ ਕੀ ਕਰਨਾ ਸੀ ਉਹਨੇ ਸਰ ਉਹ ਤੇ ਜਵਾਬ ਹੀ ਕਹਿ ਰਹੇ ਸਬਜੈਕਟ ਮੈਟਰ ਹੈ ਅਜੇ ਕਹਿ ਰਹੇ ਸਬਜੈਕਟ ਮੈਟਰ ਹੈ ਮੈਂ ਨਹੀਂ ਫਿਰ ਦੱਸ ਦੋ ਕੀ ਹੋਇਆ ਸੀ ਮੈਂ ਕਹਿ ਰਿਹਾ ਮੰਨ ਲਓ ਮੈਂ ਮੈਟਰ ਨਹੀਂ ਕਰ ਰਿਹਾ ਫਿਰ ਮੈਂ ਕਹਿ ਰਿਹਾ ਅਗਰ ਮੀਟਿੰਗ ਆ ਜਾਂਦਾ ਕੀ ਕਰ ਲੈਣਾ ਸੀ ਉਹਨੇ ਸਰ ਇਹ ਤਾਂ ਫਿਰ ਦੱਸੋ ਫਿਰ ਕੀ ਗਲਤ ਹੋਇਆ ਸੀ ਮੈਂ ਕਹਿੰਦਾ ਕੀ ਕਰ ਲੈਣਾ ਸੀ ਆਪਣਾ ਪੱਖ ਹੀ ਰੱਖਦਾ ਜਾਂ ਉਸ ਗੱਲ ਦਾ ਵਿਰੋਧ ਹੀ ਕਰਦਾ ਜੋ ਉੱਥੇ ਪਾਸ ਹੋਣਾ ਸੀ ਅੱਛਾ ਤੁਸੀਂ ਕੀ ਤੁਸੀਂ ਦੱਸਦੇ ਸੀਗਾ ਤੁਸੀਂ ਦੱਸਦੇ ਸੀਗਾ ਵਿਰੋਧ ਆਪਣਾ ਬਾਲਾ ਸਾਹਿਬ ਤੋਂ ਲੈ ਕਿਉਂਕਿ ਬਾਲਾ ਸਾਹਿਬ ਦਾ ਮੁੱਦਾ ਐਜੰਡਾ ਐਜੰਡਾ ਸਭ ਦੇ ਵਿੱਚ ਮੇਨ ਮੁੱਦਾ ਬਾਲਾ ਸਾਹਿਬ ਦਾ ਸੀਗਾ ਨਾ ਜਿਹੜਾ ਵੀ ਕੁਐਸਚਨ ਜਾਂਦਾ ਮੇਨ ਮੁੱਦਾ ਬਾਲਾ ਸਾਹਿਬ ਮੇਨ ਮੁੱਦਾ ਬਾਲਾ ਸਾਹਿਬ ਦਾ ਥੋੜੀ ਸੀ 10 ਐਜੰਡੇ ਉਹਦੇ ਵਿੱਚ ਹੋਰ ਕੁਐਸਚਨ ਸੀ ਫਾਈਨੈਂਸ਼ੀਅਲ ਇਰੈਗੁਲਰਿਟੀਜ਼ ਸੀ ਕਈ ਚੀਜ਼ਾਂ ਹੋਣਗੀਆਂ ਕਈ ਚੀਜ਼ਾਂ ਸੀ ਤੁਸੀਂ ਇਹ ਵੀ ਕਿਹਾ ਸੀਗਾ ਕਿ ਸਨਾ ਤੋਂ ਉਹਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਸਰ ਕਈ ਚੀਜ਼ਾਂ ਕਿਹਾ ਸੀਗਾ ਬੇਕਾਰ ਦੀ ਗੱਲ ਹੈ ਨਹੀਂ ਕਹੀ ਇਹ ਗੱਲਾਂ ਤੁਸੀਂ ਐਵੇਂ ਮੂੰਹ ਜਬ ਜ਼ਬਰਦਸਤੀ ਕਿਸੇ ਮੂੰਹ ਸ਼ਬਦ ਨਾ ਪਾਓ ਤੁਸੀਂ ਉਹ ਐਜੰਡਾ ਮੰਗਾ ਲਓ ਕਿ ਜਿਹੜੇ ਕੀ ਪੁਆਇੰਟ ਸੀਗੇ ਮੇਰੇ ਕੋਲ ਉਹ ਹੁੰਦਾ ਫਾਈਨੈਂਸ਼ੀਅਲ ਇਰੈਗੁਲਰਿਟੀ ਸੀ ਗਿਆ ਬਾਲਾ ਸਾਹਿਬ ਸੀਗਾ ਮੇਰੇ ਹੱਥ ਦੇ ਰਿਕਾਰਡ ਵਿੱਚ ਨਹੀਂ ਹੈਗਾ 7 ਜੋ ਵੀ ਮਤਲਬ 7 ਸਾਲ ਪਹਿਲੇ ਦਾ ਐਜੰਡਾ ਹੈਗਾ ਇਹਨੂੰ ਐਵੇਂ ਦੇਖ ਰਹੇ ਨੇ 6 ਮਹੀਨੇ ਪਹਿਲੇ ਤੁਸੀਂ ਬੀਜੇਪੀ ਜੋ ਆਪਣੀ ਕਾਉਂਸਲ ਬਣਾਇਆ ਉਸ ਤੋਂ ਤੁਸੀਂ ਅਕਾਲੀ ਦਲ ਨੂੰ ਸਪੋਰਟ ਕੀਤਾ ਪਾਰ ਚ ਆ ਗਏ ਕੋਈ ਤੁਸੀਂ ਕੋਈ ਲੋਗਾਂ ਦਾ ਕੋਈ ਉਹ ਤੁਹਾਡੇ ਕੋਲ ਬਹੁਤ ਜ਼ਿਆਦਾ ਉਹ ਨਹੀਂ ਹੈਗਾ ਜਿਹੜਾ ਤੁਸੀਂ ਐਸੇ ਗੱਲ ਨੂੰ ਅੱਜ ਨਾਮ ਦੇ ਦੋ ਲੋਕੀ ਸਰ ਸੋਚ ਹੈ ਲੋਕੀ ਸੰਗਤ ਤੁਹਾਡੇ ਨੂੰ 10 ਬੰਦੇ ਫਾਲੋ ਕਰਨ ਵਾਲੇ ਲੋਕ ਨਹੀਂ ਹੋ ਜਾਂਦੇ ਤੁਹਾਡੇ ਸਿੱਖ ਚੈਨਲ ਨੂੰ 10 ਬੰਦੇ ਸੁਣਨ ਵਾਲੇ ਲੋਕ ਨਹੀਂ ਹੋ ਜਾਂਦੇ ਮੈਂ ਕਹਿ ਰਿਹਾ ਸੰਗਤ ਨਹੀਂ ਹੋ ਜਾਂਦੀ ਸੰਗਤ ਬਹੁਤ ਵੱਡੀ ਹੈ ਅੱਛਾ ਲੋਕੀ ਬਹੁਤ ਜ਼ਿਆਦਾ ਨੇ ਚਲੋ 10 ਬੰਦੇ ਤੁਹਾਡੇ ਚੈਨਲ ਨੂੰ ਫਾਲੋ ਕਰ ਰਹੇ ਸੰਗਤ ਨਹੀਂ ਹੈ ਲੈਟਸ ਲੀਵ ਉਹਨਾਂ ਦੇ ਵਿਊਜ਼ ਨਾਲ ਖਾਲੀ ਨਾ ਲੈਟਸ ਲੀਵ ਟੂ ਦਾ ਸੰਗਤ ਵਿਜ਼ਡਮ ਠੀਕ ਹੈ ਮੈਨੂੰ ਇਹ ਦੱਸੋ ਅੱਜ ਤੁਸੀਂ ਐਜ਼ ਅ ਇੰਡੀਵਿਜੂਅਲ ਐਜ਼ ਅ ਸਿੱਖ ਦੇ ਤੌਰ ਤੇ ਹਰ ਬੰਦਾ ਚਾਹੁੰਦਾ ਕਿ ਯਾਰ ਜਦੋਂ ਤੁਸੀਂ ਅਜੇ ਪਿੱਛੇ ਸਪੀਚ ਸੁਣੀ ਹੋਗੀ ਡਾਕਟਰ ਦੀ ਸਪੀਚ ਵਾਇਰਲ ਹੋਈ ਸੀਗੀ ਹੋਈ ਸੀ ਨਾ ਤੁਸੀਂ ਦੇਖਿਓ ਕਿ ਡਾਕਟਰ ਨੇ ਅੱਛਾ ਨਹੀਂ ਦੇਖੀ ਤੁਹਾਨੂੰ ਪਤਾ ਪਿੱਛੇ ਵਾਇਰਲ ਹੋਈ ਸੀ ਕਿ ਬਾਲਾ ਸਾਹਿਬ ਪਿੱਛੇ ਇੱਕ ਪੰਥਕ ਸਾਂਝ ਹੋਈ ਸੀਗੀ ਠੀਕ ਹੈ ਸਰ ਹੁਣ ਤੁਸੀਂ ਮੇ ਵੀ ਅਣਜਾਣ ਹੋ ਰਹੇ ਮੈਂ ਪਾੜ ਵੀ ਨਹੀਂ ਸੀ ਨਾ ਮੈਂ ਸੁਣੀ ਵੀ ਨਹੀਂ ਕੋਈ ਅੱਛਾ ਮਤਲਬ ਬੜਾ ਦਿੱਲੀ ਦੇ ਸਿੱਖਾਂ 'ਚ ਬੜਾ ਇੱਕ ਬੜਾ ਪੇਨ ਹੈ ਬਾਲਾ ਸਾਹਿਬ ਨੂੰ ਲੈ ਕੇ ਕਿ ਉੱਥੇ ਹਾਲ ਹੋ ਰਿਹਾ ਕਈ ਉੱਥੇ ਜਾ ਕੇ ਸੇਵਾ ਵੀ ਕਰ ਰਹੇ ਨੇ ਕਿ ਸਾਡੇ ਬਾਲਾ ਸਾਹਿਬ ਦਾ ਔਰ ਕਿਤੇ ਏਮਸ ਤੋਂ ਵਧੀਆ ਹੋਣਾ ਸੀਗਾ ਤੁਹਾਨੂੰ ਲੱਗਦਾ ਹੈ ਇਹ ਹੈਂਡਲ ਜਿਹੜਾ ਮੈਟਰ ਉਸ ਸਮੇਂ ਹੋਇਆ ਸੀਗਾ ਇਟ ਵਾਸ ਮਿਸ ਹੈਂਡਲ ਸੀ ਜਿਹੜੀ ਚੀਜ਼ ਹੋਈ ਨਹੀਂ ਉਹਦਾ ਤੁਸੀਂ ਨਹੀਂ ਮੈਂ ਖੁਆਲੀ ਨਹੀਂ ਕਰ ਰਹੇ ਹੋ ਮੈਂ ਕਿਹਾ ਹੋਣਾ ਸੀ ਉਹ ਹੋਣਾ ਸੀ ਮੈਂ ਕਿ ਕੀ ਹੋਣਾ ਸੀ ਸਰ ਗੱਲ ਤਾਂ ਡਾਇਵਰਟ ਕਰ ਰਹੇ ਹੋ ਡਾਇਵਰਟ ਕਰ ਰਿਹਾ ਮੈਂ ਕਹਿ ਰਿਹਾ ਮੇਰੀ ਨਜ਼ਰੀ ਜੋ ਉਸ ਟਾਈਮ ਹੋ ਰਿਹਾ ਸੀ ਉਹ ਠੀਕ ਨਹੀਂ ਸੀ ਜੋ ਹੁਣ ਹੋਇਆ ਉਹ ਵੀ ਠੀਕ ਨਹੀਂ ਹੈ ਅੱਛਾ ਜਿਸ ਤਰੀਕੇ ਨਾਲ ਹੋਇਆ ਮਿਸ ਹੈਂਡਲਡ ਹੋਇਆ ਇਹ ਤੇ ਮੰਨਦੇ ਹੋ ਨਾ ਕਿਸ ਤਰੀਕੇ ਨਾਲ ਉਹ ਕੇਸ ਜਿਹੜਾ ਜਿਸ ਤਰੀਕੇ ਨਾਲ ਉਹਦਾ ਵਿਰੋਧ ਹੋਇਆ ਉਸ ਮੈਟਰ ਦਾ ਮੈਂ ਕਹਿ ਰਿਹਾ ਮਿਸ ਹੈਂਡਲਡ ਸੀ ਮੈਂ ਸਿਰਫ ਇਸ ਗੱਲ ਤੇ ਨਹੀਂ ਯਾਰ ਮੈਂ ਕਹਿ ਰਿਹਾ ਕਿ ਜੋ ਜਵਾਬਦਾਰੀ ਇਹਨਾਂ ਨੂੰ ਮਿਲੀ ਸੀ ਜੋ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਸੀ ਜਿਸ ਇਸ਼ੂ ਨੂੰ ਇਹਨਾਂ ਨੇ ਲਿਆ ਸੀ ਉਹ ਇਹਨਾਂ
ਅਸੀਂ ਮੰਨਣ ਨਾ ਮੰਨਣ ਦੀ ਕੀ ਗੱਲ ਹੈ ਉਹ ਕਿਹਦੇ ਕਿਹਦਾ ਜੋ ਕਮੇਟੀ ਕਿਹੜੀ ਕਮੇਟੀ ਮਨਜੀਤ ਸਿੰਘ ਜੀਕੇ ਦੀ ਕਮੇਟੀ ਅੱਛਾ ਯੈਸ ਪ੍ਰੈਜ਼ੀਡੈਂਟ ਉਹ ਸੀ ਉਹਨਾਂ ਦਾ ਉਹਨਾਂ ਉਹ ਯੈਸ ਬਿਲਕੁਲ ਹਰ ਚੀਜ਼ ਦਾ ਫੇਲਰ ਉਹਦਾ ਕਰਿਆ ਜਾਏਗਾ ਕਿਉਂਕਿ ਉਹਦਾ ਟਾਈਮ ਸੀ ਹੁਣ ਜੋ ਅੱਜ ਬੈਠਾ ਅੱਜ ਜੋ ਗਲਤ ਕਰੇਗਾ ਉਹਦਾ ਹੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਅੱਛਾ ਇੱਕ ਇਹ ਗੱਲ ਆਖੀ ਅੱਜ ਜਾ ਕੋਈ ਵੀ ਪ੍ਰੈਜ਼ੀਡੈਂਟ ਹੋਵੇ ਚਾਹੇ ਸਿਰਸਾ ਹੋਵੇ ਜਾਂ ਕਲਗਾ ਹੋਵੇ ਕੋਈ ਹੋਵੇ ਬਾਦਲ ਅੱਜ ਉਹ ਮਨਜੀਤ ਸਿੰਘ ਜੀਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਇਹਨੂੰ ਅਸੀਂ ਖੁਦ ਬਣਾਵਾਂਗੇ ਇੰਨੀ ਮਤਲਬ ਮੈਂ ਤੁਹਾਨੂੰ ਕੋਟ ਕਰਕੇ ਕਹਿ ਰਿਹਾ ਅਖਬਾਰ ਦੀ ਕਟਿੰਗ ਹੈ ਸਰ ਅਖਬਾਰ ਦੀ ਕਟਿੰਗ ਹੈ ਠੀਕ ਹੈ ਠੀਕ ਹੈ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਖੁਦ ਬਣਾਵਾਂਗੇ ਅੱਜ ਖੁਦ ਤੇ ਕੀ ਬਣਾਉਣਾ ਅੱਜ ਉਹ ਕਿਸੇ ਮੈਂ ਕਹਿ ਰਿਹਾ ਗਲਤ ਹੋਇਆ ਨਾ ਗਲਤ ਹੋਇਆ ਕਹਿ ਤੇ ਦਿੱਤਾ ਗਲਤ ਹੋਇਆ ਨਾ ਥੋੜੀ ਬਣਾ ਕਰਾਂਗੇ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜ਼ਿੰਮੇਵਾਰੀ ਮਿਲੀ ਹੈ ਜਿਹੜਾ ਉਹ ਸੀਟ ਤੇ ਬੈਠਾ ਇਹ ਮੁੱਦਾ ਸੀਗਾ ਨਾ ਸੱਤੇ ਵੱਡਾ ਉਹਨਾਂ ਦਾ ਸਰ ਮੈਨੂੰ ਪਤਾ 500 ਹੋਰ ਮੁੱਦੇ ਹੋਣਗੇ ਮੈਂ ਪਰ ਇਹ ਵੱਡਾ ਮੁੱਦਾ ਹਸਪੀਟਲ ਬਣਨਾ ਚਾਹੀਦਾ ਛੋਟੀ ਗੱਲ ਹੋਰ ਨਹੀਂ ਬਣਨਾ ਹਸਪੀਟਲ ਬਣਨਾ ਚਾਹੀਦਾ ਛੋਟੀ ਗੱਲ ਹੋਰ 100% ਬਣਨਾ ਚਾਹੀਦਾ ਸੀ ਜ਼ਰੂਰ ਬਣਨਾ ਚਾਹੀਦਾ ਸੀ ਇਹਦੀ ਕੋਈ ਦੋ ਰਾਏ ਨਹੀਂ ਹੈ ਇਟ ਵਾਸ ਮਿਸਹੈਂਡਲ ਕੋਈ ਵੀ ਸਿੱਖ ਇਹਦੇ ਵਿੱਚ ਨਹੀਂ ਕਿ ਨੈਚੁਰਲੀ ਆ ਰਿਹਾ ਮਿਸਹੈਂਡਲ ਹੀ ਹੈ ਨਾ ਹਾਂਜੀ ਇਹਨੂੰ ਕੀ ਹੋ ਗਿਆ ਤਾਂ ਤੁਸੀਂ ਮੇਰੇ ਕੋਲ ਖਾਲੀ ਬੁਲਵਾਉਣ ਦੀ ਕੋਈ ਜ਼ਿਆਦਾ ਵੀਡੀਓ ਵਾਇਰਲ ਹੋ ਜਾਏਗੀ ਨਹੀਂ ਸਰ ਮੈਨੂੰ ਵਾਇਰਲ ਨਹੀਂ ਕਿ ਮੈਂ ਹੋਣਾ ਸ਼ਾਇਦ ਜ਼ਿਆਦਾ ਵਾਇਰਲ ਹੋ ਜਾਏਗੀ ਤੁਸੀਂ ਮਤਲਬ ਮਿਸਹੈਂਡਲ ਨਹੀਂ ਕੋਈ ਇੰਜਾਨ ਆਦਮੀ ਵੀ ਨਜ਼ਰ ਆ ਰਿਹਾ ਉਸਨੂੰ ਬਿਲਡਿੰਗ ਨੂੰ ਦੇਖ ਕੇ ਕੋਈ ਮਿਸਹੈਂਡਲ ਨਹੀਂ ਕੀਏਗਾ ਅੱਛਾ ਉਹਨੂੰ ਦੇਖ ਕੇ ਕੋਈ ਕੀ ਕੀਏਗਾ ਅੱਛਾ ਤੁਹਾਡੇ ਕੋਲ 100% ਮਿਸਹੈਂਡਲ ਹੈ ਬਿਲਕੁਲ ਕਿ ਮੇਰੇ ਕੋਲ ਨਾ ਕੋਈ ਜ਼ਿਆਦਾ ਵਾਇਰਲ ਹੋਣੀ ਹੈ ਅੱਛਾ ਇਹ ਮੰਨਦੇ ਨਾ ਕਿ ਜੇ ਥੋੜਾ ਕੰਸਟਰਕਟਿਵ ਕ੍ਰਿਟਿਸਿਜ਼ਮ ਹੁੰਦਾ ਹੈਲਦੀ ਡਿਸਕਸ਼ਨ ਹੁੰਦਾ ਪ੍ਰੋਪਰ ਨਾਲ ਪਾਲਿਸੀਜ਼ ਦੇ ਨਾਲ ਡਿਸਕਸ਼ਨ ਹੁੰਦਾ ਤੇ ਉਹਨੂੰ ਸਾਡਾ ਇੱਕ ਇਹ ਹੁੰਦਾ ਕਿ ਇਹ ਪੰਜ ਦਾ ਮੁੱਦਾ ਹੈ ਇਹਨੂੰ ਰਾਜਨੀਤੀ ਦੇ ਮੁੱਦਾ ਨਾਲ ਬਣਾਈਏ ਇਨਸਾਨ ਜੋ ਬਾਲਾ ਸਾਹਿਬ ਤੇ ਪੈਸੇ ਲੈਣੇ ਸੀ ਉਹ ਸਾਰਾ ਕੁਝ ਲੁੱਟ ਕੇ ਅਗਰ ਘਰ ਹੀ ਲੈ ਗਿਆ ਤਾਂ ਬਾਲਾ ਸਾਹਿਬ ਹਸਪੀਟਲ ਕਿੱਥੋਂ ਬਣੇਗਾ ਕੌਣ ਲੁੱਟ ਕੇ ਲਿਆਉਂਦਾ ਮਨਜੀਤ ਸਿੰਘ ਜੀ ਕੇ ਉਰਫ ਜੀਸੀ ਉਰਫ ਕੋਲੋਂ ਚੋਰ ਪ੍ਰੈਜ਼ੀਡੈਂਟ ਉਹ ਸੀ ਕਰਪਸ਼ਨ ਉਹਨੇ ਕੀਤੀ ਹੈ ਜਵਾਬਦਾਰੀ ਉਸ ਦੀ ਬਣਦੀ ਹੈ ਭਾਵੇਂ ਜੋ ਜੋ ਉਹਦੇ ਬਾਅਦ ਉਹ ਦੱਸਿਆ ਸਾਰੇ ਜਿਹੜਾ ਜੀ ਕੇ ਉਹ ਬਾਦਲ ਕਮੇਟੀ ਮੈਂ ਮੈਂ ਪਹਿਲੇ ਦੇਖੋ ਉਸ ਜਿਸ ਕਮੇਟੀ ਦਾ ਵੀ ਉਹ ਪ੍ਰਧਾਨ ਸੀ ਜਵਾਬਦਾਰੀ ਸਭ ਤੋਂ ਪਹਿਲੇ ਉਸ ਦੀ ਹੈ ਬਾਦਲ ਪਾਰਟੀ ਦੀ ਜਵਾਬਦਾਰੀ ਇਸ ਕਰਕੇ ਆਟੋਮੈਟਿਕ ਬਣ ਜਾਏਗੀ ਕਿ ਉਸ ਪਾਰਟੀ ਦਾ ਨੁਮਾਇੰਦਾ ਸੀ ਉਸ ਪਾਰਟੀ ਤੋਂ ਚੁਣਿਆ ਸਿਪਾਹੀ ਸੀ ਨਾ ਪਹਿਲੀ ਵਾਪਸ ਆ ਜਾਓ ਨਾ ਹਾਂ ਸਿਪਾਹੀ ਸੀ ਬਿਲਕੁਲ ਕੌਣ ਸਿਰਸਾ ਦੇ ਬੰਦੇ ਲੇਕਿਨ ਕੌਣ ਸਿਰਸਾ ਦੇ ਬੰਦੇ 100% ਬਣਦੀ ਆ ਠੀਕ ਹੈ ਜਿਹੜਾ ਸੀਟ ਤੇ ਹੋਏਗਾ ਮੈਂ ਹੁਣੇ ਪਹਿਲਾਂ ਵੀ ਕਿਹਾ ਜਦੋਂ ਜਿਹੜਾ ਸੀਟ ਤੇ ਪਾਵਰ ਤੇ ਬੈਠਾ ਹੋਏਗਾ ਜਿਹੜਾ ਡਿਸੀਜਨ ਮੇਕਰ ਹੋਏਗਾ ਉਸ ਦੀ ਜਵਾਬਦਾਰੀ ਹੀ ਹਮੇਸ਼ਾ ਕਾਊਂਟ ਹੋਏਗੀ ਪੂਰੀ ਕਮੇਟੀ ਕਮੂਟੀ ਕਿਸੇ ਦੀ ਜਵਾਬਦਾਰੀ ਕਾਊਂਟ ਨਹੀਂ ਹੁੰਦੀ ਹਮੇਸ਼ਾ ਜੋ ਟੀਮ ਲੀਡਰ ਹੁੰਦਾ ਹੈ ਜੋ ਫਾਈਟ ਕਰਦਾ ਹੈ ਅੱਜ ਜਿਹੜੀ ਵੀ ਉਹ ਸੋ ਬਾਦਲ ਵਾਲਾ ਦਾ ਕੋਈ ਲੈਣਾ ਦੇਣਾ ਨਹੀਂ ਉਹ ਜੀਕੇ ਦੀ ਸੀਗੀ ਮੈਂ ਕਹਿੰਦਾ ਉਹ ਸਿਰਸਾ ਦੀ ਹੈ ਯੈਸ ਮੈਂ ਤੇ ਅਸਲ ਤੇ ਬਾਦਲ ਵਾਲਾ ਦੀ ਕੋਈ ਲੈਣਾ ਮੈਂ ਕਹਾਂ ਬਾਦਲ ਜਾਂ ਸਿਰਸਾ ਦੀ ਨਹੀਂ ਮੈਂ ਕਹਿ ਰਿਹਾ ਜੋ ਸੀਟ ਤੇ ਬੈਠਾ ਜਵਾਬਦਾਰੀ ਉਸ ਦੀ ਹੈ ਮਨਜੀਤ ਸਿੰਘ ਜੀਕੇ ਦੀ ਸੀ ਅੱਜ ਸਿਰਸਾ ਦੀ ਹੈ ਹਾਂ ਬਾਦਲ ਦੀ ਨਹੀਂ ਹੈ ਮੈਂ ਨਹੀਂ ਮੰਨਦਾ ਬਾਦਲ ਦੀ ਹੈ ਓਕੇ ਮੈਂ ਨਹੀਂ ਮੰਨਦਾ ਪਰ ਉਹਨੇ ਸਟੇਟਮੈਂਟ ਜੇ ਦਿੱਤੀ ਸੀ ਦਿੱਤੀ ਹੋਈ ਮੈਨੂੰ ਪਤਾ ਕੀ ਸੋਚ ਕੇ ਦਿੱਤੀ ਸੀ ਮੈਂ ਉਹਦੀ ਸਟੇਟਮੈਂਟ ਦਾ ਕੋਈ ਰਖਵਾਲਾ ਨਹੀਂ ਹੈਗਾ ਜੋ ਗਲਤ ਸਟੇਟਮੈਂਟ ਦੇ ਤੁਹਾਡੇ ਸਾਹਮਣੇ ਬਾਦਲ ਮੇਰੇ ਸਾਹਮਣੇ ਬਾਦਲ ਦੀ ਜ਼ਿੰਮੇਵਾਰੀ ਬਿਲਕੁਲ ਨਹੀਂ ਬਣਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਚੁਣ ਕੇ ਤੁਸੀਂ ਉਸ ਸੀਟ ਤੇ ਬਿਠਾਉਂਦੇ ਹੋ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਸ ਦੀ ਜਵਾਬਦਾਰੀ ਬਣਦੀ ਹੈ ਮੈਂ ਅਗਰ ਆਪਣਾ ਕੋਈ ਕੰਪਨੀ ਦਾ ਮੈਨੇਜਰ ਜਾਂ ਕਿਸੇ ਐਸੇ ਕਿਸੇ ਨੂੰ ਪਾਵਰ ਦੇ ਕੇ ਜਾਣਾ ਕਿ ਤੂੰ ਇਸ ਕੰਮ ਨੂੰ ਸੰਭਾਲਣਾ ਤੇ ਉਹ ਜ਼ਿੰਮੇਵਾਰੀ ਉਸ ਦੀ ਬਣਦੀ ਹੈ ਠੀਕ ਗਲਤ ਦੀ ਜਵਾਬਦਾਰੀ ਠੀਕ ਰਹਾ ਉਹਦੇ ਸਿਰ ਹੀ ਫੁੱਟਣਾ ਚਾਹੀਦਾ ਸੋ ਮੇਨ ਗੁਨਾਹਗਾਰ ਕਿਸ ਨੂੰ ਮੰਨਦੇ ਨਾ ਬਣਦਾ ਮੇਨ ਗੁਨਾਹਗਾਰ ਮੰਨਦਾ ਜਿਸਨੇ 6 ਸਾਲ ਪ੍ਰਧਾਨਗੀ ਦੇ ਵਿੱਚ ਇਹ ਸਟੈਪ ਨਹੀਂ ਲਿਆ ਗੁਰੂ ਮਨਜੀਤ ਸਿੰਘ ਜੀ ਕੇ ਗੁਰੂ ਘਰ ਦੀ ਗੋਲਕ ਨੂੰ ਲੁੱਟ ਕੇ ਲੈ ਗਿਆ ਅੱਜ ਅਗਰ ਮਨਜਿੰਦਰ ਸਿੰਘ ਸਿਰਸਾ ਉਹਦੇ ਤੇ ਸਟੈਪ ਨਹੀਂ ਲੈਂਦਾ ਤਾਂ ਜਵਾਬਦਾਰੀ ਉਹਦੀ ਬਣਦੀ ਹੈ ਬੰਦੀ ਉਸ ਨੂੰ ਵੀ ਇਹਦੇ ਬਾਰੇ ਜਲਦੀ ਸੋਚਣਾ ਚਾਹੀਦਾ ਤੇ ਜਿਹੜੇ ਅਗਲੇ ਇਲੈਕਸ਼ਨ ਆਣਗੇ ਤੇ ਸੰਗਤ ਸਵਾਲ ਪੁੱਛੇਗੀ 1000% ਪੁੱਛਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਸੰਗਤ ਨੂੰ ਕਿਉਂ ਨਹੀਂ ਪੁੱਛੇਗੀ ਜਿਸ ਮੁੱਦੇ ਤੋਂ ਅਸੀਂ ਮੰਨ ਲਓ ਮੈਂ ਕਹਿਤਾ ਮਨਜੀਤ ਸਿੰਘ ਜੀ ਕੇ ਮੈਂ ਪ੍ਰਧਾਨ ਹਾਂ ਮੇਰੇ ਸਿਰ ਤੇ ਇਲੈਕਸ਼ਨ ਲੜਿਆ ਜਾ ਰਿਹਾ ਮੇਰੀ ਫੋਟੋ ਤੇ ਇਲੈਕਸ਼ਨ ਲੜਿਆ ਜਾ ਰਿਹਾ ਮੈਂ ਉਹ ਕੰਮ ਨਹੀਂ ਕਰਾਂਗਾ ਤਾਂ ਮੈਨੂੰ ਪੁੱਛਣਗੇ ਅੱਜ ਅਗਰ ਸਿਰਸਾ ਸੀਟ ਤੇ ਬੈਠਾ ਤਾਂ ਉਹਨੂੰ ਵੀ ਪੁੱਛਣਾ ਚਾਹੀਦਾ ਸੰਗਤ ਨੂੰ ਉਹ ਨੈਚੁਰਲ ਗੱਲ ਨਹੀਂ ਪੁੱਛੇਗੀ 2 ਸਾਲ ਬਾਅਦ ਆਪੇ ਪੁੱਛ ਲੈਣਗੇ ਕਿਉਂ ਨਹੀਂ ਪੁੱਛੇਗੀ ਬਾਲਾ ਸਾਹਿਬ ਹਸਪੀਟਲ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਜੋ ਸਟੈਪ ਅਗਰ ਇਹਨਾਂ ਨੇ ਨਹੀਂ ਲਿਆ ਜੋ ਉਹਨਾਂ ਨੂੰ ਲੈਣਾ ਚਾਹੀਦਾ ਸੀ ਉਹ ਉਹਨਾਂ ਨੂੰ ਠੀਕ ਕਿਸੇ ਤਰੀਕੇ ਨਾਲ ਠਹਿਰਾਇਆ ਨਹੀਂ ਜਾ ਸਕਦਾ ਸੋ ਅਕਾਲੀ ਦਲ ਦਾ ਤਾਂ ਕੋਈ ਲੜਨਾ ਨਹੀਂ ਹੈ ਬਾਦਲ ਦਾ ਕੋਈ ਲੜਨਾ ਨਹੀਂ ਮੈਂ ਸਿਰਫ ਸੀਟ ਤੇ ਬੈਠੇ ਸਭ ਜਵਾਬਦਾਰੀ ਪ੍ਰਧਾਨ ਦੀ ਹੁੰਦੀ ਹੈ ਕੋਈ ਮੈਜਿਕ ਤੌਰ ਤੇ ਅੱਜ ਅਗਰ ਸਰਨਾ ਸਾਹਿਬ ਦੀ ਪਾਰਟੀ ਹੈ ਤਾਂ ਸਰਨਾ ਸਾਹਿਬ ਖੁਦ ਹਰ ਚੀਜ਼ ਦੇ ਜ਼ਿੰਮੇਵਾਰ ਨੇ ਕਿਉਂਕਿ ਡਿਸੀਜਨ ਮੇਕਰ ਖੁਦ ਨੇ ਸਾਰੀ ਪਾਰਟੀ ਕੀ ਹੁੰਦੀ ਹੈ ਪਾਰਟੀ ਖਾਲੀ ਨਾਮ ਦੀ ਹੁੰਦੀ ਪਿੱਛੇ ਅੱਛਾ ਗੱਲ ਨੂੰ ਸਮਝ ਲੈਣਾ ਇਹ ਬੇਕਾਰ ਦੀਆਂ ਗੱਲਾਂ ਨੇ ਮੈਂ ਖਾਲੀ ਫੋਕੇ ਬਿਆਨ ਨਹੀਂ ਦਿੰਦਾ ਜਵਾਬਦਾਰੀ ਡਿਸੀਜਨ ਮੇਕਰਸ ਦੀ ਹੁੰਦੀਆਂ ਨੇ ਜੋ ਡਿਸੀਜਨ ਨੂੰ ਲੈਂਦੇ ਨੇ ਉਹ ਠੀਕ ਵੀ ਹੋ ਸਕਦੇ ਨੇ ਉਹ ਗਲਤ ਵੀ ਹੋ ਸਕਦੇ ਨੇ ਠੀਕ ਹੋਏਗਾ ਤਾਂ ਸੰਗਤ ਦੁਆਰਾ ਉਸ ਗੱਲ ਨੂੰ ਐਪਰੀਸ਼ੀਏਟ ਵੀ ਕਰਦੀ ਹੈ ਗੁਰੂ ਉਹ ਸਭ ਕੁਝ ਹੁੰਦਾ ਜੇ ਗਲਤ ਹੋਏਗਾ ਤਾਂ ਉਹਦਾ ਰਿਜ਼ਲਟ ਵੀ ਸੰਗਤ ਦਿੰਦੀ ਹੁਣ ਜਿਹੜਾ ਮੌਜੂਦਾ ਜਿਹੜਾ ਪ੍ਰਧਾਨ ਹੈ ਉਹ ਬੀਜੇਪੀ ਦਾ ਐਮਐਲਏ ਵੀ ਹੈਗਾ ਤੇ ਪ੍ਰਧਾਨ ਵੀ
ਅੱਜ ਕਹਿ ਰਿਹਾ ਨਹੀਂ ਐਜ਼ ਅ ਇੰਡੀਵਿਜੂਅਲ ਅਸੈਸਮੈਂਟ ਉਸ ਟਾਈਮ ਕਿਉਂ ਨਹੀਂ ਦਿੱਤੀ ਐਜ਼ ਅ ਇੰਡੀਵਿਜੂਅਲ ਗੁਰਮੀਤ ਸਿੰਘ ਸ਼ੰਟੀ ਕਿਵੇਂ ਦੇਖਦਾ ਸੀ ਮੈਂ ਐਜ਼ ਅ ਇੰਡੀਵਿਜੂਅਲ ਗੁਰਮੀਤ ਸਿੰਘ ਸ਼ੰਟੀ ਐਵੇਂ ਦੇਖਦਾ ਕਿ ਅਗਰ ਵਾਕਈ ਹੀ ਗੁਰੂ ਘਰ ਦੀ ਕਿਸੇ ਤਰੀਕੇ ਨਾਲ ਕਿਸੇ ਸਰਕਾਰੀ ਦਰਬਾਰੇ ਤੋਂ ਕੋਈ ਮਦਦ ਲਈ ਜਾ ਸਕਦੀ ਹੈ ਮਦਦ ਲੈਣਾ ਅਲੱਗ ਗੱਲ ਹੈ ਸਰ ਸਰ ਮਦਦ ਲਈ ਜਾ ਸਕਦੀ ਹੈ ਕਨਫਲਿਕਟ ਆਫ ਇੰਟਰਸਟ ਨਹੀਂ ਹੁੰਦਾ ਕਨਫਲਿਕਟ ਮੈਂ ਆਈਡੀਓਲੋਜੀ ਦਾ ਇਹ ਜਵਾਬ ਇਹ ਉਸ ਇਨਸਾਨ ਦੇ ਵਿਜ਼ਨ ਉੱਤੇ ਹੈ ਨਾ ਇਸ ਤਰ੍ਹਾਂ ਦੇ ਵੱਡੇ ਵੱਡੇ ਬੜੇ ਬੜੇ ਇੰਡਸਟਰੀਜ਼ ਨੇ ਸੈਕੜੋ ਕੰਪਨੀਆਂ ਚਲਾਉਂਦੇ ਨੇ ਤੇ ਉਹ ਕੀ ਕਿ ਮੈਂ ਕਾਰ ਬਣਾ ਰਿਹਾ ਰਾਜਨੀਤੀ ਪਾਰਟੀ ਦੀ ਮੈਂ ਦੇਖੋ ਜਿਹੜੇ ਮੈਂ ਹਿੰਦੂਤਵ ਦੀ ਗੱਲ ਕਰਦੇ ਤੁਸੀਂ ਗੱਲ ਵਿਜ਼ਨ ਦੀ ਕਰ ਰਹੇ ਹੋ ਟਾਟਾ ਦੇ ਬਣਾ ਰਿਹਾ ਟਰੱਕ ਵੀ ਤੇ ਨਮਕ ਵੀ ਉਹ ਜੀ ਹੁਣ ਟਰੱਕ ਦੇ ਉੱਤੇ ਅਸਰ ਨਹੀਂ ਪਏਗਾ ਜੇ ਨਮਕ ਬਣਾਇਆ ਜਾਂਦੇ ਮੈਂ ਐਗਜ਼ਾਮਪਲ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਕਿ ਉਹਦਾ ਕੀ ਵਿਜ਼ਨ ਹੈ ਮੈਨੂੰ ਕੀ ਪਤਾ ਉਹਦੀ ਸੋਚ ਕੀ ਉਹਦੇ ਪਿੱਛੇ ਉਹਦੀ ਸੋਚ ਕੀ ਹੈ ਉਹ ਕੀ ਕਰ ਪਾਏਗਾ ਫਿਰ ਨਾਮ ਕਿਉਂ ਲੈ ਰਹੇ ਉਹਦਾ ਫਿਰ ਤੁਸੀਂ ਕਿਸੇ ਦੀ ਨਾਮ ਲੈ ਕੇ ਗੱਲਾਂ ਕਰੋ ਫਿਰ ਤੁਸੀਂ ਕਹੋ ਕਿ ਦੋਨੋਂ ਹੋਣੇ ਚਾਹੀਦੇ ਨੇ ਜਾਂ ਇੱਕ ਹੋਣਾ ਚਾਹੀਦਾ ਚਲੋ ਐਵੇਂ ਦੱਸ ਦੋ ਹਾਂ ਉਹ ਤੁਸੀਂ ਐ ਇਸ ਗੱਲ ਨੂੰ ਉਸ ਗੱਲ ਤੇ ਆਓ ਚਲੋ ਐਵੇਂ ਦੱਸ ਮੇਰੀ ਸੋਚ ਆਈ ਹੈਗੀ ਇਹ ਕਿ ਅਗਰ ਆਦਮੀ ਇੱਕ ਸੀਟ ਤੇ ਉੱਤੇ ਹੈਗਾ ਤੇ ਉਸ ਨੂੰ ਦੂਸਰੀ ਸੀਟ ਨੂੰ ਨਿਭਾ ਪਾਏਗਾ ਜਾਂ ਨਹੀਂ ਨਿਭਾ ਪਾਏਗਾ ਉਹਨੂੰ ਪਹਿਲੇ ਪ੍ਰੈਫਰੈਂਸ ਕਿਸ ਚੀਜ਼ ਨੂੰ ਦੇਣੀ ਚਾਹੀਦੀ ਹੈ ਉਹਨੂੰ ਇਹ ਫੈਸਲਾ ਲੈਣਾ ਚਾਹੀਦਾ ਕਿ ਉਹ ਫੈਸਲਾ ਗੁਰੂ ਘਰ ਦੀ ਸੰਗਤ ਵਾਸਤੇ ਗੁਰੂ ਘਰ ਵਾਸਤੇ ਦੇਣਾ ਚਾਹੁੰਦਾ ਜਾਂ ਜੋ ਐਮਐਲਏ ਦੇਣਾ ਚਾਹੁੰਦਾ ਆ ਜੋ ਸੀਗਾ ਹੁਣ ਉਹ ਪ੍ਰਧਾਨ ਬਣਿਆ ਮੈਨੂੰ ਨਹੀਂ ਪਤਾ ਮੈਨੂੰ ਬਿਲਕੁਲ ਫਰਕ ਹੈ ਨੋ ਡਾਊਟ ਫਰਕ ਹੈ ਉਸ ਨੂੰ ਪਹਿਲਾਂ ਇਸ ਡਿਸੀਜਨ ਜ਼ਰੂਰ ਆ ਇਨਸਾਨ ਨੂੰ ਲੈਣਾ ਚਾਹੀਦਾ ਕਿ ਉਹ ਕਿਹੜੇ ਪਾਸੇ ਜਾਣਾ ਚਾਹੁੰਦਾ ਉਹਦਾ ਪਕਸ਼ ਰਾਹ ਕੀ ਹੈ ਜੋ ਵੱਡੇ ਵੱਡੇ ਬਿਆਨ ਅੱਜ ਮਨਜੀਤ ਸਿੰਘ ਜੀਕੇ ਦੇ ਰਿਹਾ ਇਹ ਸਿਰਸਾ ਨੂੰ ਵੀ ਸੋਚਣਾ ਚਾਹੀਦਾ ਹੈ ਮਨਜੀਤ ਸਿੰਘ ਜੀਕੇ ਨੂੰ ਵੀ ਉਸ ਟਾਈਮ ਸੋਚਣਾ ਚਾਹੀਦਾ ਸੀ ਕਿ ਰਾਹ ਅਸਲ ਕੀ ਹੈ ਕਿ ਮੈਂ ਗੁਰੂ ਘਰ ਦੀ ਸੇਵਾ ਵਾਲੇ ਪਾਸੇ ਹੀ ਰਵਾਂ ਜਾਂ ਪੋਲਿਟਿਕਸ ਵਾਲੇ ਪਾਸੇ ਹੁਣ ਜ਼ਿਆਦਾ ਵੱਡੀ ਗੱਲ ਇਹ ਆਉਂਦੀ ਕਿਉਂਕਿ ਸਿਰਸਾ ਹੁਣ ਜੀਕੇ ਐਮਐਲਏ ਨਹੀਂ ਹੈ ਉਹਨੇ ਲੜਾਇਆ ਜ਼ਰੂਰ ਜਿਤਾਇਆ ਜ਼ਰੂਰ ਪ੍ਰਾਈਡ ਜ਼ਰੂਰ ਲਿੱਤੀ ਕਿ ਅੱਜ ਤੱਕ ਕੋਈ ਨਹੀਂ ਜਿੱਤਿਆ ਸੀਗਾ ਮੈਂ ਜਿਤਾਇਆ ਜਦੋਂ ਕ੍ਰੈਡਿਟ ਲੈਣ ਦੀ ਗੱਲ ਉਹ ਹੀ ਲੀਵਸ ਨੋ ਸਟੋਨ ਅਨਟਰਨਡ ਮੈਂ ਗੱਲ ਕਰ ਕ੍ਰੈਡਿਟ ਲੈਣ ਦਾ ਜ਼ਿੰਮੇਵਾਰੀ ਉਹਨੇ ਲੈ ਬਿਲਕੁਲ ਬਿਲਕੁਲ ਮੈਂ ਹੁਣ ਗੱਲ ਕਰ ਰਿਹਾ ਪਰ ਹੁਣ ਤੇ ਜਿਹੜਾ ਮੇਨ ਬੈਨੀਫੀਸ਼ੀਅਰ ਹੈ ਉਹਦੀ ਗੱਲ ਕਰ ਰਿਹਾ ਉਹੀ ਪ੍ਰਧਾਨ ਹੈ ਪਰ ਇਹ ਕਦੀ ਹਿਸਟਰੀ 'ਚ ਹੋਇਆ ਨਹੀਂ ਐਵੇਂ ਜਿਸ ਤਰ੍ਹਾਂ ਮੈਨੂੰ ਪਤਾ ਜੇ ਹੋਇਆ ਹੋਵੇ ਤਾਂ ਮੈਨੂੰ ਦੱਸ ਦੇਣਾ ਇਹ ਤੁਹਾਡੀ ਗੱਲ ਠੀਕ ਹੈ ਉਹ ਪ੍ਰਧਾਨ ਹੈ ਅਗਰ ਉਹਨੂੰ ਇਹ ਸੋਚਣਾ ਕਿਉਂਕਿ ਜਿਹੜੀ ਜਿਸ ਪਾਰਟੀ ਨਾਲ ਹੈਗੇ ਨੇ ਉਹ ਕੌਮ ਦੀ ਆਈਡਲ ਨਾਲ ਬੜਾ ਕਨਫਲਿਕਟ ਮੈਂ ਕਹਿੰਦਾ ਬਿਲਕੁਲ ਅੱਜ ਦੀ ਡੇਟ ਹੀ ਸੋਚਣਾ ਅੱਜ ਦੀ ਡੇਟ ਹੀ ਸੋਚਣਾ ਪਏਗਾ ਕਿ ਮੈਨੂੰ ਫਸਟ ਚੁਆਇਸ ਮੇਰੀ ਗੁਰੂ ਘਰ ਦੀ ਸੇਵਾ ਹੋਣੀ ਚਾਹੀਦੀ ਹੈ ਬੀਂਗ ਏ ਪ੍ਰੈਜ਼ੀਡੈਂਟ ਬੀਂਗ ਏ ਸਿੱਖ ਬੀਂਗ ਏ ਸਭ ਕੁਝ ਮੇਰੀ ਫਸਟ ਚੁਆਇਸ ਔਰ ਫਸਟ ਪ੍ਰੈਫਰੈਂਸ ਵੀ ਆਈ ਹੋਣੀ ਚਾਹੀਦੀ ਹੈ ਉਹ ਸੈਕੰਡਰੀ ਹੈ ਮੇਰੇ ਵਿਊਜ਼ ਦੇ ਹਿਸਾਬ ਨਾਲ ਪਹਿਲੇ ਗੁਰੂ ਘਰ ਅਗਰ ਪ੍ਰਧਾਨ ਦੀ ਸੀਟ ਤੇ ਬੈਠਾ ਤਾਂ ਪਹਿਲੇ ਚੁਆਇਸ ਗੁਰੂ ਘਰ ਦੀ ਸੇਵਾ ਹੋਣੀ ਚਾਹੀਦੀ ਬਾਕੀ ਤਾਂ ਜੀ ਸੈਕੰਡਰੀ ਨੇ ਅੱਛਾ ਚਲੋ ਮੈਂ ਤੁਹਾਡੀ ਵਾਈਫ ਤੇ ਬੀਜੇਪੀ ਕਾਉਂਸਲਰ ਰਹੇ ਨੇ ਤੁਹਾਡੀ ਲਾਇਲਟੀ ਰਹੀ ਹੈ ਬੀਜੇਪੀ ਨਾਲ ਰਹੀ ਹੈ ਨਾ ਵਾਈਫ ਨਾਲ ਰਹੇ ਬੀਜੇਪੀ ਨਾਲ ਰਹੇ ਇਹ ਕੀ ਗੱਲਾਂ ਮੈਂ ਕਿਸੇ ਪਰਸਨਲ ਸੀਟ ਤੇ ਨਹੀਂ ਸੀ ਮੇਰੇ ਕੋਲ ਕੋਈ ਪਾਵਰ ਨਹੀਂ ਸੀ ਸਪੋਰਟਡ ਬੀਜੇਪੀ ਨਾ ਮੈਂ ਯੂ ਸਪੋਰਟਡ ਕਹਿ ਲੋ ਜਾਂ ਇਹ ਕਹਿ ਲੋ ਕਿ ਮੇਰੀ ਵਾਈਫ ਅਗਰ ਹੈ ਤਾਂ ਨੈਚੁਰਲੀ ਮੈਨੂੰ ਸਪੋਰਟਡ ਕਰਨੀ ਪਏਗੀ ਮੈਨੂੰ ਵਾਈਫ ਨੂੰ ਲੱਗਤ ਨਹੀਂ ਮੰਨਦੇ ਮੈਨੂੰ ਸਪੋਰਟ ਕਰਨੀ ਪਏਗੀ ਇਹਦੀ ਕੋਈ ਦੋਰਾਏ ਥੋੜੀ ਹੈ ਮੈਂ ਹੀ ਕਹਿ ਰਿਹਾ ਹਾਂ ਮੈਨੂੰ ਕੋਈ ਦਿੱਕਤ ਨਹੀਂ ਵਾਈਫ ਦਾ ਇੱਕੋ ਡਿਸੀਜਨ ਬਿਲਕੁਲ 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 ਹਾਂ ਆਈਡੀਆ ਵੀ ਦੋਨਾਂ ਦੀ ਮੰਨੀ ਜਾਂਦੀ ਹੈ ਬਿਲਕੁਲ ਮੰਨੀ ਜਾਂਦੀ ਹੈ ਦੋ ਰਾਏ ਫਿਰ ਆਪਾਂ ਇਹ ਗੱਲ ਹੀ ਦੋ ਹਵਾਸ ਗੱਲ ਕਰਦੇ ਮੈਂ ਵੈਸੇ ਉਹਨੂੰ ਇੱਕੋ ਮੰਨ ਰਿਹਾ ਹਾਂ ਬਿਲਕੁਲ ਮੰਨੋ ਬਿਲਕੁਲ ਗੁਰਬਾਣੀ ਕਹਿੰਦੀ ਹੈ ਦੋ ਮੂਰਤੀ ਬਿਲਕੁਲ ਮੰਨੋ ਜੀ ਬਿਲਕੁਲ ਮੰਨੋ ਲਾਵਾ ਲੈਣ ਤੋਂ ਜੀ ਬਿਲਕੁਲ ਮੰਨੋ ਮੈਂ ਕਹਿ ਰਿਹਾ ਕਿਉਂਕਿ ਬੀਜੇਪੀ ਹੁਣ ਹਿੰਦੂਤਵ ਦੀ ਗੱਲ ਕਰਦੀ ਹੈ ਸਿੱਖਾਂ ਨੂੰ ਮਤਲਬ ਹਿੰਦੂਆਂ ਦਾ ਪਾਰਟ ਮੰਨਦੀ ਹੈ ਸੋਰੀ ਮੈਂ ਮੇਰਾ ਪੈਟਰਨ ਨਹੀਂ ਹੈ ਤੁਸੀਂ ਜਿਸ ਮੈਟਰ ਦੇ ਮੈਂ ਗੁਰੂ ਘਰ ਦੀ ਐਸਟਮ ਸੇਵਾ ਕਰ ਰਿਹਾ ਉਹਦੇ ਤੇ ਹੀ ਗੱਲ ਕਰੀਏ ਮੈਂ ਹੁਣੇ ਕਿਹਾ ਜਦੋਂ ਉਸ ਪਾਸੇ ਜਾਵਾਂਗਾ ਫਿਰ ਇੱਧਰ ਪਾਸੇ ਦੀ ਕੀ ਗੱਲ ਕਰਨੀ ਕਿੰਨੀ ਕਰਨੀ ਸੋਚ ਸਮਝ ਕੇ ਕਰਾਂਗਾ ਮੇਰੀ ਕਿੰਨੀ ਜੀ ਕੇ ਸਾਹਿਬ ਸ਼ੰਟੀ ਸਾਹਿਬ ਤੁਸੀਂ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਪਲੇਜ਼ਰ ਟਾਕਿੰਗ ਟੂ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਿਆਂ ਦੇ ਵੀਜ਼ਾ ਐਲ ਓ ਆਰ ਐਸ ਓ ਪੀ 'ਚ ਹੈਲਪ ਕਰਨੇ ਆ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ